ਲੋਕਾਂ ਲਈ ਸੀਗੇ ਰਾਜਪ੍ਰਾਤ ਸਿੰਗਰ ਐਕਟਰ ਸਾਡੇ ਲਈ ਤਾਂ ਉਹ ਸਾਡੇ ਪਾਪਾ ਸੀਗੇ ਮੰਮਾ ਲਈ ਉਹਨਾਂ ਦਾ ਹਸਬੰਡ ਸੀਗਾ ਕੰਮ ਲੈਣਾ ਉਹਨਾਂ ਹੀ ਤਵਸੀ ਮੈਂ ਹਰ ਜਗ੍ਹਾ ਆਡੀਸ਼ਨਸ ਦਿੱਤੇ ਬਹੁਤ ਜਗ੍ਹਾ ਤੋਂ ਰਿਜੈਕਸ਼ਨ ਵੀ ਸੁਣਨ ਨੂੰ ਮਿਲੀ ਵੀ ਹਲੇ ਨਹੀਂ ਦੇਖਾਂਗੇ ਹਲੇ ਰਿਕੁਆਇਰਮੈਂਟ ਨਹੀਂ ਹੈ ਦੇਖਾਂਗੇ ਕੁਝ ਇਦਾਂ ਨਹੀਂ ਸੀ ਕਿ ਰਾਜਪ੍ਰਾਤ ਦੀ ਬੇਟੀ ਐ ਤੇ ਸਾਰੇ ਬਾਹਮਖੋਲ ਕੇ ਵੇਟ ਕਰ ਰਹੇ ਸੀ ਕਿ ਹੁਣ ਸਾਡੇ ਕੋਲ ਕੰਮ ਕਰਨਾ ਹੋਊਗੀ ਨਹੀਂ ਇਹੋ ਜਿਹਾ ਕੁਝ ਨਹੀਂ ਸੀ ਪਾਪਾ ਨੂੰ ਦੇਖਦੀ ਸੀ ਇਨਸਪਾਇਰ ਹੁੰਦੀ ਸੀਗੀ ਜਦੋਂ ਕਿਤੇ ਪਬਲਿਕ ਪਲੇਸ ਤੇ ਜਾਂਦੇ ਸੀ ਪਾਪਾ ਨੂੰ ਪਹਿਚਾਨਦੇ ਸੀ ਲੋਕ ਫੋਟੋਸ ਕਰਾਉਂਦੇ ਸੀ ਆਟੋਗ੍ਰਾਫ ਲੈਂਦੇ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਨਹੀਂ ਮੇਰਾ ਵੀ ਮੈਂ ਵੀ ਕਿਤੇ ਪੀਟ ਤੇ ਜਾਵਾਂ ਤਾਂ ਮੇਰੀ ਵੀ ਪਹਿਚਾਨ ਹੋਣੀ ਚਾਹੀਦੀ ਆ ਆਬਵੀਅਸਲੀ ਪਾਪਾ ਦੀ ਕਮੀ ਅੱਜ ਵੀ ਆ ਪਰ ਹੁਣ ਵੀ ਕੁਝ ਅਚੀਵ ਕਰਦੀ ਆ ਨਵਾਂ ਪ੍ਰੋਜੈਕਟ ਸਾਈਨ ਕਰਦੀ ਆ ਇਟਸ ਬੀਨ 6 ਇਅਰਸ ਪਾਪਾ ਨੂੰ ਗਏ ਹੋਏ ਤਾਂ ਅੱਜ ਵੀ ਸਮਵੇਅਰ ਫॉर 1 ਸੈਕਿੰਡ ਮੇਰੇ ਮਾਈਂਡ ਚ ਥਾਟ ਆਉਂਦਾ ਕਿ ਪਾਪਾ ਨੂੰ ਦੱਸਦੀ ਆ ਫੈਮਲੀ ਇਸ ਦੇ ਤੇ ਰਿਸ਼ਤੇਦਾਰਾਂ ਦੀ ਜੀ ਗੱਲ ਕਰੀਏ ਤਾਂ ਆਬਵੀਅਸਲੀ ਆਈ ਸੀ ਜੇ ਤੁਸੀਂ ਇੰਡਸਟਰੀ ਤੋਂ ਪੁੱਛ ਰਹੇ ਹੋ ਕਿ ਕੋਈ ਖੜਾ ਹੋਇਆ ਸੀ ਨਾਲ ਤਾਂ ਸਿਰਫ ਇੱਕ ਦੇਵੀ ਮਹਿਸੂਸਪਰੀ ਅੰਕਲ ਜੀ ਨੂੰ ਛੱਡ ਕੇ ਅਨਫੋਰਚਨਟਲੀ ਕੋਈ ਨਹੀਂ ਸੀ ਬਹੁਤ ਆਰਟਿਸਟ ਸੀਗੇ ਜੋ ਪਾਪਾ ਦੇ ਬਹੁਤ ক্লোਜ਼ ਸੀਗੇ ਬਟ ਉਹ ਦੂਰ ਦੂਰ ਤੱਕ ਕੋਈ ਉਹ ਨਾਮ ਨਿਸ਼ਾਨ ਨਹੀਂ ਦਿਖਿਆ ਸਾਹਮਣੇ ਤਾਂ ਮੈਨੂੰ ਫਿਲਹਾਲ ਉਸ ਟਾਈਮ ਹੋਰ ਕੁਝ ਨਹੀਂ ਦੇਖਿਆ ਮੈਨੂੰ ਸਿਰਫ ਮੰਮਾ ਦੇਖ ਰਿਏ ਸੀ ਤੇ ਆਪਣਾ ਭਰਾ ਦੇਖ ਰਿਆ ਸੀ ਜੋ ਮੇਰੇ ਤੋਂ ਛੋਟਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਗੈਜਟ ਕਿ ਕਿ ਨਹੀਂ ਸਵਿਤਾਜ ਹੁਣ ਤੂੰ ਹੀ ਆਜੂਗੀ ਆ ਮੰਮਾ ਬਹੁਤ ਵੀਕ ਪੈ ਚੁੱਕਿਆ ਐਂਡ ਜੋਸ਼ ਬਹੁਤ ਛੋਟਾ ਫਿਰ ਮੈਂ ਜੋਸ਼ ਨੂੰ ਗਿਆ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੀ ਹੋ ਗਿਆ ਹੈ ਆਪਣੇ ਨਾਲ ਹਨਾ ਮੈਂ ਕਿਹਾ ਹੁਣ ਆਪਣੀ ਵਾਰੀ ਆ ਆਪਾਂ ਮੰਮਾ ਨੂੰ ਸੰਭਾਲਾਂ ਆਏ ਹਾਏ ਮਾਇਕ ਵੱਡੀ ਸਾਰੀ ਬਾਲਟੀ ਐ ਆਪਣੀਆਂ ਪ੍ਰੋਬਲਮਸ ਵੀ ਉਸੇ ਬਾਲਟੀ ਚ ਨੇ ਆਪਣੇ ਬੱਚਿਆਂ ਦੀਆਂ ਪ੍ਰੋਬਲਮਸ ਵੀ ਉਸੇ ਬਾਲਟੀ ਚ ਨੇ ਪਰ ਕਦੇ ਨਹੀਂ ਕਹਿੰਦੀ ਕਿ ਬਾਲਟੀ ਭਾਰੀ ਹੋ ਗਈ ਮਤਲਬ ਸ਼ੀ ਇਜ਼ ਦ ਓਨਲੀ ਪਰਸਨ ਜੇ ਮੈਂ ਕਮਾ ਕੇ ਜੀ ਮੈਂ ਤੇ ਮੇਰਾ ਬ੍ਰਦਰ ਅਜ ਹਾਸ ਦੇ ਖੇਡਦੇ ਆ ਜਿੰਦਾ ਆ ਨਾ ਤਾਂ ਸਿਰਫ ਮम्मा ਕਰਕੇ ਬਰਾੜ ਸਾਹਿਬ ਦਾ ਉਹ ਚਿਹਰਾ ਮੈਂ ਜਾਨਣਾ ਚਾਹਣਾ ਵੀ ਘਰ ਦੇ ਵਿੱਚ ਉਹ ਕਿਸ ਤਰੀਕੇ ਦਾ ਕਿਰਦਾਰ ਸੀ ਲੋਕਾਂ ਵਾਸਤੇ ਉਹ ਰਾਜ ਬਰਾੜ ਸੀ ਪਾਪਾ ਨੂੰ ਇਦਾਂ ਸੀਗਾ ਕਿ ਸ਼ਹਿਰ ਦੇ ਵਿੱਚ ਰਹਿਣ ਦੇ ਬਾਵਜੂਦ ਮੇਰੇ ਬੱਚਿਆਂ ਦੀ ਪੰਜਾਬੀ 'ਚ ਫਰਕ ਨਹੀਂ ਪੈਣਾ ਚਾਹੀਦਾ। ਇਹਨਾਂ ਨੂੰ ਜੇ ਪੰਜਾਬੀ ਬੋਲਣ, ਜਦੋਂ ਵੀ ਬੋਲਣ ਤਾਂ ਟਿਪੀਕਲ ਸਹੀ ਪੰਜਾਬੀ ਬੋਲਣ। ਇੱਕ 9 ਕਮਰਿਆਂ ਦਾ ਬੈੱਡਰੂਮ ਵਾਲਾ ਘਰ ਹੁੰਦਾ ਸੀ। ਉੱਥੋਂ ਦਾ ਸਫ਼ਰ ਤੇ ਉਸ ਤੋਂ ਬਾਅਦ ਇੱਕ ਫਲੈਟ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕੱਟਣਾ ਕਿਵੇਂ ਦਾ ਰਹਿ ਗਿਆ। ਬਰਾੜ ਬਰਾੜ ਸਾਹਿਬ ਦੇ ਗਾਣੇ ਤੋਂ ਪਤਾ ਲੱਗਿਆ ਵੀ ਕਹਿੰਦੇ ਚੰਡੀਗੜ੍ਹ 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 ਬੜਾ ਹੋ ਰਹੀ ਹੈ। ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟੇ ਵੀ ਚੰਡੀਗੜ੍ਹ ਹੈ ਕੀ ਕੀ ਚੀਜ਼ ਹੈ। ਸੁਨਾ ਹੈ ਕਿ ਬਚਪਨ ਮੇ ਕੋਈ ਫਿਕਰ ਨਹੀਂ ਸੁਨਾ ਹੈ ਕਿ ਬਚਪਨ ਮੇ ਕੋਈ ਫਿਕਰ ਨਹੀਂ ਕੀ ਇਸ ਕਾ ਮਤਲਬ ਹਮਨੇ ਬਚਪਨ ਦੇਖਾ ਹੀ ਨਹੀਂ ਤੁਸੀਂ ਉਹਨਾਂ ਦੀ ਫਿਲਮ ਦੇ ਵਿੱਚ ਬਾਈ ਸਿੱਧੂ ਮੂਸੇ ਵਾਲੇ ਦੀ ਮੈਂ ਗੱਲ ਕਰ ਰਿਹਾ ਅੰਗਰੇਜ਼ ਕਲਾਕਾਰ ਡ੍ਰੇਕ ਹੋ ਗਿਆ ਜਾਂ ਵੱਡੇ ਵੱਡੇ ਜਿਹੜੇ ਨਾਮੀ ਕਲਾਕਾਰ ਨੇ ਉਹ ਉਹਨੂੰ ਫੋਲੋ ਕਰਦੇ ਨੇ ਉਹਦੇ ਗਾਣੇ ਸੁਣਦੇ ਨੇ ਤੁਸੀਂ ਉਸ ਕਲਾਕਾਰ ਦੇ ਨਾਲ ਐਸ ਅ ਫੀਮੇਲ ਲੀਡ ਕੰਮ ਕਰਿਆ অবিয়াসলি বহুত এক্সাইটেড ਸੀ ਕਿ ਕਿ ਮੈਂ ਨਨ ਅਦਰ ਦੈਨ ਸਿੱਧੂ ਮੂਸੇਵਾਲੇ ਨਾਲ ਕੰਮ ਕਰਨ ਲੱਗੀ ਆ ਪਰ ਬਹੁਤ ਜ਼ਿਆਦਾ ਨਰਵਸ ਹੋ ਗਈ ਸੀ ਕਿ ਉਹਨਾਂ ਨੂੰ ਸਾਹਮਣੇ ਦੇਖ ਕੇ ਇੱਕ ਤਾਂ ਸੁਖਣਾ ਸੁਖਣਾ ਲੋਨਾ ਦਾ ਸ੍ਰੀ ਰੈਂਡੋਲਡੂ 6 ਫੁੱਟ ਦਾ ਸਰੀਰ 6 ਟੱਡੀ ਉਹ ਤੋਂ ਭਗਵਾਨ ਦਾ ਬਾਈ ਤੂੰ ਸਿੱਧੂ ਮੂਸੇਵਾਲਾ ਉਹਨਾਂ ਨੇ ਚੇਅਰ ਮੰਗਵਾਈ ਕੈਮਰਾ ਰੋਲ ਹੋ ਗਿਆ ਸੀ ਉਹਨਾਂ ਨੇ ਸਟਾਪ ਕੀਤਾ ਪਰ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਦਿਖ ਰਿਹਾ ਤੁਸੀਂ ਨਵਸ ਰਾਜਨਾਰ ਸਾਹਿਬ ਦੀ ਮੈਂ ਬਹੁਤ ਇੱਜ਼ਤ ਕਰਦਾ ਤੁਸੀਂ ਜਿੰਨਾ ਟਾਈਮ ਲੈਣਾ ਲੋ ਮੇਰੀ ਛੋਟੀ ਭੈਣ ਆ ਤੂੰ ਤੇ ਜਦੋਂ ਤੁਸੀਂ ਕੰਫਰਟੇਬਲ ਹੋਵੋਗੇ ਆਪਾਂ ਉਦੋਂ ਸ਼ੂਟ ਕਰਾਂਗੇ ਮੈਂ ਤਾਂ ਉੱਥੇ ਨੋਬਡੀ ਸੀਗੀ ਆਪਣੀਆਂ ਨਜ਼ਰਾਂ 'ਚ ਮੈਂ ਕੌਣ ਆ ਸਿੱਧੂ ਮੂਸੇਵਾਲੇ ਦੇ ਅੱਗੇ ਤੇ ਉਹਨਾਂ ਤੋਂ ਇਹ ਸੁੰਨਾ ਮੈਨੂੰ ਆਈ ਸੀ ਕਿ ਯਾਰ ਕਿਹ ਇਨਸਾਨ ਔਰ ਉਹ ਇਕਲੌਤਾ ਆਰਟਿਸਟ ਸੀਗਾ ਇੰਡਸਟਰੀ ਦਾ ਜੀਨੇ ਮੈਨੂੰ ਛੋਟੀ ਭੈਣ ਕਹਿ ਕੇ ਬੁਲਾਇਆ ਉਹ ਪਤਾ ਨਹੀਂ ਉਹ ਤਿੰਨੇ ਰੁਹਾ ਹੀ ਪਤਾ ਨਹੀਂ ਵੀਰੇ ਕਿੱਦਾਂ ਦੀਆਂ ਸੀਗੀਆਂ ਦੋਨੋਂ ਹੀ ਅੰਗਲਾਂਂ ਟੀਵੀ ਤੇ ਵੀਰਾਂ ਵੀ ਜਦੋਂ ਅਸੀਂ ਵੀਰੇ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰੇ ਗਏ ਆ ਹੁਣ ਮੰਮਾ ਮੇਰੇ ਮੰਮਾ ਉਹ ਹੁਣ ਉੱਥੇ ਬੈਠ ਕੇ ਨਾ ਆਂਟੀ ਦੀ ਹਾਲਤ ਦੇਖ ਕੇ ਮੰਮਾ ਰੋਣ ਲੱਗ ਗਈ ਸੀਗੇ ਤੇ ਆਂਟੀ ਮੰਮਾ ਨੂੰ ਹੌਸਲਾ ਦੇ ਰਹੀ ਸੀਗੇ ਇਸ ਪੋਜੀਸ਼ਨ 'ਚ ਵੀ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਜਿਗਰਾ ਦੇਖੋ ਤੁਸੀਂ ਉਸ ਮਾਂ ਦਾ ਕਿੱਦਾਂ ਮਤਲਬ ਕਿੱਦਾਂ ਦੇ ਇਨਸਾਨ ਹੋਣਗੇ ਸੱਚਾਈ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਪੋਡਕਾਸਟ ਵੇਖ ਰਿਹਾ ਹਾਂ ਤੁਹਾਡਾ ਸਵਾਗਤ ਕਰਨਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਆਪਣੀ ਜ਼ਿੰਦਗੀ ਚੋਂ ਕੁਝ ਕੀਮਤੀ ਸਮਾਂ ਕੱਢਿਆ ਮੈਂ ਚਾਹੁੰਨਾ ਇਹ ਪੋਡਕਾਸਟ ਨੂੰ ਪੂਰਾ ਸੁਣਿਓ ਯਾਰ ਕਿਉਂਕਿ ਪੋਡਕਾਸਟ ਕਹਿੰਦੇ ਚੀਜ਼ ਹੀ ਰੱਬ ਨੇ ਬਣਾਈ ਜਾਂ ਕਹਿ ਸਕਦੇ ਬੰਦਿਆਂ ਨੇ ਐਸੀ ਬਣਾਈ ਕਹਿੰਦੇ ਵੀ ਜਿਸ ਨੂੰ ਸੁਣਨ ਵਾਸਤੇ ਲੋਕ ਸਾਡੇ ਟਰੱਕਾਂ ਵਾਲੇ ਵੀ ਜਿਹੜੇ ਖਾਸ ਕਰਕੇ ਬੜੇ ਚਾਹਵਾਨ ਹੁੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਕੀ ਗੱਲਬਾਤ ਹੁੰਦੀ ਹੈ ਕਿਹੜੇ ਆਰਟਿਸਟ ਨਾਲ ਮਿਲਦੇ ਨੇ ਕਿ ਕਿਹੜੇ ਫਨਕਾਰ ਨਾਲ ਕਿਹੜੀ ਰੂਹ ਨਾਲ ਜੁੜ ਮਿ ਇਹ ਪੋਡਕਾਸਟ ਲੰਬਾ ਚੱਲ ਸਕਦਾ ਮੈਂ ਪਹਿਲਾਂ ਦੱਸ ਸਕਦਾ ਪਰ ਚੀਜ਼ਾਂ ਐਸੀਆਂ ਹੋਣਗੀਆਂ ਕਿ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜਾਂ ਖੁਦ ਦੇ ਨਾਲ ਰਿਲੇਟ ਕਰ ਸਕਦੇ ਹੋ ਅੱਜ ਇੱਕ ਉਹ ਸ਼ਖਸੀਅਤ ਨੂੰ ਬੁਲਾਇਆ ਕਹਿੰਦੇ ਸੰਗੀਤ ਕੈਸੀ ਚੀਜ਼ ਐ ਸੰਗੀਤ ਦੇ ਵਿੱਚ ਪਾਵਰ ਇਨੀਕ ਜ਼ਿਆਦਾ ਐ ਕਹਿੰਦੇ ਇੱਕ ਬਿਮਾਰ ਪਿਆ ਬੰਦਾ ਨਾ ਕੋਈ ਬੈੱਡ ਤੇ ਪਿਆ ਇਹ ਸਾਇੰਸ ਕਹਿੰਦੀ ਮੈਂ ਨਹੀਂ ਕਹਿੰਦਾ ਵੀ ਬੈੱਡ ਤੇ ਪਿਆ ਬੰਦਾ ਉਹਨੂੰ ਜੇ ਤੁਸੀਂ ਇੱਕ ਚੰਗੇ ਸੰਗੀਤ ਦੇ ਲੜ ਲਗਾ ਦੋਗੇ ਨਾ ਤਾਂ ਉਹ ਬੰਦਾ ਠੀਕ ਹੋਣ ਲੱਗ ਜਾਂਦਾ ਸੰਗੀਤ ਰੱਬ ਦੇ ਸਭ ਤੋਂ ਕਰੀਬ ਮੰਨਿਆ। ਪੁਰਾਣੇ ਸਮਿਆਂ ਦੇ ਵਿੱਚ ਕਈ ਕਲਾਕਾਰ ਫਨਕਾਰ ਐਸੇ ਹੋਏ ਨੇ ਕਿ ਜਿਨ੍ਹਾਂ ਦੀ ਤੂਤੀ ਰਹਿੰਦੀ ਦੁਨੀਆ ਤੱਕ ਬੋਲਦੀ ਰਹੂਗੀ। ਭਾਵੇਂ ਬੇਸ਼ੱਕ ਸਾਡੇ ਵਿੱਚ ਉਹ ਨਹੀਂ ਹੈਗੇ ਪਰ ਉਹਨਾਂ ਦੀਆਂ ਉਹਨਾਂ ਦੇ ਗਾਏ ਹੋਏ ਬੋਲ ਉਹਨਾਂ ਦੀਆਂ ਬੋਲੀਆਂ ਹੋਈਆਂ ਗੱਲਾਂ ਅੱਜ ਤੱਕ ਲੋਕ ਯਾਦ ਕਰਦੇ ਨੇ ਤੇ ਉਹ ਯਾਦ ਕਰ ਕਰਕੇ ਉਹਨਾਂ ਨੂੰ ਇਹ ਦੇਖਦੇ ਨੇ ਵੀ ਯਾਰ ਉਹ ਬੰਦਾ ਅੱਜ ਵੀ ਸਾਡੇ ਨਾਲ ਹੈ। ਅੱਜ ਐਸੇ ਹੀ ਕਲਾਕਾਰ ਫਨਕਾਰ ਮਰਹੂਮ ਗਾਇਕ ਰਾਜ ਬਰਾੜ ਉਹਨਾਂ ਦੀ ਧੀ ਸਾਡੇ ਨਾਲ ਹੋ ਗਈ ਸਵਿਤਾਜ ਬਰਾੜ ਹਾਲਾਂਕਿ ਤੁਸੀਂ ਸਾਰੇ ਉਹਨਾਂ ਨੂੰ ਬਾਕੂਬੀ ਜਾਣਦੇ ਹੋ ਇੰਡਸਟਰੀ ਦੇ ਵਿੱਚ ਹੁਣ ਬਹੁਤ ਅੱਛਾ ਕੰਮ ਕਰ ਰਹੇ ਨੇ ਪਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਪੁੱਛਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਭੈਣੇ ਮੇਰੇ ਨਾਲ ਬੈਠੀ ਹੈ ਤੇ ਬਹੁਤ ਸਾਰੀਆਂ ਗੱਲਾਂ ਐਸੀਆਂ ਹੋਣਗੀਆਂ ਵੀ ਜਿਹੜੇ ਸਵਾਲ ਸ਼ਾਇਦ ਤੁਹਾਡੇ ਮਨਾਂ ਦੇ ਵਿੱਚ ਵੀ ਆਏ ਹੋਣਗੇ ਮੇਰੇ ਮਨਾਂ ਦੇ ਵਿੱਚ ਜਿਹੜੇ ਆਏ ਸੀ ਮੈਂ ਪੁੱਛ ਲੈਣੇ ਨੇ ਭੈਣੇ ਦਾ ਸਵਾਗਤ ਕਰਦੇ ਆਂ ਭੈਣੇ ਸਸਿਕਾ ਜੀ ਠੀਕ ਠਾਕ ਹੋ ਸਸਿਕਾ ਜੀ ਸਸਿਕਾ ਸਰ ਈਵਰਸ ਨੂੰ ਲਿਸਨਰਸ ਨੂੰ ਮੇਰੇ ਵੱਲੋਂ ਵਧੀਆ ਮੈਂ ਬਿਲਕੁਲ ਠੀਕ ਠਾਕ ਸਹੀ ਚੱਲਦੀ ਥੋੜਾ ਹਾਂ ਥੋੜਾ ਟਾਇਰਡ ਚੱਲ ਰਹੀ ਨੂੰ ਮੈਂ ਸੱਚੀ ਵੈਸੇ ਪਰਸਨਲੀ ਵੇਟ ਕਰ ਰਿਆ ਸੀ ਕਿ ਸ਼ਾਇਦ ਮੈਂ ਬਿੰਦੂ ਮੈਮ ਨਾਲ ਆਉਣਗੇ ਸੋ ਮੈਂ ਮਿਲੂੰਗਾ ਕਿਉਂਕਿ ਬੜੇ ਚੀਜ਼ਾਂ ਸੀ ਵਾਇਰਲ ਹੁੰਦਾ ਹੁੰਦਾ ਮੇਰੇ ਤੋਂ ਸ਼ੁਰੂ ਹੋਇਆ ਫਿਰ ਹੁਣ ਮੈਨੂੰ ਹੋ ਗਿਆ ਹਾਂ ਬਹੁਤ ਕਾਫੀ ਸਿੱਖ ਰਹੀ ਹਾਂ ਮੈਂ ਹੁਣ ਠੀਕ ਹੁਣ ਹਾਂ ਹੁਣ ਮਮਾ ਤੱਕ ਪਹੁੰਚ ਗਿਆ ਉਹ ਅਨਫੋਰਚਨਟਲੀ ਮੇਰੇ ਤੋਂ ਅੱਛਾ ਪਹਿਨੇ ਸ਼ੁਰੂਆਤ ਕਰਦੇ ਹਾਂ ਮੈਂ ਪਹਿਨੇ کہہ ਸਕਦਾ ਹਾਂਜੀ ਹਾਂਜੀ ਬਿਲਕੁਲ ਕੰਫਰਟੇਬਲ ਕਿਉਂਕਿ ਵੈਸੇ ਹੀ ਪਤਾ ਨਹੀਂ ਮੇਰਾ ਮਨ ਕਰ ਰਿਹਾ ਵੀ ਮੈਂ ਪਹਿਨਾਂ ਤੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਨਾ ਵੀ ਇੱਕ ਐਸੇ ਪਰਿਵਾਰ ਦੇ ਵਿੱਚ ਜਨਮ ਲੈਣਾ ਜੀ ਕਿ ਜਿਸ ਪਰਿਵਾਰ ਦਾ ਬੜਾ ਵੱਡਾ ਨਾਮ ਸੀ ਜਿਸ ਕਲਾਕਾਰ ਦਾ ਬੜਾ ਵੱਡਾ ਨਾਮ ਸੀ ਉਸ ਕਲਾਕਾਰ ਦੀ ਤੀ ਹੋਣਾ ਕਿੰਨਾ ਕਮਾਨ ਮਹਿਸੂਸ ਕਰਦੇ ਹਾਂ ਮਾਣ ਵੀ ਹੈ ਬਟ ਮੈਨੂੰ ਦਾ ਬlesing ਜ਼ਿਆਦਾ ਹੈ ਇਟਸ ਅ ਬlesing ਇਨ ਡਿਸ ਗਾਇਸ ਕਿ ਮੈਨੂੰ ਇਸ ਫੈਮਲੀ ਚ ਮੈਂ ਜਨਮ ਲਿਆ ਇੱਕ ਨਾਮ ਮੇਰੇ ਨਾਲ ਇੱਕ ਸ਼ੈਡੋ ਮੇਰੇ ਨਾਲ ਜੁੜੀ ਹੋਈ ਹੈ ਪਾਪਾ ਦੀ ਐਂਡ ਇੱਕ ਕਿਸੇ ਨਾ ਕਿਤੇ ਨਾ ਕਿਤੇ ਇਹ ਥੋੜਾ ਜਿਹਾ ਸਟ्रेस ਵੀ ਆ ਕਿ ਮੈਂ ਉਹਨਾਂ ਦੇ ਸ਼ੂਜ਼ ਫਿਲ ਕਰਨੇ ਆ ਜੋ ਕਿ ਮੈਂ ਨਹੀਂ ਕਰ ਸਕਦੀ ਉਹ ਪਾਪਾ ਦਾ ਲੈਵਲ ਕੋਈ ਹੋਰ ਸੀਗਾ ਮੈਂ ਉੱਥੋਂ ਦੇ ਅੱਧ ਤੱਕ ਵੀ ਪਹੁੰਚ ਗਈ ਤਾਂ ਮੈਨੂੰ ਲੱਗੂਗਾ ਕਿ ਮੈਂ ਸਕਸੈਸਫੁਲ ਆਏ ਕੀ ਪਾਪਾ ਦਾ ਹਾਫ ਵੀ ਜੇ ਮੈਂ ਟੱਚ ਕਰ ਲਿਆ ਤਾਂ ਅੱਛਾ ਭਾਵੇਂ ਹੋਇਆ ਕਿ ਜਿਵੇਂ ਤੁਸੀਂ ਹੁਣ ਸ਼ੂਜ਼ ਫਿਲ ਕਰਨ ਵਾਲੀ ਗੱਲ ਕੀਤੀ ਵੀ ਮੈਂ ਆਪਣੇ ਪਿਓ ਦੇ ਪੈਰਾਂ ਦੇ ਪੈਰ ਧਰਨੇ ਨੇ ਵੀ ਕੋਸ਼ਿਸ਼ ਕਰਨੀ ਹੈ ਜੀ ਛੋਟੇ ਹੁੰਦੇ ਮੈਂ ਬੜੀ ਵਾਰ ਕੀਤਾ ਮੈਂ ਆਪਣੇ ਡੈਡੀ ਜੀ ਦੀ ਜੁੱਤੀ ਪਾ ਕੇ ਘੁੰਮਦਾ ਹੁੰਦਾ ਸੀ ਜੁੱਤ ਪੈਰ ਇੰਨਾ ਕ ਹੁੰਦਾ ਸੀ ਜੁੱਤੀ ਇੰਨੀ ਵੱਡੀ ਹੁੰਦੀ ਸੀ ਤੁਸੀਂ ਕਦੇ ਟਰਾਈ ਕੀਤਾ ਹੈ ਮੈਂ ਪਾਪਾ ਦੀਆਂ ਜੈਕਟਸ ਪਾਉਣੀ ਹੁੰਦੀ ਸੀਗੀ ਬਹੁਤ ਹੁਣ ਵੀ ਜਿਹੜੀਆਂ ਕੁਝ ਬਹੁਤ ਮੈਨੂੰ ਪਸੰਦ ਸੀ ਦਿਲ ਦੇ ਕਰੀਬ ਸੀ ਉਹ ਮੇਰੇ ਕੋਲ ਨੇ ਹਲੇ ਵੀ ਸਭੀਆਂ ਪਾਉਨੀਆਂ ਖਦਿਕਦੇ ਹਾਂਜੀ ਤੁਸੀਂ ਕਦੇ ਉਹਨਾਂ ਨੂੰ ਪਾ ਕੇ ਇਮੋਸ਼ਨਲ ਤਾਂ ਨਹੀਂ ਹੋਏ ਵੈਸੇ ਅ ਸ਼ੁਰੂ ਸ਼ੁਰੂ ਚ ਹੁੰਦੀ ਸੀਗੀ ਹੁਣ ਬਟ ਚੰਗਾ ਲੱਗਦਾ ਹੈ ਉਹਨਾਂ ਦਾ ਅਹਿਸਾਸ ਹੁੰਦਾ ਜਦੋਂ ਜੈਕਟ ਪਾਉਣੀ ਹੈ ਕਦੇ ਕਿਸ ਨੇ ਆਇਆ ਕਿ ਉਹ ਸਿਵਤਾ ਜੀ ਨੂੰ ਛੱਡ ਹੋਰ ਪਾਲਾ ਹੋਰ ਬਹੁਤ ਕੱਪੜੇ ਦੇ ਕੋ ਹੁਣ ਤਾਂ ਤੂੰ ਆਰਟਿਸਟ ਆ ਤੇਰੇ ਕੋ ਤੇਰੇ ਕੋ ਕਲੈਕਸ਼ਨਸ ਬਹੁਤ ਸੋਹਣੀ ਸੋਹਣੀਆਂ ਨੇ ਵੀ ਉਹੀ ਚੀਜ਼ ਪਾਉਣੀ ਬਾਰ-ਬਾਰ ਕੁਝ ਇਸ ਤਰੀਕੇ ਦੀ ਚੀਜ਼ਾਂ ਕਦੇ ਕਿਸੇ ਨੇ ਕਿਹਾ ਹੋਵੇ ਤੁਹਾਨੂੰ ਨਹੀਂ ਨਹੀਂ ਕਿਉਂਕਿ ਪਤਾ ਹੈ ਸਭ ਨੂੰ ਕਿ ਮੈਂ ਕਿਸ ਇਮੋਸ਼ਨ ਨਾਲ ਕਿਸ ਫੀਲਿੰਗ ਨਾਲ ਪਾਉਂਦੀ ਆ ਸਾਰਿਆਂ ਨੂੰ ਪਤਾ ਸਭ ਨੂੰ ਪਤਾ ਕੀ ਬਾਤ ਹੈ ਅੱਛਾ ਪੜ੍ਹਨੀ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗਾ ਪਰਿਵਾਰ ਦੇ ਵਿੱਚ ਤੁਸੀਂ ਸਭ ਤੋਂ ਵੱਡੇ ਹੋ ਜੀ ਜੇਠੇ ਹੋ ਤੁਸੀਂ ਜੀ ਪਰਿਵਾਰ ਦੇ ਵਿੱਚ ਕਹਿੰਦੇ ਜੇਠੀ ਧੀ ਹੁੰਦੀ ਹੈ ਜੇਠਾ ਪੁੱਤ ਹੁੰਦਾ ਉਹਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਵੈਸੇ ਪਤਾ ਨਹੀਂ ਸੁਣਿਆ ਗੱਲਾਂ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਪਰਿਵਾਰ 'ਚ ਹੁੰਦਾ ਜਾਂ ਤਾਂ ਸਭ ਤੋਂ ਵੱਡਾ ਮਾਣ ਖੱਟਦਾ ਹੈ ਜਾਂ ਸਭ ਤੋਂ ਵੱਧ ਗਾਲਾਂ ਆਉਂਦੇ ਪੈਂਦੀਆਂ ਨੇ ਉਹ ਕਿੰਨੇ ਗਾਲਾਂ ਕਹਿੰਦੇ ਹੁੰਦਾ ਕਿ ਨਹੀਂ ਇਹ ਹਾਂ ਹੁੰਦਾ ਤਾਂ ਹੈ ਪਰ ਗਾਲਾਂ ਹੁਣ ਭੈਣ ਭਰਾਵਾਂ 'ਚ ਲੜਾਈ ਝਗੜੇ ਇੱਕ ਦੂਜੇ ਨੂੰ ਟੀਜ਼ ਕਰਨਾ ਚੱਲਦਾ ਹੀ ਰਹਿੰਦਾ ਏ ਤੇ ਪਰ ਇਹ ਜਰੂਰ ਸੁਣਨ ਚ ਮੈਨੂੰ ਹਰ ਵਾਰੀ ਮਿਲਦਾ ਕਿ ਉਹ ਛੋਟਾ ਹੈ ਤੂੰ ਤਾਂ ਸਮਝਦਾਰ ਹੈ ਵੱਡੀ ਹੈ ਤੂੰ ਹਟ ਜਾ ਪਰ ਵੈਨ ਯੂ ਹੈਵ ਅ ਸਿਬਲਿੰਗ ਤਾਂ ਇਨ ਇਦਾਂ ਦਾ ਯੂ ਨੈਵਰ ਗਰੋ ਅਪ ਤੁਸੀਂ ਆਲਵੇਸ ਬੱਚੇ ਹੀ ਹੁੰਨੇ ਹੋ ਬਿਲਕੁਲ ਜਿਵੇਂ ਤੁਸੀਂ ਭੈਣ ਭਰਾ ਆਪਸ ਚ ਲੜਦੇ ਬਹੁਤ ਫਿਰਾਂ ਉਹ ਤਾਂ ਹਰ ਭੈਣ ਭਰਾ ਹੀ ਲੜਦੇ ਨੇ ਕੋਈ ਕੋਈ ਐਸੀ ਹਾਂ ਮੈਂ ਬਹੁਤ ਭੈਣ ਨਾਲ ਲੜਦਾ ਸੀ ਮੈਂ ਨਾ ਮਰਕੀ ਮੈਂ ਆਪਣੀ ਭੈਣ ਤੋਂ 6 ਸਾਲ ਛੋਟਾ ਤੇ ਮੈਂ ਉਹਨੂੰ ਬਚ ਬਚਾ ਬਜਾ ਕੇ ਨਿਕਲਦਾ ਹੁੰਦਾ ਸੀਗਾ ਵੀ ਮੈਨੂੰ ਫੜ ਨਾ ਲਵੇ ਜੇ ਫੜ ਲਿਆ ਅੱਜ ਤਾਂ ਮੇਰੀ મોત ਇਹ ਵੀ ਬੜੀ ਜੇਦ ਹੁੰਦੀ ਆ ਵੀ ਜੇ ਲਾਸਟ ਚਪੇੜ ਮਾਰਨੀ ਆ ਜਾਂ ਲਾਸਟ ਹਿੱਟ ਕਰਨਾ ਉਹ ਮੇਰਾ ਹੋਵੇ ਪੁਆਇੰਟ ਵੱਧ ਗਿਆ ਉਹਨਾਂ ਦਾ ਹੋਵੇ ਕਦੇ ਕੋਈ ਹੋਇਆ ਇਦਾਂ ਕੋਈ ਐਸੀ ਕੋਈ ਕੋਈ ਲੜਾਈ ਹੋਵੇ ਜਿਹੜੀ ਤੁਹਾਨੂੰ ਯਾਦ ਆ ਵੀ ਤੁਸੀਂ ਆਪਸ ਵਿੱਚ ਲੜ ਰਹੇ ਹੋ ਤੇ ਕੁੱਟ ਵਾਪਸ ਪਰ ਮੰਮੀ ਤੋਂ ਦੋਨਾਂ ਦੇ ਪੈ ਗਈ ਸਾਨੂੰ ਨਾ ਮੈਕਡੋਨਲਡਸ ਵਾ ਪਸੰਦਾ ਦੋਨਾਂ ਨੂੰ ਸੋ ਜਦੋਂ ਛੋਟੇ ਹੁੰਦੇ ਹੈਪੀ ਮੀਲ ਲੈਂਦੇ ਹੁੰਦੇ ਸੀਗੇ ਮੈਕਡੋਨਲਡਸ ਦਾ ਉਹਦੇ ਵਿੱਚੋਂ ਕਈ ਵਾਰੀ ਟੌਏ ਨਿਕਲਦਾ ਸੀ ਉਹ ਹੈਪੀ ਮੀਲ ਬੱਚਿਆਂ ਲਈ ਹੀ ਸੀਗਾ ਤੇ ਉਹਦੇ ਵਿੱਚ ਟੌਏ ਹੁੰਦਾ ਸੀ ਆਲਵੇਸ ਤੇ ਇੱਕ ਵਾਰ ਇੱਕ ਹੈਪੀ ਮੀਲ ਚੋਂ ਨਿਕਲਿਆ ਇੱਕ ਹੈਪੀ ਮੀਲ ਚੋਂ ਨਿਕਲਿਆ ਨਾ ਸਾਡੀ ਲੜਾਈ ਪੈ ਗਈ ਮੰਮਾ ਨੇ ਉਹ ਜਿਹੜਾ ਸੀਗਾ ਉਹ ਚਾਕ ਇੰਡਸਟਰੀ ਵਿੱਚ ਸੁੱਟਦਾ ਕਹਿੰਦੇ ਕਿਸੇ ਨੂੰ ਨਹੀਂ ਮਿਲਣਾ ਚੋਕਰ ਵਿੱਚ ਬੈਜਦੇ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ ਹਲੇ ਵੀ ਕਦੇ ਕਦੇ ਹੋ ਜਾਂਦਾ ਹੈ ਕਿਆ ਵਾ ਕਿਆ ਵਾ ਅੱਛਾ ਭੈਣੇ ਕੁਝ ਐਸਾ ਹੋਇਆ ਸੀ ਤੁਹਾਡੇ ਨਾਲ ਵੀ ਜਿਵੇਂ ਵੈਸੇ ਹੁੰਦਾ ਮੈਂ ਜਿਵੇਂ ਆਪਣੇ ਭੈਣ ਦੀ ਗੱਲ ਦੱਸਦਾ ਸੀਗਾ ਵੀ ਕਈ ਵਾਰ ਕਈ ਮੂਮੈਂਟਸ ਐਸੇ ਹੁੰਦੇ ਨੇ ਕਿ ਜਿੱਥੇ ਆਪਾਂ ਵੈਸੇ ਨਾਰਾਜ਼ ਹੁੰਨੇ ਆਂ ਬੁਲਾਉਣ ਦਾ ਮਨ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਉਹਦੇ ਨਾਲ ਹੁੰਨੇ ਆਂ ਵੀ ਚੱਲ ਟੈਨਸ਼ਨ ਨਾ ਲੈ ਉਹ ਤਾਂ ਆਲਵੇਜ਼ ਹੀ ਆ ਨਾ ਉਹ ਤਾਂ ਇਹ ਚੀਜ਼ ਤਾਂ ਫੋਰਐਵਰ ਆ ਮਤਲਬ ਇਹ ਤਾਂ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦੀ ਆ ਮੈਂ ਤੇ ਬ੍ਰਦਰ ਮੇਰਾ ਨਾਮ ਜੋਸ਼ਾ ਸੋ ਮੈਂ ਤੇ ਜੋਸ਼ ਲੜ ਪਈ ਬਹੁਤ ਜ਼ਿਆਦਾ ਇੱਕ ਦਿਨ ਹਣਾ ਸਾਡੀ ਲੜਾਈ ਜੋ ਵੀ ਹੋ ਗਿਆ ਠੀਕ ਹੈ ਪਾਪਾ ਵਿੱਚ ਆ ਗਏ ਅੱਛਾ ਹੁਣ ਪਾਪਾ ਦੀ ਮੈਂ ਬਹੁਤ ਜ਼ਿਆਦਾ ਲਾੜੀ ਸੀਗੀ ਹਾਂ ਪਾਪਾ ਵਿੱਚ ਆ ਗਏ ਤੇ ਚप्पल ਲਾ ਲਈ ਪਾਪਾ ਨੇ ਜੋਸ਼ਵਲ ਨੂੰ ਵਰਟਿਕ ਵੀ ਖੜਾ ਜਾਂ ਤੈਨੂੰ ਮੈਂ ਦੱਸਦਾ ਤੇ ਉਧਰੋਂ ਮੈਨੂੰ ਆਇਓ ਗਿਆ ਵੀ ਨਹੀਂ ਹੁਣ ਇਹਦੇ ਪੈਣ ਗਿਆ ਮੈਂ ਉਧਰ ਉਹਨੂੰ ਕਹਿ ਰਹੀਆਂ ਜੋਸ਼ ਭੱਜ ਜਾ ਭੱਜ ਜਾ ਤੇਰੀ ਮਾਰਨ ਕੇ ਪਾਪਾ ਭੱਜ ਉਹਨੂੰ ਵੀ ਬਚਾ ਲਿਆ ਸ਼ਿਕਾਇਤ ਵੀ ਲਾਤੀ ਸੋ ਬੋਥ ਵੇਜ਼ ਕੀ ਬਾਤ ਹੈ ਕੀ ਬਈ ਵੈਸੇ ਚੱਲਦੀ ਰਹਿੰਦੀ ਆ ਨਾ ਬੜੀ ਛੋਟਿਆ ਬੜਾ ਛੋਟਾ ਜਾਂ ਕਿਸ ਤਰ੍ਹਾਂ ਸੀਗਾ ਬਟ ਉਹ ਚੀਜ਼ ਇੱਥੇ ਸਾਬਤ ਹੋ ਜਾਂਦੀ ਆ ਕਿ ਹਾਂ ਲੜਦੇ ਪਿੰਦੇ ਰਹਿਣੇ ਆ ਪਰ ਜਿੱਥੇ ਲੋੜ ਪੈਂਦੀ ਆ ਉੱਥੇ ਆਪਾਂ ਪੈਂਪੁਰਾ ਦੇ ਨਾਲ ਖੜੇ ਆ ਜਿਹੜੇ ਉਹ ਕਹਿੰਦੇ ਨਾ ਬਈ ਰਾਜਵੀਰ ਦਾ ਗਾਣਾ ਜੰਮੇ ਨਾਲ ਵਗੇ ਮੈਂ ਜੋ ਜੀ ਕਹਿ ਲਾਂ ਕੋਈ ਹੋਰ ਨਹੀਂ ਕੁਝ ਕਹਿ ਜ਼ਿਆਦਾ ਹਾਂ ਮੈਂ ਮੇਰੀ 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 ਮਰਜ਼ੀ ਮੈਂ ਜੋ ਮਰਜ਼ੀ ਕਹਿਣਾ ਮੈਂ ਚੇ ਕੁੱਟ ਵੀ ਲਵਾ ਯੈਸ ਕੋਈ ਹੋਰ ਅੱਖ ਵੀ ਨਹੀਂ ਚੱਕ ਕੇ ਦੇਖ ਸਕਦਾ ਬਿਲਕੁਲ ਕੀ ਬਾਤ ਉਹ ਹਾਲਾਂਕਿ ਮੇਰ ਤੋਂ ਛੋਟਾ ਹੈ ਬਟ ਵੈਸੇ ਵੀ ਹੀ ਇਜ਼ ਵੈਰੀ ਪ੍ਰੋਟੈਕਟਿਵ ਬਹੁਤ ਪ੍ਰੋਟੈਕਟਿਵ ਹੈ ਮੈਨੂੰ ਲੈ ਕੇ ਐਂਡ ਇਟਸ ਅ ਡੋਰੇਬਲ ਨਹੀਂ ਹੋਣਾ ਵੀ ਚਾਹੀਦਾ ਬਿਲਕੁਲ ਇੱਕ ਭੈਣ ਨੂੰ ਲੈ ਕੇ ਭਰਾ ਨੂੰ ਤਾਂ ਪ੍ਰੋਟੈਕਟਿਵ ਹੋਣਾ ਹੀ ਚਾਹੀਦਾ ਹੈ ਬੋਡੀਗਾਰਡ ਹੀ ਹੁੰਦੇ ਨੇ ਭਰਾ ਦੇ ਭੈਣਾਂ ਦੇ ਬਿਲਕੁਲ ਸਹੀ ਗੱਲ ਜੀ ਬਿਲਕੁਲ ਅੱਛਾ ਭੈਣ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ ਜੀ ਵੀ ਜਦ ਤੁਸੀਂ ਸ ਤੁਸੀਂ ਕਿਹੜੇ ਸਾਲ ਦੇ ਵਿੱਚ ਇੰਡਸਟਰੀ ਦੇ ਵਿੱਚ ਪਹਿਲਾ ਗਾਣਾ ਲੈ ਕੇ ਆਏ ਸੀ 19 19 2019 ਠੀਕ ਹੈ ਤੇ ਉਹ ਸਬਬ ਕਿਵੇਂ ਬਣਦਾ ਕਿਵੇਂ ਮਨ ਦੇ ਵਿੱਚ ਕਿਉਂਕਿ ਉਦੋਂ ਉਮਰ ਵੈਸੇ ਦੇਖਿਆ ਜਾਵੇ ਤਾਂ ਤੁਹਾਡੀ ਇੰਡਸਟਰੀ ਦੇ ਵਿੱਚ ਆਉਣ ਵਾਲੀ ਹੀ ਸੀ ਹਮਮ ਪਰ ਆਇਆ ਇਸ ਕਰਕੇ ਜਾਂਦਾ ਕਿ ਤੁਸੀਂ ਤੁਹਾਡਾ ਆਪਣਾ ਮਨ ਸੀ ਕਿ ਕੋਈ ਤੁਹਾਨੂੰ ਕੰਪੈਲ ਕਰਦਾ ਵੀ ਨਹੀਂ ਹੁਣ ਤੂੰ ਆ ਵੀ ਕਿਉਂਕਿ ਕਰਾਜ ਬਰਾੜ ਦਾ ਇੱਕ ਉਹ ਵੰਸ਼ ਅੱਗੇ ਆਉਣਾ ਜ਼ਰੂਰੀ ਹੈ ਪਤਾ ਲੱਗਣਾ ਚਾਹੀਦਾ ਵੀ ਲੋਕ ਵੀ ਹਾਂ ਰਾਜ ਬਰਾੜ ਦੀ ਧੀ ਆ ਗਈ ਇਸ ਕਰਕੇ ਆਇਆ ਸੀ ਵੀ ਰਾਜਪਟ ਦੀ ਧੀ ਹੈ ਕਿ ਇਸ ਕਰਕੇ ਆਇਆ ਸੀ ਵੀ ਮੇਰਾ ਮਨ ਹੈ ਮੇਰਾ ਓਕੇ ਹੁਣ ਪੰਜਾਬੀ ਚ ਨਾ ਇੱਕ ਚੀਜ਼ ਕਹੀ ਦੀ ਆ ਕਿ ਜਦੋਂ ਨੇ ਸੁਰਤ ਸੰਭਾਲੀਆ ਹੂੰ ਸੋ ਜਦੋਂ ਦੀ ਮੈਂ ਸੁਰਤ ਸੰਭਾਲੀਆ ਮੈਂ ਇੱਕ ਹੀ ਸੁਪਨਾ ਦੇਖਿਆ ਕਿ ਮੈਂ ਸਿੰਗਰ ਬੰਨਾ ਐ ਐਕਟਰ ਬੰਨਾ ਅੱਛਾ ਛੋਟੇ ਹੁੰਦੇ ਤੋਂ ਹੀ ਛੋਟੇ ਹੁੰਦੇ ਤੋਂ ਹੀ ਸਕੂਲ ਕੋਇਰਸ 뮤직 ਕੰਪੀਟੀਸ਼ਨਸ ਤੋਂ ਸਟਾਰਟ ਹੋ ਕੇ ਐਂਡ ਆਮ ਬLESSED ਕਿ ਅੱਜ ਜਿੱਥੇ ਐਜ਼ ਅ ਸਿੰਗਰ ਐਕਟਰ ਤੁਹਾਨੂੰ ਤੁਹਾਡੇ ਸਾਹਮਣੇ ਬੈਠੀ ਹਾਂ। ਕੀ ਬਾਤ ਹੈ। ਹਾਂ ਮਤਲਬ ਸ਼ੁਰੂ ਤੋਂ ਮੈਂ ਇੱਕੀ ਸੁਪਨਾ ਦੇਖਿਆ ਨੈਮ ਬlesed ਕਿ ਆਮ ਗੇਟਿੰਗ ਟੂ ਲਿਵ ਮਾਈ ਡ੍ਰੀਮ। ਬਾਕੀ ਪਾਪਾ ਨੂੰ ਦੇਖਦੀ ਸੀ ਇਨਸਪਾਇਰ ਹੁੰਦੀ ਸੀਗੀ ਜਦੋਂ ਕਿਤੇ ਪਬਲਿਕ ਪਲੇਸ ਤੇ ਜਾਂਦੇ ਸੀ। ਹਮ ਤੇ ਪਾਪਾ ਨੂੰ ਪਛਾਣਦੇ ਸੀ ਲੋਕ ਫੋਟੋਸ ਕਰਾਉਂਦੇ ਸੀ ਆਟੋਗ੍ਰਾਫ ਲੈਂਦੇ ਸੀ। ਮੈਨੂੰ ਇਦਾਂ ਲੱਗਦਾ ਸੀ ਕਿ ਨਹੀਂ ਮੇਰਾ ਵੀ ਮੈਂ ਵੀ ਕਿਤੇ ਪੀਟ ਤੇ ਜਾਵਾਂ ਤਾਂ ਮੇਰੀ ਵੀ ਪਛਾਣ ਹੋਣੀ ਚਾਹੀਦੀ ਆ। ਵੀ ਹੋਰ ਕਿਸੇ ਨੂੰ ਲੋਕ ਜਾਣਨ ਨਾ ਜਾਣਨ ਮੈਨੂੰ ਮੇਰਾ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਹ ਕੌਣ ਆ। ਪੀੜ ਦੇ ਵਿੱਚ ਵੀ ਤੇ ਉਹ ਸਲਾਈਮ ਲਾਈਟ ਨੂੰ ਲੈ ਕੇ ਬੜਾ ਮੈਂ ਫੈਸੀਨੇਟ ਹੁੰਦੀ ਹੁੰਦੀ ਸੀ ਥੋੜੇ ਮਨ ਚ ਸੀ ਵੀ ਮੈਂ ਵੀ ਇਹ ਇਹ ਕਰਨੀ ਹੈ ਜੀ ਡੈਫੀਨਿਟਲੀ ਸ਼ੁਰੂ ਤੋਂ ਹੀ ਵੀ ਕ੍ਰੇਜ਼ ਸੀ ਪੂਰਾ ਪੂਰਾ ਅੱਛਾ ਕੋਈ ਪਹਿਲੀ ਅਸੀ ਚੀਜ਼ ਹੋਵੇ ਜਿਹੜੇ ਤੁਸੀਂ ਰਾਜਵਰਦ ਸਾਹਿਬ ਨੂੰ ਪੁੱਛੀ ਹੋਵੇ ਪਾਪਾ ਮੈਂ ਵੀ ਇਦਾਂ ਦਾ ਕਰਨਾ ਚਾਹੁੰਦੀ ਆ ਵੀ ਲੋਕ ਤੁਹਾਡੇ ਨਾਲ ਫੋਟੋ ਕਰਾਉਂਦੇ ਨੇ ਕਰੇ ਸ਼ੇਅਰ ਕੀਤੀ ਸੀ ਫੀਲਿੰਗ ਕਿ ਬਹੁਤ ਘੱਟ ਹੁੰਦਾ ਅੱਜ ਕੱਲ੍ਹ ਦੇ ਬੱਚੇ ਸ਼ੇਅਰ ਨਹੀਂ ਕਰਦੇ ਪਾਪਾ অল레ਡੀ ਪਤਾ ਸੀ ਉਹ ਹਰ ਸਕੂਲ ਦੇ ਹਰ 뮤ਜ਼ਿਕ ਕੰਪੀਟੀਸ਼ਨ ਤੇ ਆਉਂਦੇ ਸੀਗੇ ਮਮ ਡੈਡ ਦੋਨੋਂ ਤੇ ਹਰ ਵਾਰੀ ਮੈਨੂੰ ਪਰਫਾਰਮ ਕਰਦੇ ਹੋਏ ਦੇਖਦੇ ਸੀਗੇ ਸੋ ਉਹਨਾਂ ਨੂੰ ਪਤਾ ਸੀਗਾ ਕਿ ਨੇ ਇਹੀ ਕਰਨਾ ਹੈ ਕਰਨਾ ਨੇ ਇਹੀ ਠੀਕ ਕਰਨਾ ਛੋਟੇ ਹੁੰਦੇ ਸਕੂਲ ਦੇ ਵਿੱਚ ਕਿੰਨਾ ਕੁ ਗਿਆ ਬਹੁਤ ਸੋਲੋ ਵੀ ਗਰੁੱਪਸ 'ਚ ਵੀ ਸਟੇਜ ਤੇ ਜਿਹੜੇ ਰਹੇ ਸੀ ਸਟੇਜ ਤੇ ਡਾਂਸ ਐਕਟਿੰਗ ਪਲੇਸ ਮੈਂ ਸ਼ੁਰੂ ਤੋਂ ਇਸੇ ਫੀਲਡ 'ਤੇ ਇੰਟਰਸਟਿਡ ਰਹੀ ਹਾਂ ਪੜਨ ਦੇ ਵਿੱਚ ਕਿ ਪੜ੍ਹਾਈ 'ਚ ਮੈਂ ਐਵਰੇਜ ਬੱਚਾ ਸੀਗਾ ਐਵੇਂ ਝੂਠ ਬੋਲਾਂ ਕੋਈ ਬਹੁਤ ਇੰਟੈਲੀਜੈਂਟ ਨਹੀਂ ਸੀਗਾ ਠੀਕ ਠਾਕ ਬੈਂਦੇ ਕਿੱਥੇ ਹੁੰਦੇ ਸੀ ਮਿਹਰਤ ਬੈਕ ਬੈਂਚ ਨਹੀਂ ਸੀਗੀ ਮੈਂ ਅਸਲੀ ਰਿਚਟ ਹੈ ਹਾਂ ਵਿਚਕਾਰ ਜਿਵੇਂ ਠੀਕ ਹੈ ਅੱਗੇ ਬੈ ਕੇ ਮੈਨੂੰ ਡਰ ਲੱਗਦਾ ਸੀ ਟੀਚਰਸ ਤੋਂ ਬਿਲਕੁਲ ਨੇੜੇ ਕਦੇ ਕੁੱਟ ਪਈ ਨਹੀਂ ਸਕੂਲ 'ਚ ਕਦੇ ਕੁੱਟ ਨਹੀਂ 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 ਸਕੂਲ ਹੀ ਇਦਾਂ ਦਾ ਸੀ ਉਹ ਸ਼ਾਇਦ ਇੱਥੇ ਬਾਈਪੀਐਸ ਮੋਹਾਲੀ ਜਿਹੜੀ ਮੋਹਾਲੀ ਹੀ ਪੜੀ ਹਾਂਜੀ ਕਿਸੇ ਦੇ ਵੀ ਕਦੇ ਕਿਸੇ ਕਲਾਸ ਦੇ ਵਿੱਚ ਦੇ ਕਦੇ ਕੁੱਟ ਨਹੀਂ ਗਏ ਨਹੀਂ ਸਪੋਰਟਸ ਟੀਚਰ ਜਿਹੜੇ ਸੀਗੇ ਉਹ ਮੁੰਡਿਆਂ ਨੂੰ ਕਦੇ-ਕਦੇ ਕੁੱਟ ਦਿੰਦੇ ਸੀਗੇ ਬਟ ਮੈਨੂੰ ਤਾਂ ਨਹੀਂ ਕਦੇ ਕੋਈ ਤੁਸੀਂ ਘਰ ਦੇ ਵਿੱਚ ਸ਼ਰਾਰਤੀ ਸੀ ਕਿ ਬਸ ਹਾਊਸ ਹਾਊਸ ਹਾਊ ਹਾਂਜੀ ਜਿੱਦਾਂ ਕਹਤਾ ਕਰਤਾ ਇਹਦੇ ਵੀ ਹੁਣ ਦੋ ਸਾਈਡਸ ਐ ਜੇ ਤਾਂ ਪੇਰੈਂਟਸ ਦੀ ਗੱਲ ਐ ਤਾਂ ਫਿਰ ਉਹਨਾਂ ਦੀ ਗਲਤੀ ਮੈਂ ਮੰਨ ਲੈਂਦੀ ਸੀ ਕਿ ਜਿੱਥੇ ਹੁਣ ਬ੍ਰਦਰ ਦੀ ਗੱਲ ਆ ਜਾਂਦੀ ਐ ਉੱਥੇ ਅੜ ਗਏ ਉੱਥੇ ਮੈਨੂੰ ਆਉਂਦਾ ਸੀ ਤੂੰ ਮੈਨੂੰ ਗੱਲ ਮਨਾ ਕੇ ਦਿਖਾ ਜਾਣ ਕੇ ਅੜਨਾ ਹਾਂ ਜਾਣ ਕੇ ਅੜਨਾ ਏ ਵੀ ਦੀ ਹੁਣ ਵੀ ਅੱਜ ਵੀ ਉਹ ਜੇ ਕਦੇ ਲਈ ਹੋ ਜਾਂਦਾ ਹੈ ਮੰਨ ਲਓ ਤੇ ਉਹਨੇ ਮੈਨੂੰ ਆਵਾਜ਼ ਮਾਰੀ ਹੈ ਨਾ ਤਾਂ ਆਈਂ ਦਾਜ ਤੇ ਮੈਂ ਜਾਨੀ ਆ ਪੱਖਾ ਤੇਜ ਕਰਦੇ ਜੇ ਉਹਨੇ ਪੱਖਾ ਤੇਜ ਕਰਨ ਨੂੰ ਕਿਹਾ ਮੈਂ ਪੱਖਾ ਬੰਦ ਕਰਕੇ ਚਲੀ ਜਾਨੀ ਆ ਜੋ ਕਹਿੰਦੀ ਆ ਟਰਨ ਲੱਗ ਰਹੀ ਹੈ ਇਹਦਾ ਪੱਖਾ ਬੰਦ ਕਰ ਦੇ ਤੇ ਮੈਂ ਪੱਖਾ ਤੇਜ ਕਰਕੇ ਚਲੀ ਜਾਨੀ ਇਹਦਾ ਵਿਚਾਰ ਹੰਦਕਾ ਸਰ ਚੱਲਦਾ ਹੀ ਰਹਿੰਦਾ ਇਹਦਾ ਜਿੱਤਕਾ ਕਰਦੇ ਉਹ ਉਹ ਵੀ ਕਰਦਾ ਗੁਮ ਕੱਲੀ ਥੋੜੀ ਕਰਦੀ ਆ ਅੱਛਾ ਸਕੂਲ ਦਾ ਕੋਈ ਐਸਾ ਕੋਈ ਵਾਕਿਆ ਜ਼ਰੂਰ ਦੱਸੋ ਵੀ ਜਿਹੜਾ ਤੁਹਾਡੇ ਫਾਦਰ ਸਾਹਿਬ ਨੂੰ ਬੜਾ ਚੰਗਾ ਲੱਗਿਆ ਹੋਵੇ ਕੋਈ ਪਹਿਲੀ ਵਾਰ ਤੁਸੀਂ ਸਟੇਜ ਤੇ ਕੋਈ ਗਾਣਾ ਗਾਇਆ ਹੋਵੇ ਜਾਂ ਕੋਈ ਐਸਾ ਅ ਕੋਈ ਸੈਰਮਨੀ ਹੋਵੇ ਕੋਈ ਐਸਾ ਫੰਕਸ਼ਨ ਹੋਵੇ ਜਿੱਥੇ ਫਾਦਰ ਸਾਹਿਬ ਪਹੁੰਚੇ ਹੋਣ ਤੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਮੇਰੀ ਧੀ ਆ। ਕੀ ਬਾਤ ਹੈ। ਹੂੰ ਹੂੰ ਇਹ ਹੁਣ ਦੋ ਨੇ। ਇੱਕ ਤਾਂ ਮੈਂ ਜਦੋਂ 3rd ਟਾਈਮ ਸਕੂਲ 'ਚ ਪਰਫਾਰਮ ਕੀਤਾ ਸੀ ਉਦੋਂ ਪਾਪਾ ਦਾ ਗਾਇਆ ਹੋਇ ਇੱਕ ਧਾਰਮਿਕ ਗਾਣਾ ਪਰਫਾਰਮ ਕੀਤਾ ਸੀ। ਮੈਂ 뮤직 ਕੰਪੀਟੀਸ਼ਨ ਸੀਗੀ। अच्छा इंटर हाउस म्यूजिक कंपटीशन ਸੀਗਾ ਤੇ ਉਹ ఓపెਨ ਕੀਤਾ ਸੀਗਾ ਉਹ ਧਾਰਮਿਕ ਗਾਣਾ گا ਕੇ ਇਹ ਕਿਹੜੀ ਕਲਾਸ ਦੀ ਗੱਲ ਹੈ ਇਹ 8th ਅਸੀਂ ਤੁਸੀਂ 8th ਕਲਾਸ 'ਚ ਸੀ ਹਾਂ ਓਕੇ ਇਹ ਹੋਇਆ ਸਕੂਲ 'ਚ ਹੀ ਸੀਗਾ ਸਕੂਲ 'ਚ ਹੋਇਆ ਸੀ ਸੀ ਇੱਕ ਉਦੋਂ ਪਾਪਾ ਬਹੁਤ ਪ੍ਰਾਊਡ ਸੀਗੇ ਪਾਪਾ ਦੀਆਂ ਅੱਖਾਂ ਪਾ ਰਹੀਆਂ ਸੀਗੀਆਂ ਕਿ ਵਾਹ ਔਰ ਮੈਂ ਉਹ ਮੂਮੈਂਟ ਕਦੇ ਵੀ ਨਹੀਂ ਬੋਲ ਸਕਦੀ ਕਿ ਪਾਪਾ ਤੋਂ ਮੈਨੂੰ ਇਹ ਰਿਐਕਸ਼ਨ ਮਿਲਿਆ ਕਿਉਂਕਿ ਬਹੁਤ इजीली ਅਪਰੀਸ਼ੀਏਟ ਨਹੀਂ ਸੀ ਕਰਦੇ ਕੁਝ ਉਹਨਾਂ ਨੂੰ ਬਹੁਤ ਐਕਸਟਰਾਔਡੀਨਰੀ ਲੱਗ ਮम्मा ਵੀ ਇਦਾਂ ਦੇ ਹੀ ਨੇ ਕੁਝ ਬਹੁਤ ਜ਼ਿਆਦਾ ਵਧੀਆ ਵਾਕਈ ਵਧੀਆ ਲੱਗਿਆ ਹੋਵੇ ਤਾਂ ਹੀ ਅਪਰੀਸ਼ੀਏਟ ਕਰਨੀ ਗੀ ਬਹੁਤ इजीली ਅਪਰੀਸ਼ੀਏਟ ਨਹੀਂ ਕਰਦੇ ਸੀ ਦੋਨੋਂ ਹੀ ਮੰਮਾ ਵੀ ਤੇ ਹੁਣ ਪਾਪਾ ਵੀ ਅੱਛਾ ਸੋ ਹਾਂ ਪਾਪਾ ਤੋਂ ਤਾਰੀਫ ਮਿਲਨੀ ਮਤਲਬ ਬੜੀ ਵੱਡੀ ਗੱਲ ਸੀਗੀ ਹਮ ਹਮ ਇੱਕ ਉਹ ਮੋਮੈਂਟ ਨਹੀਂ ਭੁੱਲਦਾ ਇੱਕ ਮੈਨੂੰ ਜਦੋਂ ਮਿਊਜ਼ਿਕ ਪ੍ਰੀਫੈਕਟ ਦਾ ਬੈਜ ਮਿਲਿਆ ਸੀਗਾ ਪ੍ਰੀਫੈਕਟ ਕਾਉਂਸਲ ਦੇ ਵਿੱਚ ਕਲਾਸ 12 ਦੇ ਵਿੱਚ ਓਕੇ ਤੇ ਉਦੋਂ ਵੀ ਪਾਪਾ ਬਹੁਤ ਹੈਪੀ ਸੀਗੇ ਕਿ ਜੇ ਕੁਝ ਅਚੀਵ ਕੀਤਾ ਪ੍ਰੀਫੈਕਟ ਕਾਉਂਸਲ ਚਾਹੀਆਂ ਤਾਂ ਉਹ ਮਿਊਜ਼ਿਕ ਦੇ ਰਿਲੇਟਡ ਹਮਮ ਅੱਛਾ ਅੱਜ ਕੱਲ ਜੋ ਆਪਣੀ ਸਿੰਗਿੰਗ ਇੰਡਸਟਰੀ ਆ ਆਰਟਿਸਟ ਇੰਡਸਟਰੀ ਦੀ ਜੇ ਮੈਂ ਗੱਲ ਕਰਾਂ ਜੀ ਬਹੁਤ ਭਜ ਰਟ ਹੈ ਹਮ ਹਰ ਵਕਤ ਮਨ ਦੇ ਵਿੱਚ ਸਿਰਫ ਇਹ ਚੱਲਦਾ ਰਹਿੰਦਾ ਹੈ ਕਿ ਅਗਲਾ ਪ੍ਰੋਜੈਕਟ ਕਿਹੜਾ ਕਰਨਾ ਹੈ ਰੀਲ ਸੀ ਬਣਾ ਲਈ ਰੀਲ ਬਣਾ ਲਈਏ ਰੀਲ ਸ਼ੇਅਰ ਕਰਤੀ ਇੰਨੇ ਵਿਊਜ਼ ਹੋ ਗਏ ਇੰਨੇ ਕਮੈਂਟਸ ਆ ਗਏ ਇੰਨਿਆਂ ਨੇ ਅੱਗੇ ਸ਼ੇਅਰ ਕਰਤੀ ਹੁਣ ਅਗਲੀ ਕਿਹੜੀ ਕਰਨੀ ਹੈ ਅਗਲਾ ਗਾਣਾ ਕੀ ਹੈ ਕਿਹੜਾ 뮤직 ਪ੍ਰੋਡਿਊਸਰ ਚਲਦੀ ਰਹਿੰਦੀ ਹੈ ਲਿਸਟ ਯਾਨੀ ਏਡੀ ਲੰਬੀ ਹੈ ਸਕੂਨ ਬਿਲਕੁਲ ਵੀ ਨਹੀਂ ਜ਼ਿੰਦਗੀ ਦੇ ਵਿੱਚ ਬਿਲਕੁਲ ਜੇ ਮੈਂ ਥੋੜ੍ਹਾ ਤੋਂ ਪੁੱਛਾਂ ਸਕੂਨ ਦਾ ਸਹੀ ਅਰ ਮੇਰੇ ਹਿਸਾਬ ਨਾਲ ਸਕੂਨ ਮਤਲਬ ਜੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਜੇ ਤੁਸੀਂ ਉਹ ਕਰਦੇ ਹੋਏ ਖੁਸ਼ ਹੋ ਸੈਟੀਸਫਾਈਡ ਹੋ ਤਾਂ ਉਸ ਤੋਂ ਅਗੇ ਸਕੂਨ ਕੋਈ ਨਹੀਂ ਹੈ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਮਜਬੂਰੀ ਉਹ ਕੰਮ ਕਰਨਾ ਪੈ ਰਿਹਾ ਹੈ ਜੇ ਤੁਸੀਂ ਉਹ ਕੰਮ ਕਰਦੇ ਹੋਏ ਖੁਸ਼ ਹੀ ਨਹੀਂ ਹੋ ਤਾਂ ਫਿਰ ਲਾਈਫ ਟਫ ਹੀ ਟਫ ਹੈ ਫਿਰ ਤਾਂ ਉਹਦਾ ਕੋਈ ਇਲਾਜ ਹੀ ਨਹੀਂ ਹੈ ਇਫ ਯੂ ਆਰ ਹੈਪੀ ਐਂਡ ਸੈਟੀਸਫਾਈਡ ਜੋ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਤਾਂ ਫਿਰ ਆਈ ਥਿੰਕ ਸਕੂਨ ਦਾ ਦੋ ਜਣਾ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਖਸੂਨ ਹੈ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਆਪਣੀ ਲਾਈਫ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਆਈ ਐਮ ਆਬਸੈਸਟ ਵਿਦ ਥਿਸ ਇੰਡਸਟਰੀ ਮੈਨੂੰ ਬਹੁਤ ਪਸੰਦ ਆ ਕੈਮਰੇ ਦੇ ਅੱਗੇ ਰਹਿਣਾ ਗਾਣੇ ਰਿਕਾਰਡ ਕਰਨਾ ਨਵੇਂ-ਨਵੇਂ ਲਿਰਿਕਸ ਲੱਭਣਾ ਹਮ ਫਾਈਨਲ ਕਰਨਾ ਕਿ ਹਾਂ ਇਹ ਗਾਣਾ ਮੈਂ ਕਰੂੰਗੀ ਕੱਟ ਐਂਡ ਐਕਸ਼ਨ ਸੁਣਨਾ ਸੋ ਕਿਉਂਕਿ ਮੈਂ ਸ਼ੁਰੂ ਤੋਂ ਇਹੀ ਕਰਨਾ ਚਾਹੁੰਦੀ ਸੀ ਕਿ ਐਂਡ ਆਮ ਬlesਟ ਕਿ ਮੈਂ ਕਰ ਰਹੀ ਹਾਂ ਸੋ ਜਿਵੇਂ ਮੈਨੂੰ ਮੌਕਾ ਮਿਲਿਆ ਤੇ ਮੈਂ ਨਹੀਂ ਛੱਡਣ ਲੱਗੀ ਸਕੂਰ ਹੀ ਸਕੂਨ ਬਿਲਕੁਲ ਨਹੀਂ ਇਹ ਹੁੰਦਾ ਹੈ ਕਈ ਵਾਰ ਬੰਦਾ ਨਾ ਆਪਣੀ ਵਾਰੀ ਦੀ ਵੇਟ ਕਰ ਰਿਹਾ ਹੁੰਦਾ ਜੀ ਵੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਛੋਟੇ ਛੋਟੇ ਹੁੰਦੇ ਤੁਹਾਡਾ ਮੋਟਿਵ ਹੀ ਸੀ ਕਿ ਮੈਂ ਇਸ ਇੰਡਸਟਰੀ ਦੇ ਵਿੱਚ ਆਉਣਾ ਫਿਰ ਤਾਂ ਤੁਹਾਡਾ ਤੋਂ ਤੁਹਾਡਾ ਤਾਂ ਮਨ ਚ ਬੜਾ ਹੋਊਗਾ ਵੀ ਮੈਨੂੰ ਮਿਲ ਜੇ ਮਿਲ ਜੇ ਮੌਕਾ ਮੈਜ ਤੇ ਪਹਿਲਾ ਮੌਕਾ ਕਦੋਂ ਮਿਲਿਆ ਫਿਰ ਪਹਿਲਾ ਮੌਕਾ ਓਨੈਸਟਲੀ 2019 ਚ ਜੇ ਆਪਾਂ ਸਟਾਰਟਿੰਗ ਚ ਵਾਪਸ ਜਾਈਏ ਮਾਰਚ ਤਾਂ ਪਹਿਲਾ ਮੌਕਾ ਦਿੱਤਾ ਸੀ ਮੈਨੂੰ ਮਿਸ ਇੰਡੀਆ ਦੇ ਪਲੇਟਫਾਰਮ ਨੇ ਹਾਂ ਸੋ ਮੈਂ ਮਿਸ ਇੰਡੀਆ ਦੀ ਫਾਈਨਲਿਸਟ ਰਹਿ ਚੁੱਕੀ ਹਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮਾਡਲਿੰਗ ਚ ਹੱਥ ਝਮਾ ਕੇ ਦੇਖਦੇ ਆਂ ਹੂੰ ਸੋ ਦੈਨ ਆ ਰੀਚਡ ਆਊਟ ਟੂ ਟ੍ਰੂ ਮੇਕਰਸ ਆਪਣੇ ਜੀ ਵੀਡੀਓ ਮੇਕਰਸ ਜੀ ਦੇ ਕਾਫੀ ਵੈਲ ਨੋਨ ਮੈਂ ਉਹਨਾਂ ਨੂੰ ਮੈਸੇਜ ਕੀਤਾ ਪਾਪਾ ਬਾਰੇ ਦੱਸਿਆ ਦੈਨ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਦਮਿਸ ਇੰਡੀਆ ਤੋਂ ਵਾਪਸ ਆਈ ਆਂ ਫਾਈਨਲਿਸਟ ਰਹਿ ਚੁੱਕੀ ਆਂ ਸੋ ਕਿਤੇ ਕਿਸੇ ਵੀਡੀਓ ਚ ਅੱਛੇ ਲੈਵਲ ਦੇ ਗਾਣੇ ਚ ਰਿਕੁਆਇਰਮੈਂਟ ਹੋਵੇ ਤਾਂ ਜਰੂਰ ਯਾਦ ਕਰਿਓ ਸੋ ਉਹਨਾਂ ਨੇ ਮੈਨੂੰ ਉਲਟਾ ਕੁਐਸਚਨ ਕਰ ਲਿਆ ਕਿ ਸੁਣਿਆ ਵੀ ਅਸੀਂ ਸੁਣਿਆ ਕਿ ਤੁਸੀਂ ਗਾਵ ਹੀ ਲੈਨੇ ਹੋ ਮੈਂ ਕਿ ਹਾਂਜੀ ਬਿਲਕੁਲ ਸਹੀ ਸੁਣਿਆ ਤੇ ਫਿਰ ਉਹ ਕਹਿੰਦੇ ਕਿ ਅਸੀਂ ਪ੍ਰਭ ਗਿਲਜੀ ਦਾ ਇੱਕ गाना ਕਰ ਰਹੇ ਹਾਂ ਤੇ ਉਹਦੇ ਵਿੱਚ ਕੁਝ ਇੰਗਲਿਸ਼ ਵੋਕਲਸ ਦੀ ਲੋੜ ਹੈ ਤੇ ਆਪਾਂ ਇਦਾਂ ਇੱਕ ਟਰਾਈ ਕਰਕੇ ਦੇਖਦੇ ਹਾਂ ਹੂੰ ਤੁਸੀਂ ਕੁਝ ਇੰਗਲਿਸ਼ ਤੇ ਥੋੜੀ ਸਾਨੂੰ ਵਾਇਸ ਨੋਟ ਭੇਜ ਦਿਓ ਠੀਕ ਹੈ ਸੋ ਫਿਰ ਚੇਨ ਸਮੋਕਰਸ ਦਾ ਗਾਣਾ ਕੋਈ ਮੈਨੂੰ ਯਾਦ ਨਹੀਂ ਕਿਹੜਾ ਸੀ ਉਹ ਉਹ ਗਾ ਕੇ ਮੈਂ ਭੇਜਿਆ ਸੀ ক্লোਜ਼ਰ ਅੱਛਾ ਉਸ ਗਾਣੇ ਦਾ ਮੈਂ ਥੋੜਾ ਜਿਹਾ ਪਾਰਟ गा ਕੇ ਭੇਜਿਆ ਸੀ ਗਾਦੇ ਰੀਅਲੀ ਲਾਈਕਡ ਇਟ ਦੇਸੀ ਰੂਟਸ میوزਿਕ ਆਰ ਰਿਸ਼ਿਊਜ਼ ਗਾਣੇ ਦਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਲਵ ਯੂ ਬॉयਸ ਤੇ ਤੁਸੀਂ ਸਾਨੂੰ ਇੰਗਲਿਸ਼ ਵੋਕਲਸ ਤੇ ਇੱਕ ਪੰਜਾਬੀ ਬੋਲੀ ਵੀ ਹੈ ਉਹ ਸਾਨੂੰ ਇਸ ਗਾਣੇ 'ਚ ਰਿਕਾਰਡ ਕਰ ਦੋ ਉਹ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਤੁਹਾਨੂੰ ਸਾਨੂੰ ਪੋਟੈਂਸ਼ੀਅਲ ਦੇਖ ਰਹੀਆਂ ਭੈਣ ਤੁਹਾਡੇ 'ਚ ਐਂਡ ਆਪਾਂ ਤੁਹਾਡੇ ਨਾਲ ਅੱਗੇ ਵੀ ਕੰਮ ਕਰਨਾ ਚਾਹੁੰਦੇ ਆ ਹੂੰ ਸੋ ਫੇਰ ਹੁਣ ਤੱਕ ਜਿੰਨੇ ਗਾਣੇ ਕੀਤੇ ਆ ਮੋਸਟਲੀ ਮੈਂ ਉਹਨਾਂ ਨਾਲ ਹੀ ਉਹਨਾਂ ਨਾਲ ਹੀ ਕੀਤੇ ਨੇ ਹਾਂਜੀ ਕਿਉਂਕਿ ਤੁਸੀਂ ਨਾਲ ਕੌਫੀ ਲੈ ਲਓ ਤੁਹਾਡੀ ਕੌਫੀ ਠੰਡੀ ਹੋ ਜਾਣੀ ਆ ਤੁਸੀਂ ਮੈਨੂੰ ਕੋਲਡ ਕੌਫੀ ਜ਼ਿਆਦਾ ਪਸੰਦ ਹੈ ਇਹ ਤਾਂ ਹੁਣ ਤੁਸੀਂ ਡਿਮਾਂਡ ਦੂਜੀ ਰਾਤ ਦੀ ਜਦੋਂ ਕੋਈ ਕੋਲਡ ਕੌਫੀ ਹੀ ਪੀਲਾਣੀ ਹੈ ਠੰਡੀ ਕਰ ਦੇਵਾ ਕੋਲਡ ਕੌਫੀ ਆਪਾ ਨਹੀਂ ਨਹੀਂ ਅੱਛਾ ਪਹਿਲੇ ਮੈਂ ਇਹ ਚੀਜ਼ ਜ਼ਰੂਰ ਪੁੱਛਣਾ ਚਾਹਾਂਗਾ ਜੀ ਇਹ ਸੁਣਿਆ ਮੈਂ ਕਹਿੰਦੇ ਵੀ ਇੱਕ ਵੱਡੇ ਘਰਾਣੇ ਦੇ ਵਿੱਚ ਪੈਦਾ ਹੋਣਾ ਹਾਂਜੀ ਇੱਕ ਸਿਲਵਰ ਸਪੂਨ ਜਿਵੇਂ ਆਪਾਂ ਇੰਗਲਿਸ਼ ਦਾ ਵਰਡ ਸੁਣਿਆ ਸੀ ਇਹਦਾ ਅਸਲ ਮਤਲਬ ਨਹੀਂ ਸੀ ਮੈਨੂੰ ਪਤਾ ਸਿਲਵਰ ਸਪੂਨ ਕਹਿੰਦੇ ਕਹਿੰਦੇ ਕੀ ਨੂੰ ਨੇ ਜੇ ਵਿਖਿਆ ਜਾਵੇ ਤਾਂ ਤੁਸੀਂ ਇੱਕ ਸਿਲਵਰ ਸਪੂਨ ਹੈਗੇ ਵੀ ਹੋ ਤੇ ਨਹੀਂ ਵੀ ਤੁਸੀਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਤੁਸੀਂ ਸਿਲਵਰ ਸਪੂਨ ਇਸ ਕਰਕੇ ਹੋ ਵੀ ਤੁਸੀਂ ਇੱਕ ਆਲਰੇਡੀ ਇੱਕ ਨੋਨ ਆਰਟਿਸਟ ਦੇ ਅੱਗੇ ਤੁਸੀਂ ਉਹਨਾਂ ਦੀ ਧੀ ਹੋ ਤੇ ਨਹੀਂ ਇਸ ਕਰਕੇ ਕਿ ਤੁਹਾਡੇ ਨਾਲ ਉਹ ਚੀਜ਼ਾਂ ਹੋਈਆਂ ਹੀ ਨਹੀਂ ਵੀ ਜਿਹੜੀਆਂ ਇੱਕ ਨੋਨ ਆਰਟਿਸਟ ਦੇ ਬੇਟੇ ਦੇ ਨਾਲ ਬੱਚੀ ਦੇ ਨਾਲ ਹੋਣੀ ਚਾਹੀਦੀਆਂ ਹਾਂ ਨੰਬਰ 2 ਇਸ ਕਰੈਕਟ ਨਹੀਂ ਹੋਈਆਂ ਹੂੰ ਕਿਉਂਕਿ ਮੈਂ ਨਾ ਹੀ ਮੈਂ ਕਦੇ ਚਾਇਆ ਕਿ ਮੈਂ ਇਸ ਜੀ ਦਾ ਹਨਾ ਫਾਇਦਾ ਉਠਾਵਾਂ ਅੱਛਾ ਬਟ ਇੱਕ ਚੀਜ਼ ਜੇ ਮੈਂ ਕਹਾਂ ਦ ਸਟਰਗਲ ਵਾਸ ਇਕੁਅਲ ਪਰ ਜੇ ਕੁਝ ਈਜ਼ੀ ਸੀ ਤਾਂ ਇਹ ਜ਼ਰੂਰ ਸੀ ਜੇ ਕਿਸੇ ਤੱਕ ਆਪਾਂ ਰੀਚ ਆਊਟ ਕਰਨਾ ਸੀ ਤਾਂ ਕੰਮ ਦਾ ਗੈਨ ਲਈ ਵੀ ਆਮ ਐਕਟਿਵ ਆਮ ਵਰਕਿੰਗ ਮੈਂ ਕਰ ਸਕਦੀ ਆ ਦੇ ਕਿਤੇ ਕੰਮ ਦੀ ਗੁੰਜਾਇਸ਼ ਹੋਈ ਤਾਂ ਤੁਸੀਂ ਜ਼ਰੂਰ ਯਾਦ ਕਰਿਓ ਕਿਸੇ ਤੱਕ ਪਹੁੰਚਣਾ ਜੇ ਮੈਂ ਚਾਇਆ ਤਾਂ ਉਹ ਜ਼ਰੂਰ ਈਜ਼ੀ ਸੀ ਬਟ ਕੰਮ ਲੈਣਾ ਉਨਾ ਹੀ ਟਫ ਸੀ ਮੈਂ ਹਰ ਜਗ੍ਹਾ ਆਡੀਸ਼ਨਸ ਦਿੱਤੇ ਹਰ ਜਗ੍ਹਾ ਜੇ ਕਿਤੇ ਗਾਣਾ ਕਰਨਾ ਸੀ ਤਾਂ ਪਹਿਲਾਂ ਮੈਂ ਵੌਇਸ ਨੋਟ ਭੇਜਦੀ ਸੀ ਬਹੁਤ ਜਗ੍ਹਾ ਤੋਂ ਰਿਜੈਕਸ਼ਨ ਵੀ ਸੁਣਨ ਨੂੰ ਮਿਲੀ ਵੀ ਹਲੇ ਨਹੀਂ ਦੇਖਾਂਗੇ ਹਲੇ ਰਿਕੁਆਇਰਮੈਂਟ ਨਹੀਂ ਹੈ ਦੇਖਾਂਗੇ ਸੋ ਹਾਂ ਕੁਝ ਇਦਾਂ ਨਹੀਂ ਸੀ ਕਿ ਰਾਜਪート ਦੀ ਬੇਟੀ ਹੈ ਤੇ ਸਾਰੇ ਬਾਮਕ ਖੋਲ ਕੇ ਵੇਟ ਕਰ ਰਹੇ ਸੀ ਕਿ ਉਹ ਸਾਡੇ ਕੋਲ ਕੰਮ ਕਰਨਾ ਉਗੀ ਨਹੀਂ ਇਹੋ ਜਿਹਾ ਕੁਝ ਨਹੀਂ ਸੀ ਦ ਸਟਰਗਲ ਵਾਸ ਇਕੁਅਲ ਬਹੁਤ ਜਗ੍ਹਾ ਆਡੀਸ਼ਨਸ ਦਿੱਤੇ ਬਹੁਤ ਜਗ੍ਹਾ ਤੋਂ ਰਿਜੈਕਟ ਵੀ ਹੋਈਆਂ ਹਾਂ ਸਟਰਗਲ ਇਹ ਇੰਡਸਟਰੀ ਐਸੀ ਹੈ ਸਟਰਗਲ ਤਾਂ ਚੱਲਦੀ ਰਹਿਣੀ ਹੈ ਹਾਂ ਇਹ ਤਾਂ ਇਸ ਇੰਡਸਟਰੀ ਇਸ ਦ ਸਟਰਗਲ ਨੈਵਰ ਸਟਾਪਸ ਅੱਛਾ ਇੱਕ ਵੈਸੇ ਹੀ ਗੱਲ ਹੁੰਦੀ ਹੈ ਪਹਿਨੇ ਵੀ ਬੰਦਾ ਆਪਣੇ ਆਪ ਤੋਂ ਕੋਈ ਵਾਰ ਖੁਸ਼ ਨਹੀਂ ਹੁੰਦਾ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ ਤੁਸੀਂ ਆਪਣੇ ਕੰਮ ਤੋਂ ਖੁਸ਼ ਹੋ ਹਾਂਜੀ ਤੁਹਾਨੂੰ ਲੱਗਦਾ ਵੀ ਤੁਸੀਂ ਜੋ ਹੁਣ ਤੱਕ ਕਰ ਰਹੇ ਹੋ ਠੀਕ ਕਰ ਰਹੇ ਹੋ ਵੀ ਅੱਗੇ ਹੋਰ ਵੀ ਵਧੀਆ ਕਰਨਾ ਜਾਂ ਕੁਝ ਚੀਜ਼ਾਂ ਰਹਿੰਦੀਆਂ ਵੀ ਨਹੀਂ ਸਰਤਾਜ ਆਹ ਚੀਜ਼ ਆ ਕਰ ਤੂੰ ਮੈਂ ਚਾਹੁੰਨੀ ਆ ਤੂੰ ਆ ਆ ਖੁਦ ਕਰ ਬੰਦਾ ਨਾ ਜਦ ਸ਼ੀਸ਼ੇ ਮੂਰੇ ਖੜਾ ਹੁੰਦਾ ਯਾਰ ਕੱਲਾ ਹੁੰਦਾ ਬੰਦਾ ਬਹੁਤ ਗੱਲਾਂ ਕਰਦਾ ਕੱਲਾ ਆਪਣੇ ਆਪਣੇ ਨਾਲ ਜੀ ਕਿਉਂਕਿ ਆਪਣੇ ਅੰਦਰ ਮੇਰਾ ਹੀ ਮੰਨਣਾ ਆਪਣੇ ਅੰਦਰ ਵੀ ਇੱਕ ਹੋਰ ਰੂਹ ਵਸਦੀ ਹੈ ਜਿਹੜੀ ਉਹ ਪਰਮਾਤਮਾ ਦੀ ਆਪਾਂ ਉਹਨਾਂ ਗੱਲਾਂ ਕਰਦੇ ਆ ਹੂੰ ਹੂੰ ਵੀ ਅੱਜ ਆਪਾਂ ਆ ਕਰਾਂਗੇ ਜਾਂ ਆ ਕਰਾਂਗੇ ਆਪਾਂ ਕੁਝ ਕਰਦੇ ਉਹ ਕਹਿੰਦੇ ਆ ਨਾ ਸਮ ਟਾਈਮਸ ਯੂ ਨੀਡ ਐਕਸਪਰਟ ਐਡਵਾਈਸ ਤੇ ਫਿਰ ਉਹ ਆਪਣੇ ਆਪ ਨਾਲ ਗੱਲ ਕਰ ਹੀ ਦੀਆ ਹਾਂ ਉਹ ਕਹਿੰਦੇ ਨੇ ਆਪਣੇ ਆਪ ਨੂੰ ਸਮਾਂ ਦੇ ਹਾਂ ਹਾਂ ਉਹ ਇਹੀ ਚੀਜ਼ ਹੁੰਦੀ ਆ ਬਿਲਕੁਲ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਤੁਹਾਡਾ ਆਪਣਾ ਫੇਸ ਤੁਹਾਨੂੰ ਕਹਿੰਦਾ ਵੀ ਸविताਜ ਆਹ ਟਰਾਈ ਕਰ ਮੈਂ ਦੇਖਣਾ ਚਾਹੁੰਦੀ ਹਾਂ ਕਿ ਤੂੰ ਆ ਕਰ ਸਕਦੀ ਹੈ ਕਿ ਨਹੀਂ ਮੈਂ ਯੂ ਜੇ ਤੁਸੀਂ ਕਿਸੇ ਕੰਮ 'ਚ ਆ ਗਿਓ ਸਪੈਸ਼ਲੀ ਇੰਦਾ ਦੀ ਇੰਡਸਟਰੀ 'ਚ ਆ ਗਿਓ ਤਾਂ ਜੋ ਚੈਲੰਜਸ ਲਈ ਓਪਨ ਰਹਿਣਾ ਪੈਣਾ ਜੇ ਤੁਸੀਂ ਫਿਲਮਾਂ ਕਰ ਰਹੇ ਹੋ ਤਾਂ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੈਰੈਕਟਰ ਕਰਨਾ ਪੈ ਸਕਦਾ ਸੋ ਯੂ ਸ਼ੁੱਡ ਬੀ ਓਪਨ ਫਾਰ ਥੈਟ ਜੇ ਗਾਣੇ ਗਾ ਰਹੇ ਹਾਂ ਤਾਂ ਕਿਸੇ ਵੀ ਤਰ੍ਹਾਂ ਦਾ ਗਾਣਾ ਗਾਉਣਾ ਪੈ ਸਕਦਾ ਯੂ ਸ਼ੁੱਡ ਬੀ ਓਪਨ ਫਾਰ 댓 ਪਰ ਗਾਣਿਆਂ ਦੇ ਮਾਮਲੇ 'ਚ ਮੈਂ ਇੰਨਾ ਉਹ ਨਹੀਂ ਹੈਗੀ ਜਦੋਂ ਗਾਣਿਆਂ ਦੇ ਐਜ਼ ਅ ਸਿੰਗਰ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਮੈਂ ਬਹੁਤ ਚੂਜ਼ੀ ਹਾਂ ਲਿਰਿਕਸ ਨੂੰ ਲੈ ਕੇ ਫਿਲਮਾਂ ਇੱਕ ਅਲੱਗ ਚੀਜ਼ ਆ ਇਟਸ ਅ ਫਿਕਸ਼ਨਲ ਸਟੋਰੀ ਇਟਸ ਅ ਫਿਕਸ਼ਨਲ ਕੈਰੈਕਟਰ ਜੀ ਉਹ ਕਹਾਣੀ ਦਿਖਾਈ ਜਾਊਗੀ ਇੱਕ ਫੇਕ ਸਟੋਰੀ ਦਿਖਾਈ ਜਾਊਗੀ 댓 ਇਜ਼ ਓਕੇ ਜੋ ਮੈਂ ਗਾ ਰਹੀ ਹਾਂ ਉਹ ਮੇਰੀ ਪਰਸਨੈਲਿਟੀ ਹੈ ਹਾਂ ਇਸ ਲਈ ਉਹਨੂੰ ਚੂਜ਼ ਲਿਰਿਕਸ ਨੂੰ ਚੂਜ਼ ਕਰਨ 'ਚ ਮੈਂ ਬਹੁਤ ਜ਼ਿਆਦਾ ਚੂਜ਼ੀ ਆ ਮੈਂ ਨਹੀਂ ਚਾਹੁੰਦੀ ਮੇਰੇ ਕਿਸੇ ਵੀ ਗਾਣੇ 'ਚ ਵਲਗੈਰਿਟੀ ਦਾ ਜ਼ਿਕਰ ਹੋਵੇ ਜਾਂ ਹਥਿਆਰਾਂ ਦਾ ਜਾਂ ਨਸ਼ੇ ਦਾ ਜ਼ਿਕਰ ਹੋਵੇ ਕਿਸੇ ਵੀ ਤਰ੍ਹਾਂ 'ਚ ਸੋ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਪਾਰਟਿਕੂਲਰ ਆ ਸ਼ਾਇਦ ਤਾਂ ਹੀ ਮੇਰੇ ਗਾਣਿਆਂ ਦੇ ਵਿੱਚ ਵੀ ਇੰਨਾ ਗੈਪ ਆਉਂਦਾ ਮੈਨੂੰ ਬਹੁਤ ਲੋਕ ਪੁੱਛਦੇ ਆ ਕਿ ਮੈਮ ਤੁਸੀਂ ਇੰਨੀ ਦੇਰ-ਦੇਰ ਬਾਅਦ ਗਾਣੇ ਕਿਉਂ ਕਰਦੇ ਹੋ ਦਿਸ ਇਜ਼ ਦ ਰੀਜ਼ਨ ਮੈਨੂੰ ਰਿਲੈਕਸ ਨਹੀਂ ਲੱਗਦੇ ਚੂਜ਼ ਤੁਸੀਂ ਆਪ ਕਰਦੇ ਚੂਜ਼ ਮੈਂ ਆਪ ਕਰਦੀ ਬਿਲਕੁਲ ਮੈਮ ਨੂੰ ਵੀ ਨਹੀਂ ਦਿਖਾਉਂਦੇ ਬਿੰਦੂ ਮੈਮ ਨਹੀਂ ਨਹੀਂ ਮੰਮਾ ਦੀ SLA ਹੁੰਦੀ ਆ ਵਿੱਚ ਡੈਫੀਨਿਟਲੀ ਬਟ ਆਬਵੀਅਸਲੀ ਮੰਮਾ ਨੂੰ ਵੀ ਆਇਆ ਕਿ ਜੇ ਤੂੰ ਕੰਫਰਟੇਬਲ ਆ ਤਾਂ ਠੀਕ ਆ ਸੋ ਫਾਈਨਲ ਡਿਸੀਜਨ ਫਿਰ ਮਤਲਬ ਮੇਰੇ ਤੇ ਆ ਜਾਂਦਾ ਅੱਛਾ ਜੇ ਤੁਸੀਂ ਇੱਕ ਜ਼ਿਕਰ ਕੀਤਾ ਕਿ ਤੁਸੀਂ ਆਡੀਸ਼ਨਸ ਵਾਸਤੇ ਆਪਣੀ ਵੀਡੀਓਜ਼ ਤੁਸੀਂ ਆਡੀਓਜ਼ ਭੇਜਦੇ ਹੁੰਦੇ ਸੀਗੇ ਲਈ ਤੁਸੀਂ ਮੈਂ ਇਦਾਂ ਕਰਕੇ ਮੈਂ ਅਵੇਲੇਬਲ ਆ ਜੀ ਇਹ ਸਾਰੀਆਂ ਚੀਜ਼ਾਂ ਰਾਜਬੜ ਸਾਹਿਬ ਦੇ ਜਾਣ ਤੋਂ ਬਾਅਦ ਹੋਈਆਂ ਕਿ ਉਹਨਾਂ ਤੋਂ ਪਹਿਲਾਂ ਵੀ ਸ਼ੁਰੂ ਹੋ ਚੁੱਕਾ ਸੀ ਨਹੀਂ ਜਾਣ ਤੋਂ ਬਾਅਦ ਅੱਛਾ 16 ਤੋਂ ਬਾਅਦ ਤੁਸੀਂ ਸ਼ੁਰੂ ਕੀਤਾ ਹੈ ਹਾਂਜੀ ਇੱਕ ਵਾਰ ਅਸੀਂ ਕੈਨੇਡਾ ਚਲੇ ਗਏ ਸੀ ਜੀ ਉੱਥੇ ਸੈਟਲ ਡਾਉਨ ਹੋਣ ਦੀ ਕੋਸ਼ਿਸ਼ ਕੀਤੀ ਮੰਮਾ ਉੱਥੇ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਇਹ ਸੋ ਮੰਮਾ ਨੂੰ ਵਾਪਸ ਆਉਣਾ ਪੈ ਗਿਆ ਬ੍ਰਦਰ ਮੰਮਾ ਨਾਲ ਵਾਪਸ ਆਉਣਾ ਪਿਆ ਸੀਗਾ ਉਹਨੂੰ ਹਮ ਤੇ ਮੇਰੀ ਸਟੱਡੀ ਉੱਥੇ ਸਟਾਰਟ ਹੋ ਗਈ ਸੀਗੀ ਹਮ ਬਟ ਉਹ ਮੈਨੂੰ ਕੱਲੀ ਨੂੰ ਉੱਥੇ ਆਇ ਜਸ ਕੁਡਨਟ ਹੈਂਡਲ ਇਟ ਕੱਲੇ ਉੱਥੇ ਨਹੀਂ ਕੋਈ ਸਰਵਾਈਵ ਕਰ ਸਕਦਾ ਪਤਾ ਨਹੀਂ ਜਿਹੜੇ ਸਟੂਡੈਂਟਸ ਜਾਂਦੇ ਆ ਉੱਥੇ ਹੈਟਸ ਆਫ ਟੂ 올 ਆਫ ਥੈਮ ਮੈਂ ਨਹੀਂ ਕੱਲੀ ਉੱਥੇ ਸਰਵਾਈਵ ਕਰ ਪਾਈ ਸੀਗੀ ਵੈਸੇ ਵੀ ਸਾਨੂੰ ਲੱਗਿਆ ਕਿ ਸੈਂਸਿਟਿਵ ਟਾਈਮ ਇਕੱਠੇ ਰਹਿਣਾ ਚਾਹੀਦਾ ਤੇ ਇਹਨਾਂ ਨੂੰ ਸੋ ਫਿਰ ਮੈਂ ਵੀ ਵਾਪਸ ਆ ਗਈ ਸੀ ਡੇਢ ਸਾਲ ਰਹੇ ਹਾਂ ਉੱਥੇ ਕੈਨੇਡਾ ਦੇ ਵਿੱਚ ਜੀ ਕਿਹੜੀ ਜਗ੍ਹਾ ਟੋਰਾਂਟੋ ਵੈਂਕੂਵਰ ਦੇ ਵਿੱਚ ਸਵਿਚ ਕਰਦੇ ਰਹੇ ਸੀ ਅੱਛਾ ਹੂੰ ਆਉਂਦੇ ਹੁੰਦੇ ਰਹਿੰਦੇ ਸੀ ਅੱਛਾ ਪੜ੍ਹਨੇ ਹੁਣ ਆਪਾਂ ਜ਼ਿਕਰ ਕਰੀ ਲਈਏ ਕਿਉਂਕਿ ਰਾਜਬੜ ਸਾਹਿਬ ਇੱਕ ਬਹੁਤ ਵੱਡਾ ਇੰਡਸਟਰੀ ਦਾ ਉਹ ਨਾਮ ਹੋਏ ਨੇ ਕਿ ਜਿਨ੍ਹਾਂ ਨੇ ਕਈ ਐਸੇ ਕਲਾਕਾਰਾਂ ਨੂੰ ਐਂਟਰੀ ਵੀ ਕਰਵਾਈ ਜੀ ਜਿਵੇਂ ਹਾਨੀ ਸਿੰਘ ਉਹਨਾਂ ਦੇ ਨਾਲ ਗਾਣੇ ਕੀਤੇ ਜੀ ਤੇ ਉਸ ਟਾਈਮ ਤੇ ਸੁਪਰ ਡੂਪਰ ਹਿੱਟ ਰਹੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਮੈਨੂੰ ਲੱਗਦਾ ਇਹ ਜ਼ਿਕਰ ਚੰਡੀਗੜ੍ਹ ਦਾ ਉਸ ਟਾਈਮ ਦੇ ਵਿੱਚ ਹੀ ਰਾਜ ਬਰਾੜਾ ਸਾਹਿਬ ਨੇ ਕਰਤਾ ਸੀ ਕਿ ਜਦੋਂ ਮੈਨੂੰ ਲੱਗਦਾ ਸਾਡੇ ਵੱਲ ਨੂੰ ਪਤਾ ਹੀ ਨਹੀਂ ਸੀ ਹੋਇਆ ਹਾਂਜੀ ਵੀ ਚੰਡੀਗੜ੍ਹ ਬਾਰੇ ਜਿਹੜਾ ਪਤਾ ਹੀ ਕਹਿੰਦੇ ਰਾਜ ਬਰਾੜਾ ਸਾਹਿਬ ਦੇ ਗਾਣੇ ਤੋਂ ਪਤਾ ਲੱਗਿਆ ਵੀ ਕਹਿੰਦੇ ਚੰਡੀਗੜ੍ਹ 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 ਬੜਾ ਹੋ ਰਹੀ ਹੈ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਵੀ ਚੰਡੀਗੜ੍ਹ ਹੈ ਕੀ ਕੀ ਚੀਜ਼ ਹੈ ਫਿਰ ਬਾਅਦ ਚ ਇੱਥੇ ਦੀ ਗੇਮ ਸ਼ੁਰੂ ਹੋਈ ਲੋਕ ਇੱਥੇ ਜਿਹੜੇ ਜ਼ਿਆਦਾਤਰ ਲੋਕ ਜਿਹੜੇ ਨੇ ਸਾਡੇ ਵਰਗਾ ਯੂਥ ਹੈ ਕੋ ਆਣਾ ਸ਼ੁਰੂ ਹੋਇਆ ਮੂਵ ਆਣਾ ਸ਼ੁਰੂ ਹੋਇਆ ਪਹਿਲਾ ਇੰਡਸਟਰੀ ਕਹਿੰਦੇ ਲੁਧਿਆਣਾ ਦੇ ਵਿੱਚ ਹੁੰਦੀ ਸੀ ਕਲਾਕਾਰਾਂ ਦੀ ਜਾਨੀ ਬਰਾਇ ਬੜ ਸਾਬ ਨੇ ਉਹ ਵੱਡੇ ਵੱਡੇ ਕਲਾਕਾਰਾਂ ਨੂੰ ਇੱਕ ਕਹਿੰਦੇ ਨੇ ਵੀ ਸਪਾਰਕ ਦਿੱਤਾ ਇੱਕ ਸਟਾਰਟ ਦਿੱਤਾ ਵੀ ਤੁਸੀਂ ਸ਼ੁਰੂ ਕਰੋ ਕਿਸ ਤਰੀਕੇ ਦੇ ਨਾਲ ਹੂੰ ਹੂੰ ਉਹਨਾਂ ਦਾ ਜਦ ਇਹ ਸੰਸਾਰ ਤੋਂ ਜਾਣਾ ਹੋਇਆ ਜੀ ਤਾਂ ਇੱਕ ਇਹ ਤਾਂ ਕੈਨ ਵਾਲੀ ਗੱਲ ਆ ਮੈਂ ਪੁੱਛਦਾ ਵੀ ਚੰਗਾ ਲੱਗਦਾ ਵੀ ਇੱਕ ਬਹੁਤ ਵੱਡਾ ਘਟਾ ਤੁਸੀਂ ਕਿਸ ਤਰੀਕੇ ਦਾ ਫੀਲ ਕੀਤਾ ਇਹ ਕੋਈ ਸਵਾਲ ਨਹੀਂ ਬਣਦਾ ਪਰ ਮੈਂ ਇਹ ਜ਼ਰੂਰ ਪੁੱਛੂੰਗਾ ਕਿ ਉਸ ਤੋਂ ਆ ਉਸ ਤੋਂ ਬਾਅਦ ਆਪਣੇ ਆਪ ਨੂੰ ਸਮੇਟਿਆ ਕਿਵੇਂ ਕਿਉਂਕਿ ਇੱਕ ਮੁਠੀ ਹੁੰਦੀ ਹੈ ਜਦ ਮੁਠੀ ਦੇ ਵਿੱਚ ਇੱਕ ਗੂਠਾ ਅੱਡ ਹੋ ਗਿਆ ਤਾਂ ਆ ਮੁਠੀ ਮੁਠੀ ਨਹੀਂ ਰਹੀ ਉਹ ਪਕੜ ਨਹੀਂ ਰਹੀ ਉਹਦੀ ਤਾਂ ਫਿਰ ਉਹ ਜੀਆਂ ਨੇ ਤਿੰਨ ਜੀਆਂ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਸਮੋ ਕੇ ਰੱਖਿਆ ਇਹ ਮੈਂ ਬਹੁਤ ਇੰਟਰਵਿਊਸ ਦਿੱਤੀਆਂ ਬਟ ਇਹ ਪਹਿਲੀ ਇੰਟਰਵਿਊ ਆ ਜੀ ਦੇ ਚ ਸਵਾਲ ਆਇਆ ਹੈ ਪਹਿਲਾਂ ਤਾਂ ਇਹ ਅਡਰੈਸ ਕਰੂੰਗੀ ਮੈਂ ਤੇ ਆਬਵੀਅਸਲੀ ਕਿਉਂਕਿ ਲੋਕਾਂ ਲਈ ਸੀਗੇ ਰਾਜਪਰਾਤ ਸਿੰਗਰ ਐਕਟਰ ਸਾਡੇ ਲਈ ਤਾਂ ਉਹ ਸਾਡੇ ਪਾਪਾ ਸੀਗੇ ਮੰਮਾ ਲਈ ਉਹਨਾਂ ਦਾ ਹਸਬੰਡ ਸੀਗਾ ਹਮ ਤੇ ਆਬਵੀਅਸਲੀ ਸਾਡੇ ਲਈ ਪਰਸਨਲੀ ਵੀ ਇਟ ਵਾਸ ਅ ਬਿਗ ਅਨਐਕਸਪੈਕਟਿਡ ਚੀਜ਼ ਬਹੁਤ ਜ਼ਿਆਦਾ ਔਰ ਰਈ ਗਰਲ ਸਮੇਟਨ ਦੀ ਤਾਂ ਮੈਨੂੰ ਫਿਲਹਾਲ ਉਸ ਟਾਈਮ ਹੋਰ ਕੁਝ ਨਹੀਂ ਦੇਖਿਆ ਮੈਨੂੰ ਸਿਰਫ ਮੰਮਾ ਦੇਖ ਰਿਹਾ ਸੀ ਹੂੰ ਤੇ ਆਪਣਾ ਭਰਾ ਦੇਖ ਰਿਹਾ ਸੀ ਜੋ ਮੇਰੇ ਤੋਂ ਛੋਟਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਗੈਦਰ ਕੀਤਾ ਕਿ ਨਹੀਂ ਸविताਜ ਹੁਣ ਤੂੰ ਹੀ ਆ ਜੋ ਵੀ ਆ ਮੰਮਾ ਬਹੁਤ ਵੀਕ ਪੈ ਚੁੱਕੇ ਆ ਐਂਜੋਸ਼ ਬਹੁਤ ਛੋਟਾ ਹੈ ਹੂੰ ਫਿਰ ਮੈਂ ਜੋਸ਼ ਨੂੰ ਗਿਆ ਹੂੰ ਮੈਂ ਕਿਹਾ ਜੋਸ਼ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਕੀ ਹੋ ਗਿਆ ਹੈ ਆਪਣੇ ਨਾਲ ਹਨਾ ਉਹ ਸੁਨਦਾਰਾ ਚੁੱਪ ਕਰਕੇ ਮੈਨੂੰ ਕੁਝ ਨਹੀਂ ਬੋਲਿਆ। ਮੈਂ ਕਿਹਾ ਹੁਣ ਆਪਣੀ ਵਾਰੀ ਆ। ਆਪਣੀ ਵਾਰੀ ਆ ਗਈ ਹੁਣ ਆਪਾਂ ਮੰਮਾ ਨੂੰ ਸਾਹਮਣਾ ਹੈ। ਹਾਏ ਹਾਏ। ਐਂਡ ਹੀ ਸੈਡ ਹਾਂ ਦੀਦੀ ਬਿਲਕੁਲ। ਆਪਾਂ ਮੰਮਾ ਨੂੰ ਸਾਹਮਣਾ। ਕੀ ਆ? ਜਿੰਨੀ ਦੇਰ ਮੈਂ ਕਿਹਾ ਮੰਮਾ ਨੂੰ ਇਹ ਨਹੀਂ ਰਿਅਲਾਈਜ਼ ਹੁੰਦਾ ਵੀ ਹਾਂ। ਵੀ ਮੈਂ ਠੀਕ ਆ। ਮੇਰੇ ਬੱਚੇ ਵੀ ਆ। ਐਂਡ ਆ ਹੋ ਗਿਆ ਏ। ਮੈਂ ਕਿਹਾ ਓਨੀ ਦੇਰ いや ਜੋਸ਼ ਆਪਾਂ ਮੰਮਾ ਨੂੰ ਸਾਹਮਣਾ। ਕੀ ਬਾਤ ਹੈ। ਫਿਰ ਮੈਂ ਜੋਸ਼ ਗੈਦਰ ਕੀਤਾ। ਹੂੰ ਉਸ ਤੋਂ ਬਾਅਦ ਫਿਰ ਸਾਡੀ ਸਾਰੀ ਟੈਂਸ਼ਨ ਸਿਰਫ ਮੰਮਾਈ ਸੀ ਫਿਰ ਇੱਕ ਦੂਜੇ ਨੂੰ ਸਾਹਮਦੇ 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 ਸਾਨੂੰ ਰਿਅਲਾਈਜ਼ ਹੋਇਆ ਕਿ ਹੁਣ ਇਹੀ ਐ ਸਾਡੀ ਛੋਟੀ ਜੀ ਦੁਨੀਆ ਇਹੀ ਐ ਹੂੰ ਤੇ ਹੁਣ ਏਸੇ ਹੀ ਦੁਨੀਆ ਨੂੰ ਛੋਟੀ ਜੀ ਨੂੰ ਸਜਾ ਕੇ ਪਿਆਰ ਨਾਲ ਰੱਖਣਾ ਸੋ ਹੌਲੀ ਹੌਲੀ ਫਿਰ ਇੱਕ ਦੂਜੇ ਨੂੰ ਸਾਹਮਦੇ ਸਾਹਮਦੇ ਇੱਕ ਦੂਜੇ ਦੀ ਦੁਨੀਆ ਅਸੀਂ ਤੈਨੂੰ ਬਣ ਗਏ ਹਾਂ ਆਬਵੀਅਸਲੀ ਪਾਪਾ ਦੀ ਕਮੀ ਅੱਜ ਵੀ ਆ ਪਰ ਹੁਣ ਵੀ ਕੁਝ ਅਚੀਵ ਕਰਦੀਆਂ ਜਾਂ ਕੁਝ ਨਵਾਂ ਪ੍ਰੋਜੈਕਟ ਸਾਈਨ ਕਰਦੀਆਂ ਇਟਸ ਬੀਨ 6 ਇਅਰਸ ਪਾਪਾ ਨੂੰ ਗਏ ਹੋਏ ਤਾਂ ਅੱਜ ਵੀ ਸਮਵੇਅਰ ਫॉर 1 ਸੈਕਿੰਡ ਮੇਰੇ ਮਾਈਂਡ ਚ ਥੋਟ ਆਉਂਦਾ ਹੈ ਕਿ ਪਾਪਾ ਨੂੰ ਦੱਸਦੀ ਆ ਅੱਜ ਵੀ ਮੰਨ ਲਓ ਮੈਂ ਕੋਈ ਫਿਲਮ ਸਾਈਨ ਕਰਤੀ ਵਾਪਸ ਜਾਂਦੇ ਜਾਂਦੇ ਮੈਨੂੰ 1 ਸੈਕਿੰਡ ਲਈ ਥੋਟ ਆਉਂਦਾ ਹੀ ਆਉਂਦਾ ਹੈ ਕਿ ਪਾਪਾ ਨੂੰ ਦੱਸੂਗੀ ਉਸ ਤੋਂ ਬਾਅਦ ਜਦੋਂ ਰਿਅਲਾਈਜ਼ ਹੁੰਦਾ ਹੈ ਤਾਂ ਦੈਨ ਇਟ ਬ੍ਰੇਕਸ ਮਾਈ ਹਾਰਟ ਅਵੋਇਡ ਇਨਾ ਖਾਲੀ ਆ ਕਿ ਕਦੇ ਵੀ ਨਹੀਂ ਭੂਲਾ ਹੋ ਸਕਦਾ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵਿਚਾਰ ਰੂ ਜੀ ਇੱਕ ਉਹ ਗਾਣੇ ਜਿਹੜਾ ਮੈਨੂੰ ਲੱਗਦਾ ਹੈ ਹਰ ਇੱਕ ਕਿਰਤੀ ਬੰਦਾ ਨਾ ਆਪਣੇ ਪਿੰਡਾਂ ਦਾ ਪੰਜਾਬ ਤਾਂ ਜਾਣਿਆ ਖੇਤੀ ਕਰਕੇ ਜਾਂਦਾ ਉਹ ਗਾਣੇ ਬਰਾੜ ਸਾਹਿਬ ਨੇ ਐਸੇ ਗਾਏ ਕਿ ਬੰਦਾ ਆਪਣੇ ਨਾਲ ਰਿਲੇਟ ਕਰ ਲੈਂਦਾ ਸੀ ਕਿ ਟਰੈਕਟਰ ਕਹਿੰਦੇ ਪੁੱਤ ਵਰਗਾ ਹੁੰਦਾ ਸੀ ਤੇ ਉਹ ਗਾਣਾ ਜਦ ਬਰਾੜ ਸਾਹਿਬ ਨੇ ਗਾਇਆ ਸੀ ਤੇ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਅੱਜ ਤੱਕ ਇਵਨ ਕਿ ਮੈਂ ਆਪਣੀ ਇੰਟਰਵਿਊਜ਼ ਦੇ ਵਿੱਚ ਬਹੁਤ ਜ਼ਿਕਰ ਕਰਦਾ ਹਾਂ ਉਹਨਾਂ ਦੇ ਇਸ ਗੀਤ ਦਾ ਉਹਦੀ ਇੰਟਰਵਿਊਜ਼ ਹੁੰਦੀਆਂ ਮੇਰੇ ਉਸ ਤਰੀਕੇ ਦੀਆਂ ਉਹ ਗਾਣੇ ਗਾਏ ਤੇ ਜਦੋਂ ਬਰਾੜ ਸਾਹਿਬ ਇਹ ਦੁਨੀਆ ਤੋਂ ਗਏ ਹੀ ਨਹੀਂ ਤਾਂ ਉਸ ਟਾਈਮ ਤਾਂ ਫਿਰ ਗੈਦਰਿੰਗ ਪੂਰੀ ਫੁੱਲ ਹੁੰਦੀ ਹੋਊਗੀ ਵੀ ਮਿਲਣ ਵਾਲੇ ਵੀ ਕੀ ਹੋ ਗਿਆ ਕਿਦਾਂ ਕੀ ਹੋ ਗਿਆ ਕੀ ਨਹੀਂ ਕੀ ਹੈ ਨਾ ਫੈਮਿਲੀਜ਼ ਦੀ ਤੇ ਰਿਸ਼ਤੇਦਾਰਾਂ ਦੀ ਜੇ ਗੱਲ ਕਰੀਏ ਤਾਂ ਆਬਵੀਅਸਲੀ ਆਈ ਸੀ ਜੇ ਤੁਸੀਂ ਇੰਡਸਟਰੀ ਤੋਂ ਪੁੱਛ ਰਹੇ ਹੋ ਵੀ ਕੋਈ ਖੜਾ ਹੋਇਆ ਸੀ ਨਾਲ ਤਾਂ ਸਿਰਫ ਇੱਕ ਦੇਵੀ ਮਖਸੂਸਪਰੀ ਅੰਕਲ ਜੀ ਨੂੰ ਛੱਡ ਕੇ ਅਨਫੋਰਚਨਟਲੀ ਕੋਈ ਨਹੀਂ ਸੀ ਮਤਲਬ ਪੂਰੀ ਇੰਡਸਟਰੀ ਦੇ ਵਿੱਚੋਂ ਸਿਰਫ ਇੱਕ ਦੇਵੀ ਭਾਜੀ ਸੀਗੇ ਜਿਹੜੇ ਆਏ ਸੀ ਉਸ ਤੋਂ ਇਲਾਵਾ ਕੋਈ ਨਹੀਂ ਕੋਈ ਵੀ ਨਹੀਂ ਹਰਪਜਨ ਅੰਕਲ ਆਏ ਸੀ ਥੋੜਾ ਜਿਹਾ ਫਿਊਨਰਲ ਤੇ ਐਂਡ ਦੈਟਸ ਇਟ ਦੇਵੀ ਅੰਕਲ ਉਸ ਤੋਂ ਬਾਅਦ ਘਰੇ ਆਏ ਸੀ ਹਮ ਦੈਟਸ ਇਟ ਬਸ ਤੇ ਉਸ ਤੋਂ ਪਹਿਲਾਂ ਦਾ ਕੀ ਪਹਿਲਾਂ ਦਾ ਕੀ ਸਿਨੈਰੀਓ ਹੁੰਦਾ ਸੀ ਪਹਿਲਾਂ ਦਾ ਕੀ ਮਾਹੌਲ ਹੁੰਦਾ ਸੀ ਪਹਿਲਾਂ ਤਾਂ ਕੋਈ ਨਾ ਕੋਈ ਆਏ ਰਹਿੰਦਾ ਸੀ ਕੋਈ ਨਾ ਕੋਈ ਆਲਮੋਸਟ ਆਏ ਰਹਿੰਦਾ ਸੀ ਕਦੇ ਕੋਈ ਆਇਆ ਤਾਂ ਉਹਨੂੰ ਕਦੇ ਅਪਕਮਿੰਗ ਪ੍ਰੋਜੈਕਟਸ ਦੇ ਪਾਪਾ ਨੇ ਗਾਣੇ ਸੁਣਾਤੇ ਕੋਈ ਫਿਲਮ ਦੀ ਸਟੋਰੀ ਲਿਖ ਰਿਹਾ ਤਾਂ ਉਹਨਾਂ ਨੇ ਫਿਲਮ ਦੀ ਸਟੋਰੀ ਸ਼ੇਅਰ ਕਰਦੀ ਹਾਂ ਬਹੁਤ ਆਰਟਿਸਟ ਸੀਗੇ ਜੋ ਪਾਪਾ ਦੇ ਬਹੁਤ ক্লোਜ਼ ਸੀਗੇ ਬਟ ਉਹਦਾ ਦੂਰ ਦੂਰ ਤੱਕ ਕੋਈ ਉਹਨੂੰ ਨਾਮ ਨਿਸ਼ਾਨ ਨਹੀਂ ਦੇਖਿਆ ਸਾਨੂੰ ਐਂਡ ਮੈਨੂੰ ਪਰਸਨਲੀ ਇੱਕ ਛੋਟੀ ਇੰਡਸਟਰੀ ਦਾ ਬੱਚਾ ਹਾਂ ਮੈਂ ਉਹ ਸਮਝ ਕੇ ਚਾਹੇ ਲੈ ਲੋ ਬਟ ਇਹ ਮੇਰੀ ਇੰਡਸਟਰੀ ਨਾਲ ਸ਼ਿਕਾਇਤ ਹੈ ਠੀਕ ਕਿ wenn someone ਕਿਉਂਕਿ ਪੂਰਾ ਆਪਣੀ ਪੰਜਾਬੀ ਇੰਡਸਟਰੀ ਇੱਕ ਫੈਮਲੀ ਆ ਹੂੰ ਪਰਿਵਾਰ ਇੱਕ ਆਪਣੀ ਇੰਡਸਟਰੀ ਬਾਲੀਵੁੱਡ ਜਿੰਨੀ ਵੱਡੀ ਨਹੀਂ ਹੈਗੀ ਬੜੀ ਛੋਟੀ ਜੀ ਇੰਡਸਟਰੀ ਆਪਣੀ ਲਿਮਿਟਿਡ ਜੇ ਲੋਕ ਆ ਇੱਕ ਛੋਟਾ ਜਿਹਾ ਪਰਿਵਾਰ ਆ ਪਿਆਰਾ ਜਿਹਾ ਤੇ ਉਹ ਪਰਿਵਾਰ ਹੀ ਜੇ ਲੋੜ ਦੇ ਟਾਈਮ ਤੇ ਨਹੀਂ ਇੱਕ ਦੂਜੇ ਨਾਲ ਖੜਾ ਰਹੂਗਾ ਤਾਂ ਜਿਹੜੀ ਪਰਿਵਾਰ ਤੇ ਬੀਤ ਰਿਹਾ ਹੈ ਉਹ ਕਿੰਨਾ ਉਹਦਾ ਦਿਲ ਟੁੱਟੂਗਾ ਸੋਚੋ ਤੁਸੀਂ ਮੈਨੂੰ ਲੱਗਦਾ ਇਹ ਘਾਟਾ ਇਹ ਸ਼ਿਕਾਇਤ ਤੁਹਾਡੀ ਸਾਰੀ ਉੱਪਰ ਰਹੂਗੀ ਬਿਲਕੁਲ ساری عمر ਰੋਗੀ ਹਾਂ ਠੀਕ ਆ ਮੈਂ ਕੰਮ ਕਰਨਾ ਸ਼ੁਰੂ ਕੀਤਾ ਸਾਰਿਆਂ ਨੇ एवरीवन ਬੀ ਵੈਲਕਮ ਟੂ ਮੀ ਵਿਦ ਓਪਨ ਆਰਮਸ ਕਿ ਹਾਉ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਟ ਜਦੋਂ ਲੋਡ ਸੀ ਉਦੋਂ ਹਾਂ ਮਤਲਬ ਆਲਵੇਸ ਸ਼ਿਕਾਇਤ ਇਹ ਕਹਿ ਸਕਦੇ ਆ ਆਪਾਂ ਕਿ ਇੰਡਸਟਰੀ ਬਰੋਕਨ ਅਬਾਊਟ ਇਟ ਕਹਿ ਸਕਦੇ ਆ ਆਪਾਂ ਕਿ ਇੰਡਸਟਰੀ ਮਤਲਬ ਹੀ ਆ ਮਤਲਬ ਹੀ ਮੇਰਾ ਹਲੇ ਨਾ ਐਕਸਪੀਰੀਅੰਸ ਨਹੀਂ ਹੋਇਆ ਬਾਕੀ ਇਹ ਵੀ ਆਪਾਂ ਕਹਿ ਸਕਦੇ ਆ ਕਿ ਜਿੱਦਾਂ ਦੀ ਆਪਾਂ ਖੁਦ ਹੁੰਨੇ ਅੱਗੇ ਲੋਕ ਵੀ ਉਦਾਂ ਦੀ ਮਿਲਦੇ ਆ ਸੋ ਮੇਰਾ ਪਰਸਨਲ ਐਕਸਪੀਰੀਅੰਸ ਹਲੇ ਇਦਾਂ ਦਾ ਨਹੀਂ ਹੋਇਆ ਕੋਈ ਵੀ ਬਟ ਜਿੱਦਾਂ ਜਿੱਦਾਂ ਕੰਮ ਕਰਾਂਗੇ ਫਿਰ ਇੰਟਰਵਿਊ ਦੇ ਦਾਂਗੇ ਉਦੋਂ ਸ਼ਾਇਦ I'll have a better answer for, for this question ਪਰ ਫਿਰ ਹਾਲ ਮਿਡਨਾਈਟ ਦਾ ਕੋਈ ਐਕਸਪੀਰੀਅੰਸ ਨਹੀਂ ਹੋਇਆ 1 9 ਕਮਰਿਆਂ ਦਾ ਬੈੱਡਰੂਮ ਵਾਲਾ ਘਰ ਹੁੰਦਾ ਸੀ ਉਥੋਂ ਦਾ ਸਫ਼ਰ ਤੇ ਉਸ ਤੋਂ ਬਾਅਦ ਇੱਕ ਫਲੈਟ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕੱਟਣਾ ਇੱਕ ਉਹ ਸਫ਼ਰ ਕਿਵੇਂ ਦਾ ਰਿਹਾ ਕਿਉਂਕਿ ਮੈਂ ਹੈਰਾਨ ਆ ਵੀ ਇੱਕ ਐਸੀ ਆਲੀਸ਼ਾਨ ਜ਼ਿੰਦਗੀ ਨੂੰ ਛੱਡ ਕੇ ਪਿੰਡ ਤੋਂ ਵਾਪਸ ਤੁਸੀਂ ਇੱਕ ਉਹ ਸਫਰ ਵੀ ਦੇਖਿਆ ਜਿੱਥੇ 9 ਕਮਰਿਆਂ ਦਾ ਬੈੱਡ ਬੈਡਰੂਮ ਜਾਨੀ 9 ਬੈੱਡਰੂਮਸ ਹੁੰਨੇ ਇੱਕ ਘਰ ਦੇ ਵਿੱਚ ਕੋਠੀ ਦੇ ਵਿੱਚ ਤੇ ਕਿਤੇ ਸਿਰਫ ਇੱਕ ਫਲੈਟ ਹੈ ਇਹ ਸਾਰਾ ਸਫਰ ਕਿਵੇਂ ਦਾ ਰਿਹਾ ਕਿਵੇਂ ਦੇਖਿਆ ਤੁਸੀਂ ਕਿਉਂਕਿ ਤੁਸੀਂ ਪਰਿਵਾਰ ਦੇ ਸਭ ਤੋਂ ਵੱਡੇ ਤੁਸੀਂ ਸਾਰੀ ਇਕੱਲੇ ਕਲੀ ਸਿਚੁਏਸ਼ਨ ਕਰਲੀ ਕਲੀ ਚੀਜ਼ਾਂ ਨੂੰ ਇਕੱਲੇ ਕਲੀ ਹਾਲਾਤਾਂ ਨੂੰ ਅੱਖੀਂ ਬਿਆਨ ਤੁਸੀਂ ਖੁਦ ਦੇਖਿਆ ਜੀ ਅ ਜਦੋਂ ਤਾਂ ਇਹ ਸਭ ਕੁਝ ਹੋ ਰਿਹਾ ਸੀ ਉਦੋਂ ਤਾਂ ਮੈਂ ਛੋਟੀ ਸੀਗੀ ਮੈਨੂੰ ਕੋਈ ਆਈਡੀਆ ਨਹੀਂ ਸੀ ਉਦੋਂ ਤਾਂ ਪੇਰੈਂਟ ਸੀਗੇ ਜਿੱਥੇ ਲੈ ਜਾਂਦੇ ਸੀ ਉੱਥੇ ਚਲੇ ਚਾਈਦਾ ਸੀ ਹਮ ਵੈਨ ਆਈ ਸਟਾਰਟਡ ਗਰੋਇੰਗ ਅਪ ਤੇ ਥੋੜਾ ਬਹੁਤ ਮम्मा ਨੇ ਦੱਸਿਆ ਥੋੜਾ ਬਹੁਤ ਜਦੋਂ ਮੈਂ ਇੰਡਸਟਰੀ ਚ ਕੰਮ ਕਰਨ ਲੱਗ ਗਈ ਕਿਸੇ ਨੂੰ ਮਿਲਦੀ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਅੱਛਾ ਉਦੋਂ ਤਾਂ ਆਏ ਹੋਇਆ ਸੀਗਾ ਤੁਸੀਂ ਕਿਵੇਂ ਹੈਂਡਲ ਕੀਤਾ ਹੋ ਹਮ ਤੇ ਥੋੜਾ ਬਹੁਤ ਮੈਨੂੰ ਉਹਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਮੈਨੂੰ ਥੋੜਾ 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 ਸੁਣਨ ਚਾਹੁੰਦਾ ਰਿਹਾ ਫਿਰ ਮੈਂ ਮੰਮਾ ਨੂੰ ਇੱਕ ਦਿਨ ਸਿੱਧਾ ਹੀ ਪੁੱਛ ਲਿਆ ਸੀਗਾ ਫਿਰ ਮੰਮਾ ਨੇ ਮੈਨੂੰ ਸਾਰੀ ਸਿਚੁਏਸ਼ਨ ਐਕਸਪਲੇਨ ਕੀਤੀ ਵੀ ਉਹ ਆਹ ਰੀਜ਼ਨ ਸੀ ਇਸ ਲਈ ਆਪਾਂ ਨੂੰ ਆਹ ਕਰਨਾ ਪੈ ਗਿਆ ਇਹਨ ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ ਸਭ ਪਤਾ ਲੱਗਿਆ ਸੋ ਹੁਣ ਜਦੋਂ ਮੈਂ ਸੋਚਦੀ ਆਂ ਵੀ ਅੱਛਾ ਆਹ ਰੀਜ਼ਨ ਸੀ ਕਿ ਤੇ ਸਾਡੇ ਪੇਰੈਂਟਸ ਨੇ ਸਾਡੇ ਤੱਕ ਕੁਝ ਪਹੁੰਚਣ ਵੀ ਨਹੀਂ ਦਿੱਤਾ ਤੇ ਬਹੁਤ ਮਤਲਬ ਹੁਣ ਮੈਂ ਉਹਨਾਂ ਦੀ ਸਿਚੁਏਸ਼ਨ ਨੂੰ ਸੋਚਦੀ ਆਂ ਕਿ ਉਹਨਾਂ ਨੇ ਕਿੱਦਾਂ ਡੀਲ ਕੀਤਾ ਹੋ ਮੈਨੂੰ ਉਸ ਘਰ ਦਾ ਕੋਨਾ ਕੋਨਾ ਅੱਜ ਵੀ ਯਾਦ ਆ। ਸਾਡਾ ਦੋਨਾਂ ਭੈਣ ਭਰਾਵਾਂ ਦਾ ਬੈਡਰੂਮ ਸੀਗਾ। ਮੈਂ ਵੱਡੀ ਸੀਗੀ ਸੋ ਮੇਰੀ ਜ਼ਿਆਦਾ ਚੱਲਦੀ ਹੁੰਦੀ ਸੀ। ਸੋ ਕਿਡਜ਼ ਰੂਮ ਦੇ ਵਿੱਚ ਪਿੰਕ ਕਲਰ ਹੋਇਆ ਸੀਗਾ। ਮॉम ਲਾਈਟ ਦੇ ਰੂਮ ਦੇ ਵਿੱਚ ਬਲੂ ਵਾਲ ਸੀਗੀਆਂ। ਮੈਂ ਹੁਣ ਜੇ ਐਕਸਪਲੇਨ ਕਰਨ ਤੇ ਆਗੀ ਤਾਂ ਮੈਨੂੰ ਕੋਨਾ ਕੋਨਾ ਉਸ ਘਰ ਦਾ ਯਾਦ ਆ। ਬ੍ਰਦਰ ਨੂੰ ਨਹੀਂ ਯਾਦ ਉਹ ਜ਼ਿਆਦਾ ਛੋਟਾ ਸੀ। ਬਟ ਕੋਈ ਨਹੀਂ ਹੁਣ ਮੈਨੂੰ ਇਦਾਂ ਹੈ ਕਿ ਕਈ ਵਾਰੀ లైਫ ਹੈ ਰੋਲਰ ਕੋస్టర్ రైడ్ ਹੈ ਸੋ ਜਿੱਦ ਰਾਈਡ نیچے ਜਾ ਰਹੀ ਹੈ ਤਾਂ ਉੱਪਰ ਵੀ ਆਉਗੀ ਕਈ ਵਾਰੀ ਟਾਈਮ ਲੈ ਸਕਦੀ ਆ ਬਿਲਕੁਲ ਫਿਲਹਾਲ نیچے ਜਾ ਕੇ ਥੋੜਾ ਜਿਹਾ ਅੜ ਗਈ ਹੈ ਤੇਲ ਤੂਲ ਪਾਉਣਾ ਪੈਣਾ ਬਟ ਵੀ ਵਿਲ ਵੀ ਵਿਲ ਰਾਈਡ ਪਰ ਉਹ ਤੇਲ ਲੋਕਾਂ ਦਾ ਪਿਆਰ ਆ ਉਹ ਜ਼ਰੂਰ ਪਾਊਗਾ ਤੇ ਜਿਹੜੀ ਗੱਡੀ ਆ ਉੱਪਰ ਵੀ ਆਊਗੀ ਬਿਲਕੁਲ ਕਿਉਂਕਿ ਮੈਂ ਜਿੱਥੇ ਤੱਕ ਭੈਣੇ ਪਰਸਨਲੀ ਚੀਜ਼ ਦੇਖੀ ਆ ਕਿਉਂਕਿ ਆਪਾਂ 2020 ਦੇ ਵਿੱਚ ਪਹਿਲੀ ਵਾਰ ਮਿਲੇ ਸੀ ਤੁਹਾਨੂੰ ਯਾਦ ਹੋਊਗਾ ਜੀ ਉਦੋਂ ਵੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਕਿਸੇ ਹੋਰ ਚੈਨਲ ਦੇ ਨਾਲ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਸਵਿਤਾਜ ਦੇ ਵਿੱਚ ਮੈਂ ਚੇਂਜ ਦੇਖਦਾ ਉਹ ਬਹੁਤ ਜ਼ਿਆਦਾ ਵਧੀਆ ਤੁਸੀਂ 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 ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਉਹ ਚੇਂਜ ਉਹ 2019 ਦਾ ਸਫਰ ਉਦੋਂ ਦੀ ਸਫਤਾਜ ਤੇ ਹੁਣ ਦੀ ਸਫਤਾਜ ਦੇ ਵਿੱਚ ਫਰਕ ਕਿੰਨਾ ਆਇਆ ਉਦੋਂ ਦੀ ਸਵਿਤਾਜ ਦਾ ਹਲੇ ਮੇਰੇ ਨਾਲ ਦਾ ਦੋ ਗਾਣੇ ਆਏ ਸੀਗੇ ਔਰ ਇੰਡਸਟਰੀ 'ਚ ਬਹੁਤ ਨਵੀਂ ਸੀਗੀ ਮੈਂ ਦੋਨੋਂ ਹੀ ਗਾਣੇ ਸੇਮ ਟੀਮ ਨਾਲ ਆਏ ਸੀ ਇਹਨਾਂ ਹਲੇ ਵਾਹ ਨਹੀਂ ਸੀ ਪਿਆ ਇੰਡਸਟਰੀ 'ਚ ਉਸ ਤੋਂ ਬਾਅਦ ਅੱਜ ਦੀ 스विता ਅਜੇ ਗੱਲ ਕਰਾਂ ਤਾਂ ਸ਼ੀ ਅੰਡਰਸਟੈਂਡਸ ਦੀ ਇੰਡਸਟਰੀ ਅ ਲਿੱਟਲ ਮੋਰ ਇੰਡਸਟਰੀ ਦੀ ਸਮਝ ਹੈ ਤੇ ਮੈਂ ਤਾਂ ਹੀ ਮੈਂ ਕੁਝ ਸੋਚ ਕੇ ਤੁਹਾਨੂੰ ਇਹ ਗੱਲ ਕਹੀ ਆ ਕਿ ਜਿੱਦਾਂ ਤੇ ਆਪਾਂ ਆਪ ਹੁੰਨੇ ਆ ਅਗੂ ਲੋਕ ਵੀ ਉਦਾਂ ਦੇ ਹੀ ਮਿਲਦੇ ਆ ਹਮ ਐਂਡ ਇਟ ਇਜ਼ ਟਰੂ ਇਦਾਂ ਹੈਗਾ ਹੁੰਦਾ ਹਾਂ ਜਿੱਦਾਂ ਦੀ ਤੁਸੀਂ ਅਗਲੇ ਨੂੰ ਵਾਈਪ ਦੋਗੇ ਉਹ ਇਨਸਾਨ ਉਸ ਚੀਜ਼ ਨੂੰ ਅੰਡਰਸਟੈਂਡ ਕਰਕੇ ਉਦਾਂ ਹੋ ਕੇ ਹੀ ਤੁਹਾਡੇ ਨਾਲ ਮਿਲੇਗਾ ਤੇ ਹਾਂ ਮਤਲਬ ਉਹ ਮਤਲਬੀ ਕਨਸੈਪਟ ਹਲੇ ਟੱਚ ਮੇਰੇ ਤੱਕ ਨਹੀਂ ਪਹੁੰਚਿਆ ਹਾਂ ਪਰ ਲੈਟਸ ਸੀ ਕਿ ਲਾਈਫ ਕੀ ਆਫਰ ਕਰਦੀ ਹੈ ਅੱਗੇ ਅੱਛਾ ਪਾਣੀ ਵੈਸੇ ਜੇ ਵੈਸੇ ਕਹਾ ਜ਼ਿੰਦਗੀ ਦੇ ਵਿੱਚ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਜੀ ਇਸ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਕਈ ਵਾਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਈ ਵਾਰ ਹਾਲਾਤ ਇੰਨੇ ਮਾੜੇ ਹੁੰਦੇ ਨੇ ਕਿ ਆਪ ਰੱਬ ਨੂੰ ਵੀ ਗਾਲਾਂ ਕੱਢਦੇ ਆ ਬਿਲਕੁਲ ਵੀ ਅਸੀਂ ਰੱਬ ਤੇਰਾ ਕੀ ਮਾੜਾ ਕੀਤਾ ਸੀ ਵੀ ਜੋ ਆ ਹਾਲਾਤ ਸਾਡੇ ਤੇ ਆ ਗਏ। ਵੇਸਤਾ ਕਿਸੇ ਦਾ ਕਦੇ ਬੁਰਾ ਵੀ ਨਹੀਂ ਚਾਇਆ ਫਿਰ ਵੀ ਸਾਡਾ ਨਾ ਹੋ ਗਿਆ। ਉਹ ਹੁੰਦਾ ਹੈ। ਪਰ ਇਹ ਸਾਈਕਲ ਹੈ। ਰੱਬ ਕਹਿੰਦਾ ਵੀ ਇਹ ਘੜੀ ਹਰ ਇੱਕ ਤੇ ਆਉਣੀ ਹੈ ਵੀ ਪਰਖ ਦਾ ਬੰਦਾ ਤੁਹਾਨੂੰ। ਜੀ। ਉਸ ਪਰਖਣ ਦੇ ਦੌਰਾਨ ਕਈ ਵਾਰ ਕਈ ਲੋਕ ਤੁਹਾਡੇ ਨਾਲ ਕਈ ਐਸੇ ਜੁੜਦੇ ਨੇ ਕਿ ਜਿਹੜੇ ਅਸਲ ਦੇ ਵਿੱਚ ਝੂਠੇ ਹੁੰਦੇ ਨੇ, ਫੇਕ ਹੁੰਦੇ ਨੇ। ਜ਼ਰੂਰੀ ਨਹੀਂ ਮੈਂ ਕਹਿ ਸਕਦਾ ਕਿ ਇਸ ਹਾਲਾਤ ਦੇ ਵਿੱਚ ਜਿਹੜੇ ਹਾਲਾਤ ਦੇ ਵਿੱਚ ਤੁਹਾਡਾ ਪੂਰਾ ਪਰਿਵਾਰ ਨਿਕਲਿਆ ਸੀ ਉਸ ਤੋਂ ਇਲਾਵਾ ਵੀ ਜੇ ਫੇਕ ਲੋਕਾਂ ਦੀ ਗੱਲ ਕਰਾਂ। ਮਤਲਬ ਹੀ ਲੋਕਾਂ ਦੀ ਗੱਲ ਕਰਾਂ ਤਾਂ ਕਿੰਨੇ ਕੁ ਤੁਹਾਡੇ ਨਾਲ ਆ ਤੁਹਾਡੇ ਪਰਿਵਾਰ ਨਾਲ ਆਏ ਆ ਤੁਹਾਡੇ ਤੱਕ ਪਹੁੰਚ ਕੀਤੀ ਵੀ ਜਿਹੜੇ ਕਹਿਣ ਨੂੰ ਕੋਸ਼ਿਸ਼ ਕੀਤੀ ਤੇ ਕਰਨ ਨੂੰ ਕੋਸ਼ਿਸ਼ੀ। ਇੰਨਾ ਵੀ ਮੈਨੂੰ ਲੱਗਦਾ ਹਲੇ ਇੰਨਾ ਵੀ ਕਲੇਵਰ ਨਹੀਂ ਕੋਈ ਸਾਹਮਣੇ ਆਇਆ ਬਟ ਪਾਪਾ ਦੇ ਜਦੋਂ ਗਾਣੇ ਜਾਂ ਪਾਪਾ ਦਾ ਕੰਟੈਂਟ ਵਾਪਸ ਲੈਣ ਦੀ ਗੱਲ ਆਈ ਸੀ ਤਾਂ ਉਦੋਂ ਜ਼ਰੂਰ ਇਦਾਂ ਦੇ ਕੁਝ ਲੋਕ ਮਿਲੇ ਆ। ਹੂੰ ਕਈ ਵਾਰੀ ਫੇਕ ਰਾਈਟਸ ਦੀ ਸ਼ੀਟਸ ਬਣਾ ਕੇ ਵੀ ਰਾਈਟਸ ਦਾ ਸਾਡੇ ਕੋਲ ਹੀ ਨੇ ਉਸ ਗਾਣੇ ਦੇ ਤੇ ਉਹ ਵੀ ਮਤਲਬ ਗਾਣਾ ਸਾਡਾ ਹੈ ਹਾਂ ਵੀ ਉਹ ਵੀ ਸਾਡੇ ਸਾਹਮਣੇ ਰੱਖਿਆ ਗਿਆ ਹੈ ਔਰ ਹਾਇਦਾਨ ਦਾ ਛੋਟਾ ਛੋਟਾ ਕੁਝ ਹੋਇਆ ਬਦ ਕੁਝ ਡਰਾਸਟਿਕ ਨਹੀਂ ਹੋਇਆ ਹੂੰ ਸੋ ਕੋਈ ਵੀ ਜੇ ਪ੍ਰੋਬਲਮ ਆਈਆ ਤਾਂ ਮਤਲਬ ਮੈਂ ਤਾਂ ਮਮਾ ਨੂੰ ਵੀ ਸਾਰਾ ਕ੍ਰੈਡਿਟ ਦਿੰਨੀ ਆ ਕਿ ਸ਼ੀ ਇਜ਼ ਦਾ ਮਤਲਬ ਸ਼ੀ ਇਜ਼ ਦ ਓਨਲੀ ਪਰਸਨ ਜੇ ਮੈਂ ਕਮਾ ਕੇ ਜੇ ਮੈਂ ਤੇ ਮੇਰਾ ਬ੍ਰਦਰ ਅਜ ਹਾਸ ਦੇ ਖੇਡਦੇ ਆ ਜਿੰਦਾ ਆ ਨਾ ਤਾਂ ਸਿਰਫ ਮੰਮਾ ਕਰਕੇ ਸੋ ਜਿਹੜੀ ਜਿਹੜੀ ਵੀ ਕਦੇ ਕੋਈ ਜੇ ਕੋਈ ਪ੍ਰੋਬਲਮ ਆਈ ਵੀ ਆ ਤਾਂ ਉਹਨਾਂ ਜੋ ਮੰਨ ਲਓ 10 ਪ੍ਰੋਬਲਮਸ ਆਈਆਂ ਨੇ ਉਹਨਾਂ ਚੋਂ 8 ਪ੍ਰੋਬਲਮਸ ਐਸੀਆਂ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਆ ਬਾਰੀ ਬਾਰ ਪਤਾ ਨਹੀਂ ਮੰਮਾ ਨੇ ਕਿਵੇਂ ਟੈਕਲ ਕੀਤਾ ਕਿਵੇਂ ਹੈਂਡਲ ਕੀਤਾ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਮੁਹਾਲੀ ਵਰਗੇ ਸ਼ਹਿਰ 'ਚ ਰਹਿ ਰਹੇ ਆ ਛੱਤ ਤੇ ਸਿਰ ਤੇ ਚੰਗਾ ਭਲਾ ਫਲੈਟ ਆ ਸਿਰਫ ਮੰਮਾ ਦੀ ਬਦੌਲਤ ਵਧੀਆ ਅੱਛੀ ਖੁਸ਼ੀ ਭਰੀ ਲਾਈਫ ਅਸੀਂ ਜੀ ਰਹੇ ਆ ਸਿਰਫ ਇੱਕ ਮੰਮਾ ਦੀ ਬਦੌਲਤ ਜੇ ਭਾੜੇ ਸਾਰਾ ਇੰਟਾਇਰ ਕ੍ਰੈਡਿਟ ਮੰਮਾ ਨੂੰ ਹੀ ਜਾਂਦਾ ਹੈ ਬਿਲਕੁਲ ਜੇ ਮੈਂ ਇੱਕ ਸਵਾਲ ਪੁੱਛਾਂ ਹੁਣ ਮਾਂ ਦਾ ਜ਼ਿਕਰ ਹੋਇਆ ਮਦਰ ਦਾ ਜ਼ਿਕਰ ਹੋਇਆ ਜੇ ਮੈਂ ਥੋੜਾ ਤੋਂ ਇਹ ਸਵਾਲ ਪੁੱਛਾਂ ਮੈਂ ਕਿ ਤੁਸੀਂ ਮਾਂ ਦੇ ਕਰਤਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮਾਂ ਕਹਿੰਦੇ ਰੱਬ ਦਾ ਰੂਪ ਦੂਜਾ ਇਹ ਪਾ ਸੁਣਿਆ ਦੇਖਿਆ ਵੀ ਆ ਬੇਸ਼ੱਕ ਪਰ ਜੀ ਪਰਸਨਲੀ ਤੌਰ ਤੇ ਮੈਂ ਇਹ ਸਵਾਲ ਪੁੱਛਿਆ ਕਿ ਤੁਸੀਂ ਮਾਂ ਦੇ ਕਿਰਦਾਰ ਨੂੰ ਕਿਸ ਤਰੀਕੇ ਉਹ ਕਹਿੰਦੇ ਨੇ ਮਾਂ ਜਗ ਜਨਨੀ ਹੈ ਹਮ ਜਨਮ ਦੇਣ ਵਾਲੀ ਹੈ ਤੁਹਾਨੂੰ ਚੰਗਾ ਮੜਾ ਸਿਖਾਉਣ ਵਾਲੀ ਹੈ ਪਰ ਮੈਨੂੰ ਲੱਗਦਾ ਹੈ ਡੈਫੀਨੇਸ਼ਨ ਅਧੂਰੀ ਹੈ ਮਾਂ ਦੀ ਕੁਝ ਡੈਫੀਨੇਸ਼ਨ ਹੋਰ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਮਾਂ ਦਾ ਕਿਰਦਾਰ ਕੀ ਹੈ ਹੁਣ ਮਾਂ ਦਾ ਆਨਸਰ ਇੱਕ ਬੱਚਿਆਂ ਦੇ ਪਰਸਪੈਕਟਿਵ ਤੋਂ ਵੀ ਦਿੱਤਾ ਜਾ ਸਕਦਾ ਹੈ ਹਮ ਮੈਨੂੰ ਲੱਗਦਾ ਹੈ ਕਿ ਮਾਂ ਇੱਕ ਇਨ ਅ ਗੁੱਡ ਵੇ ਹਾਂ ਵੱਡੀ ਸਾਰੀ ਕਹਿ ਸਕਦੇ ਆਪਾਂ ਬਾਲਟੀ ਹੈ ਇਨ ਦਿਸ ਹੁਣ ਮੈਂ ਐਕਸਪਲੇਨ ਕਰਦੀ ਆ ਕਿਵੇਂ ਬੱਚਿਆਂ ਤੋਂ ਕੋਈ ਗਲਤੀ ਹੁੰਦੀ ਆ ਉਹ ਵੀ ਆਪਾਂ ਮੰਮੀ ਨਾਲ ਸ਼ੇਅਰ ਕਰ ਸਕਦੇ ਆ ਹਾਂ ਉਹ ਡਾਂਟਣਗੇ ਚੁਪੇੜਾ ਮਾਰ ਦੇਣਗੇ ਪਰ ਹੈਲਪ ਵੀ ਉਹੀ ਕਰਨੀ ਹੈ ਹਾਂ ਆਪਾਂ ਮਮ ਨਾਲ ਜੇ ਮੰਨ ਲਓ ਕਦੇ ਮੰਮੀ ਨਾਲ ਰੂਡ ਬੋਲਤਾ ਹਾਂ ਤੇ ਉਹ ਵੀ ਅੱਗੋਂ ਚਲੋ ਠੀਕ ਹੈ ਡਾਂਟ ਪੈ ਜੂਗੀ ਪਰ ਉਹ ਦੱਸਣ ਵਾਲੀ ਵੀ ਮਾਂ ਹੀ ਹੋਊਗੀ ਕਿ ਵੱਡਿਆਂ ਨੂੰ ਇਦਾਂ ਨਹੀਂ ਬੋਲੀਦਾ ਆਪਣਾ ਬੋਲਿਆ ਵੀ ਸਿਆ ਹੈ ਹਾਂ ਤੇ ਪਰ ਅੱਗੋਂ ਸਮਝਾਉਣ ਵਾਲੇ ਵੀ ਉਹੀ ਹੋਣਗੇ ਕਿ ਇਦਾਂ ਨਹੀਂ ਬੋਲੀਦਾ ਦਿਲ ਉਹਨਾਂ ਦਾ ਵੀ ਟੁੱਟਿਆ ਹੋਊਗਾ ਆਪਣੇ ਮੂੰਹੋਂ ਕੁਝ ਗਲਤ ਸੁਣ ਕੇ ਹਾਂ ਪਰ ਉਹਨਾਂ ਨੇ ਆਪਾਂ ਨੂੰ ਵੀ ਸਮਝਾਇਆ ਕਿ ਇਦਾਂ ਨਹੀਂ ਬੋਲੀਦਾ ਕੀ ਸੋ ਮਤਲਬ ਬੱਚਿਆਂ ਲਈ ਬੱਚਿਆਂ ਲਈ ਇੱਕ ਮਾਂ ਕੁਝ ਵੀ ਕਰ ਸਕਦੀ ਆ ਜੇ ਪਤਾ ਨਹੀਂ ਮਤਲਬ ਇਟਸ ਅ ਬਲੇਸਿੰਗ ਟੂ ਹੈਵ ਅ ਮਦਰ ਇਨ ਯੂਰ ਲਾਈਫ ਮਤਲਬ ਸੈਕਰੀਫਾਈਸ ਇਸ ਕਹਿੰਦੇ ਨਾ ਵੀ ਇੰਗਲਿਸ਼ ਦਾ ਵਰਡ ਵੀ ਤੁਸੀਂ ਕੁਝ ਚੀਜ਼ ਨੂੰ ਆਪਣੇ ਤੋਂ ਕਿਸੇ ਕਰਕੇ ਛੱਡਣਾ ਆਪਣੀਆਂ ਪ੍ਰੋਬਲਮਸ ਵੀ ਉਸੇ ਬਾਲਟੀ 'ਚ ਨੇ ਆਪਣੇ ਬੱਚਿਆਂ ਦੀਆਂ ਪ੍ਰੋਬਲਮਸ ਵੀ ਉਸੇ ਬਾਲਟੀ 'ਚ ਨੇ ਪਰ ਕਦੇ ਨਹੀਂ ਕਹਿੰਦੀ ਕਿ ਬਾਲਟੀ ਭਾਰੀ ਹੋ ਗਈ ਹਾਏ ਹਾਏ ਮੈਂ ਕਦੇ ਵੀ ਸੁਣਿਆ ਸਹੀ ਗੱਲ ਉਹ ਇੰਨਾ ਭਾਰ ਫੜੀ ਰੱਖਦੇ ਆ ਫੜੀ ਰੱਖਦੇ ਆ ਆਫ ਦਾ ਸਟ्रेस ਆਵਦੀਆਂ ਟੈਨਸ਼ਨਾਂ ਵੀ ਬੱਚਿਆਂ ਦਾ ਸਟ्रेस ਬੱਚਿਆਂ ਦੀਆਂ ਟੈਨਸ਼ਨਾਂ ਵੀ ਕਦੇ ਨਹੀਂ ਕਹਿੰਦੇ ਵੀ ਬਾਲਟੀ ਭਾਰੀ ਲੱਗ ਰਹੀ ਆ ਕੋਈ ਹੋਰ ਫੜ ਲਓ ਕਦੇ ਬਿੰਦੂ मैम ਤੁਹਾਡੇ ਸਾਹਮਣੇ ਕਦੇ ਡਾਊਨ ਹੋਏ ਨੇ ਕਦੇ ਕਈ ਵਾਰ ਕਈ ਵਾਰ ਬੰਦੇ ਦਾ ਮੂਡ ਨਹੀਂ ਠੀਕ ਹੁੰਦਾ ਵੀ ਬੰਦਾ ਵੈਸੇ ਹੀ ਡਾਊਨ ਹੋ ਜਾਂਦਾ ਵੀ ਮੇਰਾ ਇਹ ਤਾਂ ਹਿਊਮਨ ਟੈਂਡੈਂਸੀ ਆ ਇਟਸ ਨੈਚੁਰਲ ਫਿਰ ਉਹਨਾਂ ਫਿਰ ਸविता ਜੀ ਕਿਸ ਤਰੀਕੇ ਨਾਲ ਕੀ ਕਰਦੀ ਆ ਉਦੋਂ ਫਿਰ 스위ਤਾਜ ਮੰਮੀ ਦੀ ਮਾਂ ਬਣ ਜਾਂਦੀ ਆ। ਛੋਟੇ ਜਿਹੇ ਲਫ਼ਜ਼ਾਂ ਚ ਦੱਸਾਂ ਤਾਂ। ਜੀ। ਤੇ ਮੈਨੂੰ ਹੁਣ ਹੁੰਦਾ ਹੈ ਕਿ ਹੁਣ ਕੋਈ ਵੀ ਸਿਚੁਏਸ਼ਨ ਆ ਬਸ ਮੰਮਾ ਨੂੰ ਕੰਫਰਟ ਦੇਣਾ ਹੈ, ਮੰਮਾ ਨੂੰ ਸਪੋਰਟ ਦੇਣੀ ਆ। ਤੇ ਆਪਨੀ। ਵੈਸੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਦੂਜੇ ਦੇ ਸਾਹਮਣੇ ਕਦੇ ਬ੍ਰੇਕਡਾਊਨ ਨਾ ਹੋਈਏ। ਹੂੰ ਬਹੁਤ ਜ਼ਰੂਰੀ ਹੈ। ਹਾਂ। ਸੋ ਪਰ ਜੇ ਕਦੇ ਹੋ ਵੀ ਜਾਂਦਾ ਹੈ ਤਾਂ ਫਿਰ ਹੁਣ ਸਾਡੇ ਤਿੰਨਾਂ ਤੋਂ ਇਲਾਵਾ ਕਿਉਂ ਜੀ ਦੀ ਲਾਈਫਸ ਕੋਈ ਹੋਰ ਹੈ ਨਹੀਂਗਾ। ਹੂੰ ਸੋ ਫਿਰ ਸਾਨੂੰ ਆਈ ਵੀ ਲੱਗਦਾ ਵੀ ਨਹੀਂ ਕਦੇ-ਕਦੇ। ਹੋਸਾ ਦਾ ਕਦੇ-ਕਦੇ ਕਿਸੇ ਦੀ ਲੋੜ ਹੈ ਸੋ ਇੱਕ ਦੂਜੇ ਦੇ ਕੋਲ ਜਾ ਕੇ ਕਈ ਵਾਰੀ ਹੂੰ ਕਈ ਵਾਰੀ ਟੁੱਟ ਜਾਂਦਾ ਇਟਸ ਨੈਚੁਰਲ ਅੱਛਾ ਪੜੇ ਜੇ ਤੁਸੀਂ ਮੰਨ ਲਓ ਇਸ ਇੰਡਸਟਰੀ ਦੇ ਵਿੱਚ ਨਾ ਹੋਵੇ ਜੀ ਮੰਨ ਲਓ ਕਿ ਤੁਸੀਂ ਚਲੋ ਸੋਚਿਆ ਸੀ ਵੀ ਮੈਂ ਆਉਣਾ ਹੀ ਇੰਡਸਟਰੀ ਦੇ ਵਿੱਚ ਉਹ ਅਖਰੀ ਗੱਲ ਹੈ ਹੂੰ ਹੂੰ ਪਰ ਜੇ ਮੰਨ ਲਓ ਇੱਕ ਕਿੱਤਾ ਹੀ ਨਾ ਤੁਹਾਡਾ ਹੁੰਦਾ ਤੇ ਤੁਸੀਂ ਇਸ ਕਿੱਤੇ 'ਚ ਆਉਂਦੇ ਹੀ ਨਾ ਇਸ ਇੰਡਸਟਰੀ 'ਚ ਆਉਂਦੇ ਫਿਰ ਤੁਸੀਂ ਕੀ ਕਰਦੇ ਫਿਰ ਮੈਂ ਸਾਈਕੋਲੋਜੀ ਕੀਤੀ ਹੋਈ ਆ ਬੈਚਲਰਸ ਬਚਪਨ ਤੋਂ ਬਾਅਦ ਡਿਪਲੋਮਾ ਕੀਤਾ ਹੋਇਆ ਹੈ ਚਾਈਲਡ ਸਾਈਕੋਲੋਜੀ 'ਚ ਅੱਛਾ ਫਿਰ ਮੈਂ ਚਾਈਲਡ ਸਾਈਕੋਲੋজিস্ট ਹਾਂ ਇਹ ਮੈਨੂੰ ਮੈਨੂੰ ਇਹਦਾ ਪਤਾ ਨਹੀਂ ਅੱਦੇ ਤੋਂ ਵੱਧ ਜਿਹੜੇ ਲੋਕ ਦੇਖ ਰਹੇ ਨੇ ਮਤਲਬ ਉਹਨਾਂ ਨੂੰ ਵੀ ਨਹੀਂ ਹੋਣਾ ਵੀ ਇਹ ਹੁੰਦਾ ਕੀ ਹੈ ਇਹ ਤਾਂ ਇੰਗਲਿਸ਼ 'ਚ ਵਰਡ ਆ ਗਿਆ ਪੰਜਾਬੀ 'ਚ ਨੂੰ ਸਮਝਾਓ ਬਣਾ ਜਾ ਪੰਜਾਬੀ 'ਚ ਓਕੇ ਹੁਣ ਮੈਂ ਸਪੈਸ਼ਲਾਈਜ਼ਿੰਗ ਕੀਤੀ ਆ ਚਾਈਲਡ ਸਾਈਕੋਲੋਜੀ 'ਚ ਬੱਚਿਆਂ ਦੀ ਸਾਈਕੋਲੋਜੀ ਹੂੰ ਜੀ ਦੀ ਸਭ ਤੋਂ ਜ਼ਿਆਦਾ ਲੋੜ ਹੈ ਅੱਜ ਦੇ ਟਾਈਮ 'ਚ ਮੈਨੂੰ ਇਹ ਲੱਗਦਾ ਅੱਛਾ ਕਿਉਂਕਿ ਹੁਣ ਮੇਰੇ ਘਰ ਚ ਵੀ ਮੇਰੇ ਆਸ-ਪਾਸ ਵੀ ਜਿੰਨੇ ਬੱਚੇ ਨੇ ਮੇਰੇ ਨੀਸਸ ਨੇ ਨੇਫਿਊਜ਼ ਨੇ ਬੱਚਿਆਂ ਨੂੰ ਜ਼ਿੱਦ ਕਰਨਾ ਬਹੁਤ ਜ਼ਿਆਦਾ ਆਉਂਦਾ ਹੂੰ ਸੋ ਉਹਨਾਂ ਨੂੰ ਲੱਗਦਾ ਵੀ ਜੇ ਮੈਂ ਜ਼ਿੱਦ ਕਰੂੰਗਾ ਤੇ ਜੇ ਮੰਮੀ ਉਸ ਜ਼ਿੱਦ ਨੂੰ ਇੱਕ ਵਾਰੀ ਮੰਨ ਗਈ ਹੂੰ ਅਗਲੀ ਵਾਰ ਦਾ ਮਤਲਬ ਫਿਰ ਮੈਂ ਜੇ ਅਗਲੀ ਵਾਰ ਫਿਰ ਮੈਂ ਆਈ ਕਰੂੰਗਾ ਤਾਂ ਇਹ ਤਾਂ ਫਿਰ ਈਜ਼ੀ ਹੈ ਫਿਰ ਆਈ ਕਰਕੇ ਤਾਂ ਮੰਮੀ ਮੰਨ ਜਾਂਦੀ ਹੈ ਇਹ ਹੁਣ ਮੰਨ ਲਓ ਉਸ ਬੱਚੇ ਦਾ ਇੱਕ ਬਿਹੇਵੀਅਰ ਹੋ ਗਿਆ ਠੀਕ ਹੈ ਠੀਕ ਹੈ ਉਸ ਚੀਜ਼ ਨੂੰ ਕਰੈਕਟ ਕਰਨਾ ਮੈਂ ਉਹਨੂੰ ਸਿਖਾਉਣਾ ਹੈ ਕਿ ਦਿਸ ਇਜ਼ ਨਾਟ ਦ ਵੇ ਕਿ ਤੂੰ ਵੀ ਹੈਨਾ ਆਪਣੀ ਜ਼ਿੱਦ ਪੁਗਾ ਸਕੇ ਆਪਾਂ ਨੋਰਮਲੀ ਵੀ ਕਹਿ ਸਕਦੇ ਹਾਂ ਤੇ ਜੇ ਮੰਮਾ ਨੇ ਕਹਿ ਤਾ ਨੋ ਮਤਲਬ ਹੂੰ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਹੈ ਬੱਚਿਆਂ ਨੂੰ ਟ੍ਰੀਟ ਕਰਨ ਦਾ ਇਹ ਚੀਜ਼ ਤੁਹਾਡੀ ਜਿਹੜੀ ਤੁਸੀਂ ਪੜ੍ਹੀ ਹੈ ਉਹਦੇ ਵਿੱਚ ਆਉਂਦੀ ਹੈ ਹਾਂ ਉਹਦੇ ਵਿੱਚ ਆਉਂਦੀ ਹੈ ਅੱਛਾ ਮਤਲਬ ਬਿਹੇਵੀਅਰ ਦੀ ਸਟੱਡੀ ਹੈ ਮਾਈਂਡ ਦੀ ਸਟੱਡੀ ਹੈ ਬੱਚਿਆਂ ਦੇ ਬੱਚੇ ਨੂੰ ਕਿਸ ਤਰੀਕੇ ਨਾਲ ਸਮਝਾਉਣਾ ਕਈ ਵਾਰੀ ਬੱਚਿਆਂ ਨੂੰ ਆਦਤ ਪੈ ਜਾਂਦੀ ਹੈ ਕਿ ਵੀ ਜੇ ਆਪਾਂ ਖਾਣਾ ਖਾ ਰਹੇ ਹਾਂ ਤਾਂ ਸਾਹਮਣੇ ਕਾਰਟੂਨ ਚੱਲਦਾ ਚਾਹੀਦਾ ਇਹ ਮੈਨੂੰ ਲੱਗਦਾ ਜਿਹੜੇ ਲੋਕ ਵੇਖ ਰਹੇ ਨੇ 90 95% ਦੇ ਨਾਲ ਇਹ ਹੋ ਰਿਹਾ ਹੈ ਬਿਲਕੁਲ ਮੇਰਾ ਖੁਦ ਦਾ ਪਤੀ ਜੋ ਕਰਦੇ ਹੀ ਐਵੇਂ ਆ ਉਹ ਸਾਹਮਣੇ ਫੋਨ ਲਾਉਂਦਾ ਬਿਲਕੁਲ ਮੈਂ ਵੀ ਆਪਣੇ ਨੀਸ ਨੇਫਿਊਜ਼ ਨੂੰ ਦੇਖ ਕੇ ਮੈਨੂੰ ਆਈ ਸੀ ਕਿ ਨਹੀਂ ਬੱਚਿਆਂ ਨੂੰ ਹੈਲਪ ਦੀ ਲੋੜ ਆ ਅੱਜਕੱਲ੍ਹ ਜ਼ਰੂਰੀ ਨਹੀਂ ਹੈ ਆਪਾਂ ਕਈ ਵਾਰੀ ਜੇ ਆਪਾਂ ਨੂੰ ਕੋਈ ਆਪਾਂ ਨੂੰ ਦੱਸਦਾ ਹੈ ਕਿ ਵੀ ਫਲਾਨਾ ਉਹ ਦਿਮਾਗ ਦੇ ਡਾਕਟਰ ਕੋਲ ਜਾ ਰਿਹਾ ਹੂੰ ਸਾਈਕੀਆਟ੍ਰਿਸਟ ਹੋ ਜਾਂਦਾ ਹੈ ਹਾਂ ਤੇ ਫਰਸਟ ਇਨਸਟੈਂਟ ਅਗਲੇ ਨੂੰ ਲੱਗੂਗਾ ਕਿ ਅੱਛਾ ਪਾਗਲ ਹੈ ਨਹੀਂ ਦਿਮਾਗ ਦੇ ਡਾਕਟਰ ਕੋਲ ਜਾਣਾ ਮਤਲਬ ਪਾਗਲ ਹੋਣਾ ਨਹੀਂ ਹੁੰਦਾ ਉਹ ਕੁਝ ਹੋਰ ਹੁੰਦਾ ਹੈ ਪਾਗਲ ਇਸ ਪਾਗਲ ਪਾਗਲ ਦੀ ਡੈਫੀਨੇਸ਼ਨ ਨਹੀਂ ਹੈ ਕੋਈ ਠੀਕ ਹੈ ਦਿਮਾਗ ਦੇ ਡਾਕਟਰ ਕੋਲ ਜਾਣਾ ਮਤਲਬ ਜੇ ਤੁਹਾਡੇ ਤੇ ਸਟ्रेस ওভারਲੋਡ ਹੋ ਰਿਹਾ ਹੈ ਜਾਂ ਕਿਸੇ ਚੀਜ਼ ਤੋਂ ਮੰਨ ਲਓ ਤੁਹਾਨੂੰ ਡਰ ਲੱਗਦਾ ਹੈ ਉਸ ਡਰ ਦਾ ਵੀ ਇਲਾਜ ਹੈ ਸਾਈਕੋਲੋਜਿਸਟ ਕੋ ਅੱਛਾ ਆਪਾ ਉਹ ਵੀ ਠੀਕ ਕਰ ਸਕਦੇ ਉਹਦਾ ਵੀ ਇਲਾਜ ਹੈ ਇਹਦੀ ਦਵਾਈਆਂ ਦੂਈਆਂ ਚੱਲਦੀਆਂ ਨੇ ਕਿ ਸਿਰਫ ਤੁਸੀਂ ਥੈਰੇਪੀ ਕਾਉਂਸਲਿੰਗ ਕਰਕੇ ਕਾਉਂਸਲਿੰਗ ਥੈਰੇਪੀ ਹੁੰਦੀ ਆ ਕਾਉਂਸਲਰ ਹੋਣ ਕੁਝ ਹੋਰ ਹੁੰਦਾ ਇਹਦੇ ਬੜੇ ਟਾਈਪਸ ਐ ਇਹ ਲੰਬੇ ਤੋਂ ਲੰਮਾ ਚੱਲ ਜਾਣਾ ਇੱਕ ਸਾਈਕੋਲੋਜੀ ਸਬਜੈਕਟ ਆ ਉਹਦੇ ਵਿੱਚੋਂ ਫਲੀਜ਼ ਨਿਕਲਦੀਆਂ ਨੇ ਠੀਕ ਹੈ ਸੋ ਕਾਉਂਸਲਰ ਹੋਣਾ ਉਸ ਫੀਲਡ ਹੀ ਅਲੱਗ ਆ ਚਾਈਲਡ ਸਾਈਕੋਲੋজিস্ট ਅਲੱਗਾ ਕ੍ਰਿਮੀਨਲ ਸਾਈਕੋਲੋজিস্ট ਅਲੱਗ ਹੁੰਦੇ ਆ ਪੈਰਾਸਾਈਕੋਲੋজিস্ট ਅਲੱਗ ਹੁੰਦੇ ਆ ਜੇ ਕਿਸੇ ਨੂੰ ਲੱਗਦਾ ਕਿ ਸਾਨੂੰ ਭੂਤ ਭਾਤ ਚਿੰਬੜ ਗਿਆ ਹੈ ਜਾਂ ਕਿਸੇ ਨੂੰ ਦਿਖ ਰਿਹਾ ਹੈ ਕਿ ਵੀ this place is haunted ਜਾਂ this person is possessed ਤਾਂ ਪੈਰਾਸਾਈਕੋਲੋজিস্ট ਕੋਲ ਜਾਂਦੇ ਨੇ ਜਿਹੜੇ ਭਨੇ ਉਹ ਜਿਹੜੇ ਦਿਮਾਗ ਪੜ ਲੈਂਦੇ ਨੇ ਉਹ ਵੀ ਇਸ ਇਸੇ ਫੀਲਡ ਦੇ ਵਿੱਚ ਇਸੇ ਸਟੱਡੀ ਦੇ ਵਿੱਚ ਕਰਦੇ ਇਹ ਚੀਜ਼ ਉਹ ਐਸਟਰੋਲੋਜੀ ਹੁੰਦੀਆਂ ਵੀਰੇ that is हुँ। different ਜਿਹੜੇ ਅੱਜ ਕੱਲ ਜਿਵੇਂ ਆਪਾਂ ਕਿਸੇ ਦਾ ਨਾਮ ਲੈਂਦੇ ਪਰ ਕਾਫੀ ਐਸੇ ਬਾਬੇ ਨੇ ਵੀ ਜਿਹੜੇ ਤੁਹਾਡੇ ਬਾਰੇ ਦੱਸ ਦੇਣਗੇ ਤੁਹਾਡਾ ਤੁਹਾਡਾ ਫਲਾਣਾ ਤੁਹਾਡਾ ਨਾਮ ਤੁਸੀਂ ਇਹ ਜਗ੍ਹਾ ਤੋਂ ਆਇਆ ਤੁਹਾਨੂੰ ਆਹ ਪ੍ਰੋਬਲਮ ਆ ਇਹ ਹੋਇਆ ਕਿਉਂਕਿ ਉਹ ਐਸਟ੍ਰੋਲੋਜੀ ਹੁੰਦੀ ਆ ਸਟਾਰਸ ਨੂੰ ਸਟੱਡੀ ਕਰਨਾ ਯਾ ਉਹ ਕੁਝ ਹੋਰ ਹੁੰਦਾ ਉਹਦੀ ਇੰਨੀ ਨੋਲੇਜ ਨਹੀਂ ਆ ਬਸ ਮੈਨੂੰ ਨਾ ਪਤਾ ਕਿ ਉਹ ਐਸਟ੍ਰੋਲੋਜੀ ਆ ਉਹ ਅਲੱਗ ਚੀਜ਼ ਹੈ ਯਾਨੀ ਜੇ ਸविता ਜ ਇੱਕ ਕਲਾਕਾਰ ਇੱਕ ਆਰਟਿਸਟ ਨਾ ਹੁੰਦੀ ਤਾਂ ਚਾਈਲਡ ਸਾਈਕੋਲੋਜਿਸਟ ਹੁੰਦੀ ਆ ਉਹ ਅਰੇ ਨਵੀਂ ਚੀਜ਼ ਪਤਾ ਲੱਗੀ ਹੈ ਮੈਨੂੰ ਲੱਗਦਾ ਕਿ ਜਿਕਰ ਨਹੀਂ ਬੱਚੇ ਬੜੇ ਐਗਰੈਸਿਵ ਹੁੰਦੇ ਆ ਪੇਰੈਂਟਸ ਦੇ ਅੱਗੇ ਬੋਲਦੇ ਬਹੁਤ हां मड़ी जी गल कह रही ते बस ਅੱਗੇ ਬੋਲ ਦੇਣਾ ਇਹ ਨਹੀਂ ਦੇਖਣਾ ਵੀ ਕਿਦਾਂ ਰਿਸਪੌਂਸ ਕੀ ਆ ਕਿਦਾਂ ਕੀ ਨਹੀਂ ਕਈ ਵਾਰ ਮਾਰਦੇ ਵੀ ਨੇ ਹਾਂ ਫਿਜ਼ੀਕਲ ਵੀ ਕਰ ਦਿੰਦੇ ਆ ਹਾਂ ਔਰ ਇਹ ਅੱਜ ਕੱਲ ਦੇ ਟਾਈਮ 'ਚ ਬੱਚਿਆਂ 'ਚ ਬਹੁਤ ਕਾਮਨ ਚੀਜ਼ ਆ ਸੋ ਮੈਂ ਆਪਣੇ ਆਸ-ਪਾਸ ਦੇ ਫੈਮਿਲੀ ਦੇ ਬੱਚਿਆਂ 'ਚ ਦੇਖੀ ਇਹ ਚੀਜ਼ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਜੇ ਇੱਥੇ ਹੋ ਰਿਹਾ ਤਾਂ ਹੋ ਸਕਦਾ ਹੋਰ ਕਿੰਨੇ ਘਰਾਂ 'ਚ ਹੋ ਰਿਹਾ ਹੋਊਗਾ ਤੇ ਇਹੀ ਪੜਦੀ ਆ ਮੈਂ लेट्स हेल्प ਕਿਡਸ ਇਹਦਾ ਫਿਰ ਇਲਾਜ ਕੀ ਕਿਉਂਕਿ ਹੁਣ ਜੇ ਆਪਾਂ ਗੱਲ ਸ਼ੁਰੂ ਕਰ ਲਈ ਤਾਂ ਥੋੜਾ ਬਹੁਤ ਇਲਾਜ ਵੀ ਦੱਸ ਦੋ ਹੁਣ ਇਹਦਾ ਨੁਸਖੇ ਵੀ ਦੱਸ ਦੋ ਕਿੜੀ ਵੀ ਇਹ ਦੱਸਿਆ ਨਹੀਂ ਜਾ ਸਕਦਾ ਹੁਣ ਹਰ ਜਿਵੇਂ ਆਪਣੇ ਅਡਲਟਸ ਦੀ ਹਰ ਪਰਸਨੈਲਿਟੀ ਡਿਫਰੈਂਟ ਹੈ ਹਰ ਇੱਕ ਦੀ ਪਸੰਦ ਨਾ ਪਸੰਦ ਡਿਫਰੈਂਟ ਹੈ ਉਵੇਂ ਬੱਚਿਆਂ ਦੀ ਪਰਸਨੈਲਿਟੀ ਵੀ ਡਿਫਰੈਂਟ ਹੈ ਕਈ ਬੱਚੇ ਹੁੰਦੇ ਆ ਜੇ ਅਗਰੈਸਿਵ ਨਹੀਂ ਆ ਜ਼ਿੱਦ ਕਰ ਰਹੇ ਨੇ ਜੇ ਡਾਂਟਤਾ ਤਾਂ ਸਮਝ ਜਾਂਦੇ ਆ ਪਿਆਰ ਨਾਲ ਨਹੀਂ ਸਮਝਦੇ। ਕਈ ਬੱਚੇ ਡਾਂਟ ਕੇ ਵੀ ਨਹੀਂ ਸਮਝਦੇ ਉਹਨਾਂ ਦੀ ਜ਼ਿੱਦ ਕੰਟੀਨਿਊ ਚੱਲਦੀ ਰਹਿੰਦੀ ਆ। ਉਹ ਪਿੰਡਾਂ 'ਚ ਕਹਿੰਦੇ ਨੇ ਮੋਟੀ ਚਮੜੀ। ਸੋ ਉਹ ਦੋਨੋਂ ਬੱਚਿਆਂ ਦਾ ਅਲੱਗ-ਅਲੱਗ ਟ੍ਰੀਟਮੈਂਟ ਹੋਊਗਾ। ਹਾਂ। ਕਈ ਬੱਚਿਆਂ ਨੂੰ ਸੌਫਟਲੀ ਹੈਂਡਲ ਕਰਨਾ ਪੈਂਦਾ ਹੈ, ਡਿਸਟਰੈਕਟ ਕਰਕੇ ਹੈਂਡਲ ਕਰਨਾ ਪੈਂਦਾ। ਕਿਸੇ ਗੇਮ ਚ ਲਾ ਕੇ ਜਾਂ ਡਰਾਇੰਗ ਚ ਲਾ ਕੇ ਮੰਨੋ ਧਿਆਨ ਇੱਧਰ-ਉੱਧਰ ਹੋ ਗਿਆ। ਪਹਿਲਾਂ ਉਹਨਾਂ ਦੇ ਦੋਸਤ ਬੰਨਾ ਪੈਂਦਾ ਹੈ ਉਹਨਾਂ ਨਾਲ। ਹਾਂ। ਕੰਫਰਟੇਬਲ ਹੋਣਾ ਪੈਂਦਾ ਹੈ ਵੀ ਉਹ ਟਰਸਟ ਕਰ ਲੈਣ। ਹਾਂ। ਸੋ ਮੈਨੂੰ ਵੈਸੇ ਵੀ ਬੱਚਿਆਂ ਦੇ ਦੇ ਵਿੱਚ ਰਹਿਣਾ ਬਹੁਤ ਪਸੰਦ ਆਇਆ। ਲਾਈਕ ਟੂ ਬੀ ਵਿਦ ਕਿਡਸ। ਅੱਛਾ ਬੰਗਾ ਨਾ ਕਈ ਵਾਰ ਆਪਣੇ ਕਿਤੇ ਤੋਂ ਅੱਕ ਜਾਂਦਾ ਹੈ। ਕਿ ਕਈ ਵਾਰ ਮੇਰ ਨਾਲ ਵੀ ਹੋਇਆ ਕਿ ਕਈ ਕਿ ਦਿਨ ਕੰਮ ਨਹੀਂ ਕਰਨਾ। ਜੀ। ਵੀ ਮਾਨੇ ਨਹੀਂ ਕਰਨਾ। ਵੀ ਨਹੀਂ ਯਾਰ ਮੈਂ ਕੁਝ ਹੋਰ ਹੀ ਕਰ ਲੈਣਾ। ਇਹ ਨਹੀਂ ਕਰਨਾ। ਤੁਸੀਂ ਅੱਕਿਓ। ਨਹੀਂ। ਕਈ ਵਾਰੀ ਮੈਨੂੰ ਆਈ ਜ਼ਰੂਰ ਲੱਗਦਾ ਕਿ ਜਿਸ ਸਪੀਡ ਤੇ ਮੈਨੂੰ ਕੰਮ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ ਬਟ ਫਿਰ ਮੰਜ਼ਿਲ ਕੀ ਹੈ ਰਸਤਾ ਕੀ ਹੈ ਹੌਂਸਲਾ ਹੈ ਤਾਂ ਫਿਰ ਫਾਸਲਾ ਕੀ ਹੈ ਤੇ ਹੌਂਸਲਾ ਹੈ ਬਸ ਜਿਹੜਾ ਮੈਨੂੰ ਲਈ ਫਿਰਦਾ ਹੈ ਕੀਆ ਬਾਤ ਹੈ ਉਹ ਪੇਸ਼ੈਂਸ ਹੈ ਉਹ ਹੌਂਸਲਾ ਹੈ ਪਰ ਮੈਨੂੰ ਲੱਗਦਾ ਪਣੀ ਚੀਜ਼ ਚੰਗੀ ਹੈ ਜੀ ਅ ਕਿਉਂਕਿ ਕਿਉਂਕਿ ਮੈਨੂੰ ਬੈਕ ਆਫ ਦਾ ਮਾਈਂਡ ਇੱਕ ਸੈਟੀਸਫੈਕਸ਼ਨ ਹੈ ਇੱਕ ਖੁਸ਼ੀ ਹੈ ਕਿ ਮੈਂ ਜੋ ਕਰਨਾ ਚਾਹੁੰਦੀ ਸੀ ਬਚਪਨ ਤੋਂ ਮੈਂ ਉਹੀ ਕਰ ਰਹੀ ਹਾਂ ਤੇ ਤੁਸੀਂ ਆਪਣੀ ਮਿਹਨਤ ਤੇ ਕਰ ਰਹੇ ਹੋ ਸੋ ਥੋੜਾ ਸਲੋ ਹੋ ਰਿਹਾ ਤਾਂ ਕੋਈ ਗੱਲ ਨਹੀਂ ਪਰ ਹੋ ਰਿਹਾ ਮੈਂ ਜਿਹੜੀ ਚੀਜ਼ ਕਹਿਣੀ ਚਾਹੁੰਦਾ ਸੀ ਉਹ ਇਹ ਜੇ 10 ਲੋਕਾਂ ਦੀ ਭੀੜ 'ਚ ਮੈਨੂੰ ਸਿਰਫ 7 ਲੋਕ ਹੀ ਜਾਣਦੇ ਆ ਤਾਂ ਕੋਈ ਗੱਲ ਨਹੀਂ ਉਹ 7 ਤਾਂ ਜਾਣਦੇ ਹਾਂ ਹਾਂ ਉਹ ਬਹੁਤ ਮੈਟਰ ਕਰਦਾ ਉਹ ਵੀ ਮੈਟਰ ਬਹੁਤ ਕਰਦੇ ਕੋ ਬਹੁਤ ਮੈਟਰ ਕਰਦਾ ਇਹ ਬਹੁਤ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਬਾਕੀ ਨਾਲ ਨਾਲ ਆਪਾਂ ਤੁਸੀਂ ਪਲੀਜ਼ ਹਮ ਕਾਫੀ ਚੱਕ ਲਓ ਕਿਉਂਕਿ ਹੁਣ ਤੁਹਾਡੀ ਕੋਲਡ ਕਾਫੀ ਬਣ ਚੁੱਕੀ ਹੈ ਜੀ ਸਾਨੂੰ ਕਿਹਾ ਸਾਡੇ ਮਿੱਤਰ ਨੂੰ ਇਹ ਗਿਆ ਸੀ ਕਹਿੰਦੇ ਵੀ ਹੌਟ ਕਾਫੀ ਬਣਾਓ ਪਰ ਕਹਿੰਦੇ ਕੋਲਡ ਕਾਫੀ ਪਸੰਦ ਹੈ ਮੈਂ ਕੱਲੀ ਕਾਫੀ ਕਹੀ ਸੀ ਹੌਟ ਕੋਲਡ ਨਹੀਂ ਸੀ ਮੈਂ ਕਿਹਾ ਚਲੋ ਅਸੀਂ ਆਪੇ ਲਾ ਲਿਆ ਕੀ ਬਾਤ ਹੈ ਅੱਛਾ ਭੈਣੇ ਹੁਣ ਮੈਂ ਚਾਹਣਾ ਕੋਈ ਗਾਣਾ ਹੋ ਜਾਏ ਤੁਸੀਂ ਇੱਕ ਗਾਣਾ ਬੜਾ ਗੋਣਾ ਤੇਰੇ ਪਿੱਛੇ ਕਿਉਂ ਰੁਲਦੇ ਉਹ ਮੇਰਾ ਫੇਵਰਿਟ Song ਹੈ ਹਾਂ ਮੈਂ ਉਹ ਕਿਉਂਕਿ ਹੁਣ ਕਲਾਕਾਰ ਕਹਿੰਦੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਤੇ ਅਸੀਂ ਗਾਣਾ ਸੁਣੀ ਓਕੇ ਬਾਫੜ ਕੇ ਰੋਕ ਲੈਂਦੇ ਬਾਫੜ ਕੇ ਰੋਕ ਲੈਂਦੇ ਜੇ ਕੋਈ ਚੱਲਦਾ ਜ਼ੋਰ ਹੁੰਦਾ ਤੇਰੇ ਪਿੱਛੇ ਕਿਉਂ ਰੁਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ ਹਾਂ ਤੇਰੇ ਪਿੱਛੇ ਕਿਉਂ ਰੁਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ ਹਏ ਹਏ ਪਰ ਮੈਂ ਇਹ ਚੀਜ਼ ਨੂੰ ਨਾ ਮੈਂ ਆਪਣੇ ਪੀਸੀ ਤੇ ਬੈਠਾ ਸੁਣ ਰਿਹਾ ਸੀ ਇਹ ਹੀ ਗੀਤ ਤੇ ਅੱਜ ਲਾਈਵ ਸੁਣਿਆ ਪਹਿਲੀ ਵਾਰ ਸੁਣਿਆ ਮੈਂ ਤੁਹਾਡੇ ਮੂੰਹ ਪਰ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਪਰਸਨਲੀ ਇਹਦੇ ਵਿੱਚ ਕੋਈ ਇਹ ਨਹੀਂ ਵੀ ਮੈਂ ਕੈਮਰੇ ਤੇ ਬੋਲ ਰਿਹਾ ਜਾਂ ਮਾਈਕ ਔਨ ਨੇ ਨਹੀਂ ਪਰ ਸੱਚਮੁੱਚ ਦੇ ਵਿੱਚ ਮੈਨੂੰ ਲੱਗਦਾ ਹੈ ਸ਼ਾਇਦ ਜਿਹੜੇ ਦਰਦ ਨਾਲ ਤੁਸੀਂ ਗਾ ਰਹੇ ਹੋ ਦਰਦ ਤੁਹਾਡੀ ਆਵਾਜ਼ ਦੇ ਵਿੱਚੋਂ ਆਉਂਦਾ ਹੈ ਵੀ ਤੁਸੀਂ ਫੀਲ ਕਰਕੇ ਗਾ ਰਹੇ ਹੋ ਪਰ ਮੈਂ ਕੋਈ ਵੀ ਗਾਣਾ ਗਾਉਣੀ ਹੈ ਨਾ ਤਾਂ ਮਤਲਬ ਮੈਨੂੰ ਐ ਲੱਗਦਾ ਕਿ ਜਿਸ ਜਿੰਨੀ ਮੈਂ ਕੇਪੇਬਲ ਹਾਂ ਗਾਉਣ ਚ ਮੈਂ ਉਸ ਕੇਪੇਬਿਲਿਟੀ ਨਾਲ ਨਹੀਂ ਗਾ ਪਾਉਂਦੀ ਕਿਉਂਕਿ ਮੇਰਾ ਇੱਥੇ ਗਲ ਪਰ ਆਉਂਦਾ ਜਦੋਂ ਆਪਾਂ ਰੋ ਨਹੀਂ ਸਕਦੇ ਰੋਣ ਹੱਕੇ ਹੋ ਜਾਂਦੇ ਆ ਹਾਂ ਤਾਂ ਉਹ ਗਲ ਪਰ ਆਉਂਦਾ ਤੇ ਗਾਉਣਾ ਹੀ ਇੱਥੋਂ ਆ ਤਾਂ ਫਿਰ ਆਵਾਜ਼ ਡਿਸਟਰਬ ਹੋ ਕੇ ਨਿਕਲਦੀ ਆ ਸੋ ਜਿੰਨਾ ਮੈਂ ਵਧੀਆ ਮੈਨੂੰ ਪਤਾ ਲੱਗ ਜਾਂਦਾ ਕਿ ਜਿੰਨਾ ਵਧੀਆ ਮੈਂ ਗਾ ਸਕਦੀ ਹਾਂ ਉਹਨਾਂ ਵਧੀਆ ਮੈਂ ਗਾ ਨਹੀਂ ਪਾਉਂਦੀ ਕਿਤੇ ਵੀ ਜਦੋਂ ਵੀ ਪਾਪਾ ਦਾ ਗਾਣਾ ਗਾਉਣੀ ਅੱਛਾ ਤੁਹਾਨੂੰ ਸਿੰਗਿੰਗ ਇੰਡਸਟਰੀ ਜ਼ਿਆਦਾ ਚੰਗੀ ਲੱਗਦੀ ਹੈ ਕਿ ਮਾਡਲਿੰਗ ਇੰਡਸਟਰੀ ਜ਼ਿਆਦਾ ਚੰਗੀ ਲੱਗਦੀ ਹੈ ਕਿਉਂਕਿ ਤੁਸੀਂ ਐਜ਼ ਅ ਮਾਡਲ ਵੀ ਕੰਮ ਕਰਿਆ ਤੁਸੀਂ ਐਜ਼ ਅ ਸਿੰਗਰ ਵੀ ਕੰਮ ਕਰਿਆ ਐਜ਼ ਐਕਟਰ ਵੀ ਐਜ਼ ਅ ਐਕਟਰ ਵੀ ਕੰਮ ਕਰਿਆ ਤੁਹਾਨੂੰ ਕਿਹੜੀ ਪਸੰਦ ਹੈ ਜ਼ਿਆਦਾ ਤਿੰਨਾ ਚੋਂ ਮੈਂ ਓਨੈਸਟਲੀ ਦੱਸਣਾ ਤਾਂ ਹੁਣ ਡਿਪਲੋਮੈਟਿਕ ਆਨਸਰ ਲੱਗਣਾ ਪਰ ਓਨੈਸਟਲੀ ਵੈਰੀ ਹਾਰਡ ਟੂ ਚੂਜ਼ ਮੈਂ ਚਾਹੁੰਨੀ ਆ ਕਿ ਮੈਂ ਤਿੰਨਾ ਫੀਲਡਸ ਤਿੰਨਾ ਕੈਟਾਗਰੀਜ਼ ਦੇ ਵਿੱਚ ਹੀ ਕੰਮ ਕਰਦੀ ਰਹਾਂ ਆਲ ਰੌਂਡਰ ਰਹਾ ਹਾਂ ਵੀ ਮੈਨੂੰ ਕੁਝ ਵੀ ਕਹਿ ਲਵੇ ਬੰਦਾ ਮੈਂ ਕਰ ਲਵਾਂਗੀ। ਹਮ ਬਰਾੜ ਸਾਹਿਬ ਵੀ ਇਸੇ ਖੇਤਰ 'ਚ ਹੀ ਸੀਗੇ। ਉਹ ਇੱਕ ਚੰਗੇ ਐਕਟਰ ਵੀ ਸੀਗੇ, ਲਿਖਾਰੀ ਵੀ ਸੀਗੇ ਤੇ ਗਾਇਕਤਾ ਸੀਗੀ ਸੀ। ਮੈਂ ਲਿਖਣ ਦੀ ਵੀ ਕੋਸ਼ਿਸ਼ ਕਰ ਰਹੀ ਹਾਂ ਅੱਜ ਕੱਲ੍ਹ। ਕੀ ਬਾਤ ਹੈ। ਅੱਛਾ ਫੇਰ ਕੁਝ ਲਿਖਿਆ ਤੁਸੀਂ? ਹਮ ਹਾਂ ਮੇਰੀ ਮੇਰਾ ਫੇਵਰਿਟ ਜੋ ਲਿਖਿਆ ਹੋਇਆ। ਹਮ ਸੁਣਾ ਹੈ ਕਿ ਬਚਪਨ 'ਚ ਕੋਈ ਫਿਕਰ ਨਹੀਂ। ਹਮ ਸੁਣਾ ਹੈ ਕਿ ਬਚਪਨ 'ਚ ਕੋਈ ਫਿਕਰ ਨਹੀਂ। ਕੀ ਇਸਕਾ ਮਤਲਬ ਅਸੀਂ ਬਚਪਨ ਦੇਖਿਆ ਹੀ ਨਹੀਂ? ਹਾਏ 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 ਕੀ ਬਾਤ ਹੈ ਕੀ ਬਾਤ ਹੈ ਦੋ ਹੀ ਲਾਈਨਾਂ ਨੇ ਬਟ ਆਈ ਰੈਜ਼ੋਨੇਟ ਵਿਦ ਥਿਸ ਬਹੁਤ ਬਹੁਤ ਡੀਪ ਹੈ ਬਹੁਤ ਡੀਪ ਗੱਲ ਹੈ ਇਹ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਫਿਰ ਲਿਖਣਾ ਇਹ ਮੈਂ ਲਿਖਿਆ ਸੀਗਾ 25 2021 ਤੇ ਇਹ ਫਿਰ ਕਿਵੇਂ ਫੁਰਨਾ ਫੁਰਿਆ ਵੀ ਸੁਵਿਤਾ ਜੀ ਲਿਖਦੇ ਵੀ ਹਾਂ ਮੈਨੂੰ ਇਹੀ ਮੈਂ ਇਹ ਪਹਿਲੀ ਚੀਜ਼ ਹੀ ਜਿਹੜੀ ਮੈਂ ਲਿਖੀ ਸੀ ਉਹ ਇਹੀ ਲਿਖੀ ਸੀ अच्छा ये दो लाइनें मैं पहली चीज लिखी थी अपनी डायरी स्टार्टिंग है तो भी हां फिर जब मैं मम्मा ਨੂੰ ਸੁਣਾਇਆ ਤਾਂ ਮम्मा ਬਸ ਸ਼ੌਕ ਮમારી ਅੱਖਾਂ ਪਰ ਆਈਆਂ ਸੀ ਮम्मा ਕਹਿੰਦੇ ਇਹ ਤਾਂ ਮੈਂ ਤੂੰ ਲਿਖ ਸਕਦੀ ਆ ਤੂੰ ਲਿਖਿਆ ਕਰ ਫਿਰ ਆਇਆ ਤਾਂ ਨਹੀਂ ਕਿਹਾ ਉਹਨਾਂ ਨੇ ਵੀ ਤੂੰ ਲਿਖਿਆ ਪੱਕੀ ਕਰ ਲਾ ਕੀ ਸੀ ਪੁੱਛਿਆ ਸੀਗਾ ਕਿ ਤੂੰ ਹੀ ਲਿਖਿਆ ਮੈਂ ਕਿਹਾ ਹਾਂਜੀ ਹਾਂਜੀ ਮੈਂ ਹੀ ਲਿਖਿਆ ਤੁਸੀਂ ਲੱਭੋ ਇੰਟਰਨੈਟ ਤੇ ਮੈਂ ਕਿਹਾ ਕਿਤੇ ਨਹੀਂ ਲੱਭਣਾ ਬਟ ਹਾਂ ਸੋ ਮम्मा ਕਹਿੰਦੇ ਤੂੰ ਲਿਖ ਸਕਦੀ ਆ ਲਿਖਿਆ ਕਰ ਕੰਟੀਨਿਊ ਦਿਸ ਅੱਛਾ ਲਿਖ ਸਕਦੀ ਆ ਹਾਂ अच्छा पण कटटडता होनी किन्नेक जरूरी है क्योंकि मैं सवाल ना इस करके पूछदा क्योंकि जरूरी नहीं ਤੁਸੀਂ ਇਸ ਇੰਡਸਟਰੀ ਨਾਲ تعلق ਰੱਖਦੇ ਹੋ ਪਰ ਆਪਾਂ ਇੱਕ ਸਮਾਜ ਚ ਰਹਨੇ ਇੱਕ ਸੁਸਾਇਟੀ ਚ ਰਹਨੇ ਆ ਜਿੱਥੇ ਹਰ ਇੱਕ ਵਰਗ ਦਾ ਬੰਦਾ ਵੀ ਆਪਣੇ ਨਾਲ ਮਿਲਦੇ ਨੇ ਬਿਲਕੁਲ ਇੰਡਸਟਰੀ ਚ ਵੀ ਕਈ ਐਸੇ ਲੋਕ ਨੇ ਵੀ ਜਿਹੜੇ ਬਹੁਤ ਕਟੜ ਹੁੰਦੇ ਨੇ ਕਿਸੇ ਚੀਜ਼ ਨੂੰ ਲੈ ਕੇ ਹਾਂਜੀ ਉਹ ਜ਼ਰੂਰੀ ਨਹੀਂ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਗੱਲ ਕਰਾਂ ਕਿਸੇ ਧਰਮ ਦੀ ਗੱਲ ਕਰਾਂ ਕਿਸੇ ਇੱਕ ਰਿਲੀਜੀਅਨ ਕਾਸਟ ਦੀ ਗੱਲ ਕਰਾਂ ਹਰ ਇੱਕ ਬੰਦੇ ਦਾ ਆਪਣੇ ਆਪਣਾ ਕਟੜਤਾ ਹੁੰਦੀ ਹੈ ਕਿਸੇ ਚੀਜ਼ ਨੂੰ ਲੈ ਕੇ ਜੀ ਕਟੜ ਹੋਣਾ ਤੇ ਹਰ ਇੱਕ ਚੀਜ਼ ਨੂੰ ਅਕਸੈਪਟ ਕਰਨਾ ਤੁਹਾਨੂੰ ਕਿਹੜਾ ਲੱਗਦਾ ਵੀ ਕਿਹੜਾ ਬੰਦਾ ਕੀ ਹੋਣਾ ਚਾਹੀਦਾ ਹੈ ਜ਼ਿਆਦਾ ਕਟੜ ਹੋਣਾ ਚਾਹੀਦਾ ਵੀ ਆ ਨਹੀਂ ਤਾਂ ਆਹੀ ਜਾਂ ਉਹ ਬੰਦਾ ਹੋਣਾ ਚਾਹੀਦਾ ਵੀ ਕੋਈ ਗੱਲ ਨਹੀਂ ਜਿੱਦਾਂ ਦਾ ਸਮਾਂ ਆ ਉਦਾਂ ਦਾ ਰਹਿ ਜਾਓ ਮੈਨੂੰ ਲੱਗਦਾ ਜੇ ਪਰਸਨਲ ਚੋਇਸਿਸ ਨੇ ਕੁਝ ਵੀ ਮੈਂ ਆਪਣੇ ਬਾਰੇ ਆ ਚੀਜ਼ ਨਹੀਂ ਚੇਂਜ ਕਰਨੀ ਤੇ ਬਾਕੀ ਕੋਈ ਗੱਲ ਨਹੀਂ ਹਾਂ ਤਾਂ ਮੈਨੂੰ ਲੱਗਦਾ ਕਿ ਟਾਈਮ ਨਾਲ ਜਾਂ ਟਾਈਮ ਦੇ ਫਲੋ ਨਾਲ ਅੱਗੇ ਵਧਣ ਚ ਕੁਝ ਹਰਜ ਨਹੀਂ ਹੈਗਾ ਹੂੰ ਮਿਲਦਾ ਇਹ ਬੈਨੇਫਿਟ ਹੀ ਹੈ ਕਿਉਂਕਿ ਜੇ ਆਪਾਂ ਚਾਹੁੰਦੇ ਆ ਕਿ ਡਿਵੈਲਪਮੈਂਟ ਹੋਵੇ ਹੂੰ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਆਪਾਂ ਚਾਹੁੰਦੇ ਆ ਕਿ ਕੋਈ ਵੀ ਚੀਜ਼ ਜੇ ਗਰੋ ਕਰੇ ਹੂੰ ਤਾਂ ਆਬਵੀਅਸਲੀ ਗਰੋਥ ਦੇ ਵਿੱਚ ਨਵੀਆਂ ਚੀਜ਼ਾਂ ਐਡ ਹੋਣਗੀਆਂ ਹੂੰ ਤੁਸੀਂ ਬੇਸਿਕ ਐਗਜ਼ਾਮਪਲ ਦਵਾ ਤਾਂ ਇੱਕ ਬੱਚਾ ਵੱਡਾ ਹੁੰਦਾ ਹੂੰ ਉਹਦੀ ਸ਼ਕਲ ਚੇਂਜ ਹੁੰਦੀ ਆ ਬੋਇਸ ਮੇਲ ਜੀ ਮੇਲ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਫੇਸ਼ੀਅਲ ਹੇਅਰ ਆਉਂਦੇ ਆ ਉਹਨਾਂ ਗਰਲਸ ਦੀ ਜੇ ਗੱਲ ਕਰੀਏ ਉਹਨਾਂ ਦੀ ਬੋਡੀ ਚ ਚੇਂਜਸ ਆਉਂਦੇ ਆ ਸੋ ਆਈ ਥਿੰਕ ਟਾਈਮ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਆਪਣੇ ਆਪ ਨੂੰ ਚੇਂਜ ਕਰਨਾ ਜਾਂ ਟਾਈਮ ਦੇ ਫਲੋ ਚ ਵਹਿ ਜਾਣ ਨਾਲ ਕੁਝ ਹਰਜ ਨਹੀਂ ਹੈਗਾ ਸੋ ਜੇ ਤੁਹਾਡੀ ਆਪ ਦੀ ਪਰਸਨਲ ਪ੍ਰੀਫਰੈਂਸ ਆ ਕੋਈ ਤਾਂ ਉਹਨੂੰ ਸੇਮ ਰੱਖਣ ਚ ਕੋਈ ਹਰਜ ਨਹੀਂ ਆ ਵੀ ਮੈਂ ਆਪਣੇ ਬਾਰੇ ਆ ਚੀਜ਼ ਨਹੀਂ ਚੇਂਜ ਕਰਨੀ ਬਾਕੀ ਠੀਕ ਹੈ ਹਮ ਥਿਸ ਇਜ਼ ਵਾਟ ਆਈ ਫੀਲ ਨਹੀਂ ਬਿਲਕੁਲ ਠੀਕ ਹੈ ਗੱਲ ਮਤਲਬ ਜੇ ਤੁਹਾਡੀ ਅਪੀਅਰੈਂਸ ਨਹੀਂ ਸੇਮ ਰੈਰੀ ਤਾਂ ਫਿਰ ਕੱਟੜ ਦਾਦਾ ਕੀ ਫੈਡ ਕੀ ਫੈਡ ਪੁਆਇੰਟ ਕੀ ਬਿਲਕੁਲ ਅੱਛਾ ਹੁਣ ਨਾਰਮਲ ਘਰ ਦੇ ਵਿੱਚ ਮਾਹੌਲ ਕਿਸ ਤਰੀਕੇ ਦਾ ਤੁਸੀਂ ਤਿੰਨੇ ਜਣੇ ਇਕੱਠੇ ਹੋਨੇ ਹੁਣ ਤੁਸੀਂ ਪਹਿਲਾਂ ਬਾਹਰ ਚੱਲ ਗਏ ਸੀ ਫਿਰ ਤੁਸੀਂ ਹੁਣ ਇੰਡੀਆ ਦੇ ਵਿੱਚੋਂ ਹੁਣ ਮਾਹੌਲ ਕਿਵੇਂ ਕਰਦਾ ਹੁਣ ਮਾਹੌਲ ਨਾਰਮਲ ਫੈਮਲੀਆਂ ਦਾ ਜਿਵੇਂ ਹੁੰਦਾ ਹੈ ਕਿ ਜਿੱਥੇ ਜਦੋਂ ਕੋਈ ਖੁਸ਼ ਖਬਰੀ ਸੁਣਨ ਨੂੰ ਮਿਲਦੀ ਹੈ ਤਾਂ ਉੱਥੇ ਖੁਸ਼ੀ ਹੋ ਜਾਂਦਾ ਮਮ ਇਸ ਵੈਰੀ ਪ੍ਰਾਊਡ ਆਫ ਮੀ ਉਹ ਮੈਨੂੰ ਆਲਵੇਜ਼ ਅਹਿਸਾਸ ਕਰਾਉਂਦੇ ਆ ਕਿ ਵੀ ਮੈਂ ਜਿਵੇਂ ਤੋਂ ਕੰਮ ਕਰ ਰਹੀ ਆ ਤੇ ਉਹ ਬਹੁਤ ਖੁਸ਼ ਆ ਵੈਰੀ ਪ੍ਰਾਊਡ ਆਫ ਯੂ ਕੋਈ ਦਿਨ ਨਹੀਂ ਪਸੰਦ ਆਉਂਦਾ ਕੋਈ ਕੰਮ 'ਚ ਕਿਸੇ 'ਚ ਕਮੀ ਹੈ ਤਾਂ ਉਹ ਵੀ ਮੈਨੂੰ ਦੱਸਦੇ ਆ ਹਮ ਬ੍ਰਦਰ ਹੈ ਉਹ ਵੀ ਹੁਣ ਤਿਆਰੀ ਕਰ ਰਿਹਾ ਹੈ ਇੰਡਸਟਰੀ 'ਚ ਆਉਣ ਦੀ ਕਿਆ ਬਾਗ ਹੈ ਆਮ ਸੋ ਬlesਟ ਸੋ ਪ੍ਰਾਊਡ ਕਿ ਹੀ ਇਸ ਫਾਲੋਇੰਗ ਮਾਈ ਫੁੱਟਸਟੈਪਸ ਹਾਂ ਮੈਨੂੰ ਗੱਲ ਇਸ احساس ਦਾ ਗੱਲ ਹੈ ਕਿ ਮੈਂ ਪਾਪਾ ਦਾ ਹੱਥ ਫੜ ਕੇ ਆਈ ਹਾਂ ਉਹ ਹੁਣ ਮੇਰਾ ਹੱਥ ਫੜ ਕੇ ਇੰਡਸਟਰੀ ਚ ਜਾਏਗਾ। ਕੀ ਆਪ ਐਂਡ ਆਈ ਹੈਵ ਟੂ ਕੀਪ ਅ ਸੇਫ ਪਲੇਸ ਫॉर ਹਿਮ। ਹਮਮ ਅੱਛਾ ਕੁੜੀਆਂ ਵਾਸਤੇ ਕਹਿੰਦੇ ਇੰਡਸਟਰੀ ਬਹੁਤ ਜ਼ਿਆਦਾ ਅ ਮੁਸ਼ਕਿਲ ਭਰੀ ਹੈ। ਜੀ ਕਿਉਂਕਿ ਪੋਡਕਾਸਟ ਹੈ ਬੋਲਣ ਦੇ ਵਿੱਚ ਮੈਨੂੰ ਕੋਈ ਹਰਜ਼ ਨਹੀਂ ਕਿਉਂਕਿ ਕਈ ਚੀਜ਼ਾਂ ਕਈ ਅ ਕਈ ਵਾਰ ਕਈ ਕੁੜੀਆਂ ਦੇ ਨਾਲ ਅਸੀਂ ਹੋਈਆਂ ਨੇ ਕਿਉਂਕਿ ਮੈਂ ਇਸ ਖੇਤਰ ਤੋਂ ਬਿਲੋਂਗ ਕਰਦਾ ਸਾਡੇ ਤਾਂ ਕਈ ਵਾਰ ਕੇਸ ਐਸੇ ਪਹੁੰਚਦੇ ਨੇ ਵੀ ਕਈ ਡਾਇਰੈਕਟਰਸ ਕਈ ਵੀਡੀਓ ਐਕਟਰਸ ਕੋਈ ਮਾਡਲਸ ਕਈ ਪ੍ਰੋਡਿਊਸਰਸ ਕਈ ਵਾਰ ਕੁੜੀ ਦਾ ਸ਼ੋਸ਼ਣ ਤੱਕ ਕਰਦੇ ਨੇ ਉਹ ਉਹਦੀ ਉਹਦੀ ਬਾਡੀ ਨੂੰ ਵੇਖ ਕੇ ਸਿਲੈਕਸ਼ਨ ਹੁੰਦੀ ਹੈ ਉਹਦੀਆਂ ਉਹਦੀਆਂ ਆਦਤਾਂ ਨੂੰ ਵੇਖ ਕੇ ਸਿਲੈਕਸ਼ਨ ਹੁੰਦੀ ਹੈ ਇਹ ਨਹੀਂ ਵੇਖਦੇ ਕਿ ਉਹਦਾ ਕੰਮ ਕਿਸ ਤਰੀਕੇ ਦਾ ਹੈ ਇਹ ਨਹੀਂ ਵੇਖਦੇ ਕਿ ਉਸਦਾ ਐਕਸਪੀਰੀਅੰਸ ਕਿੰਨਾ ਚੰਗਾ ਹੈ ਉਹ ਇਹ ਵੇਖਦੇ ਨੇ ਉਹ ਆਪਣਾ ਪਰਸਨਲ ਬੈਨੀਫਿਟ ਯਾਨੀ ਰੱਖ ਕੇ ਜਿਹਨੂੰ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਵੀ ਉਹ ਚੀਜ਼ ਹੁੰਦੀਆਂ ਨੇ ਤੁਸੀਂ ਤਾਂ ਇੰਡਸਟਰੀ ਦੇ ਵਿੱਚ ਹੁਣ ਤੁਸੀਂ ਕੰਮ ਕਰ ਰਹੇ ਹੋ ਤੇ ਤੁਸੀਂ ਕੁੜੀਆਂ ਤੁਸੀਂ ਵੇਖ ਰਹੇ ਹੋ ਕਲੀ-ਕਲੀ ਚੀਜ਼ ਨੂੰ ਕਿਸ ਤਰੀਕੇ ਨਾਲ ਹੁੰਦਾ ਓਲਾ ਤੇ ਔਨ ਸਕਰੀਨ ਬਹੁਤ ਫਰਕ ਹੈ ਉਹ ਬੰਦੇ ਵੀ ਤੁਹਾਨੂੰ ਮਿਲੇ ਹੋਣਗੇ ਵੀ ਜਿਹੜੇ ਔਨ ਸਕਰੀਨ ਕੈਮਰਾ ਚੱਲ ਰਿਹਾ ਹੈ ਤਾਂ ਕੁਝ ਹੋਰ ਨਹੀਂ ਕਟ ਆਫ ਹੁੰਦੇ ਸਾਰੀ ਬੰਦਾ ਚੇਂਜ ਵੀ ਤੁਸੀਂ ਵੇਖਿਆ ਹੋਊਗਾ ਬਾਖੂਪੀ ਵੀ ਇਹ ਹੁੰਦਾ ਕੁੜੀਆਂ ਦਾ ਸ਼ੋਸ਼ਣ ਇੰਡਸਟਰੀ ਦੇ ਵਿੱਚ ਚੱਲਦਾ ਵੀ ਕੁੜੀਆਂ ਨਾਲ ਧੱਕਾ ਜਾਂ ਕੁੜੀਆਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮ ਇਹ ਚੀਜ਼ ਮੈਂ ਇੰਡਸਟਰੀ ਦੇ ਤਹਲੇ ਤੱਕ ਨਹੀਂ ਦੇਖੀ ਲਾਈਕ ਆਈ ਸੈਡ ਕਿ ਜਿਹੋ ਜਿ ਤੁਸੀਂ ਆਪ ਹੋ ਜੀ 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 ਜਿੱਦਾਂ ਦੀ ਵਾਈਬ ਪਾਸ ਕਰੋਗੇ ਉਦਾਂ ਹੀ ਅਗਲਾ ਮਿਲੋਗਾ ਇਹ ਚੀਜ਼ ਮੈਂ ਮਿਸ ਇੰਡੀਆ 'ਚ ਦੇਖੀ ਸੀ ਹੁੰਦੀ ਅੱਛਾ ਥੈਂਕਫੁਲੀ ਮੇਰੇ ਨਾਲ ਤਾਂ ਨਹੀਂ ਹੋਈ ਬਟ ਆਈ ਸੋ ਸਮ ਗਰਲਸ ਸਫਰ ਤੇ ਇੰਡਸਟਰੀ 'ਚ ਨਹੀਂ ਮੈਂ ਹਲੇ ਤੱਕ ਦੇਖਿਆ ਯਾਨੀ ਉਹ ਉਸ ਜਿਹੜਾ ਤੁਸੀਂ ਪਲੇਟਫਾਰਮ ਦੱਸ ਰਹੇ ਹੋ ਉਹ ਸਟੇਜ ਤੇ ਇੱਕ ਬਹੁਤ ਵੱਡਾ ਮੰਚ ਹੈ ਬਹੁਤ ਵੱਡਾ ਮੰਚ ਹੈ ਬਹੁਤ ਵੱਡਾ ਮੰਚ ਹੈ ਉੱਥੇ ਚੀਜ਼ਾਂ ਚੱਲਦੀਆਂ ਨੇ ਮੈਂ ਹਾਂਜੀ ਮਤਲਬ ਆਸ-ਪਾਸ ਕੁੜੀਆਂ ਤੋਂ ਵੀ ਸੁਣਿਆ ਆਪਣੇ ਮੇਰੇ ਜਿਹੜੇ ਕੋ-ਕੰਟੈਸਟੈਂਟ ਸੀਗੇ ਹੂੰ ਤੇ ਇੱਕ ਛੋਟੀ ਜੀ ਆਫਟਰ ਪਾਰਟੀ ਸੀਗੀ ਫਿਨਾਲੇ ਹੋਣ ਤੋਂ ਬਾਅਦ ਉੱਥੇ ਥੋੜਾ ਬਹੁਤ ਅਬਜ਼ਰਵ ਕੀਤਾ ਬਟ ਥੈਂਕਫੁਲੀ ਮੇਰੇ ਉਹ ਮੈਂ ਐਫਰਟਸ ਅਬਜ਼ਰਵ ਕੀਤੇ ਹੂੰ ਬਟ ਕਿਸੇ ਹੁਣ ਨਾਰਥ ਜ਼ੋਨ ਦੇ ਵਿੱਚ ਸੀਗਾ ਮੇਰਾ ਫਾਈਨਲ ਸੀਗਾ ਜਿਹੜਾ ਕਿ ਕੋਈ ਪੰਜਾਬ ਆਪਣਾ ਨਾਰਥ ਚੋਂ ਦਾ ਜੀ ਸੋ ਨਾਰਥ ਜ਼ੋਨ ਦੇ ਫਾਈਨਲਸ ਦੇ ਵਿੱਚ ਤਾਂ ਨਹੀਂ ਕਿਸੇ ਕੁੜੀ ਨਾਲ ਕੁਝ ਹੋਇਆ ਬਟ ਹਾਂ ਐਫਰਟਸ ਜ਼ਰੂਰ ਕੀਤੇ ਗਏ ਸੀ ਬਟ ਆਲ ਦਾ ਗਰਲਸ ਵਾਸ ਸੈਂਸਿਬਲ ਆਲ ਦਾ ਗਰਲਸ ਵਾਸ ਸਟਰੋਂਗ ਕਿਸੇ ਨੂੰ ਕੁਝ ਹੋਣ ਨਹੀਂ ਦਿੱਤਾ ਹਮ ਯਾਨੀ ਮਤਲਬ ਕੋਸ਼ਿਸ਼ ਹੋਈ ਸੀ ਜ਼ਰੂਰ ਬਟ ਕੋਈ ਕੁਝ ਸਕਸੈਸਫੁਲ ਨਹੀਂ ਸੀ ਹੋਇਆ ਅੱਛਾ ਪੜਨੇ ਹੁਣ ਸਵਾਲਾਂ ਚੋ ਸਵਾਲ ਨਿਕਲੇ ਆਏ ਮੈਂ ਭੁੱਲ ਗਿਆ ਸੀ ਵੈਸੇ ਉਹ ਜ਼ਿਕਰ ਕਰਨਾ ਜ਼ਰੂਰੀ ਹੈ ਵੈਸੇ ਕਈ ਲੋਕ ਕਹਿਣਗੇ ਵੀ ਜਾਣ ਕੇ ਜ਼ਿਕਰ ਕਰਦੇ ਨੇ ਵੀਡੀਓ ਨੂੰ ਚਲਾਉਣ ਦੇ ਮਾਰੇ ਵਿਊਜ਼ ਲੈਣ ਦੇ ਮਾਰੇ ਮੈਂ ਇਸੇ ਕਰਕੇ ਬਿਲਕੁਲ ਐਂਡ ਦੇ ਵਿੱਚ ਪੁੱਛ ਰਿਹਾ ਹਾਂ ਹਾਂ ਮੈਂ ਇੰਨੀ ਗੱਲ ਸੁਣ ਕੇ ਸਮਝ ਗਈ ਕਿ ਤੁਸੀਂ ਕਿਹਦਾ ਜ਼ਿਕਰ ਕਰਨ ਲੱਗੇ ਹਾਂ ਕਿਉਂਕਿ ਮੈਂ ਚਾਹੁੰਨਾ ਉਹ ਇੱਕ ਰੂਹ ਅੱਡ ਸੀ ਪਰ ਮੈਂ ਉਸ ਦਾ ਕੋਈ ਪਰਸਨਲ ਬੈਨੀਫਿਟ ਨਹੀਂ ਲੈਣਾ ਚਾਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਇਸ ਵੀਡੀਓ ਤੇ ਕੋਈ ਕੋਈ ਲੋਕ ਇਹ ਕਹਿਣ ਵੀ ਨਾਮ ਲੈ ਕੇ ਵੀਡੀਓ ਚਲਾ ਲਈ ਵੀ ਜੇ ਚੱਲੂਗੀ ਤਾਂ ਕੰਮ ਤੇ ਚੱਲਵੇ ਤਾਂ ਉਈ ਰੱਬ ਦੀ ਅਸਰ ਹੈ ਪਰ ਮੈਂ ਨਹੀਂ ਚਾਹੁੰਦਾ ਪਰ ਉਹ ਜ਼ਿਕਰ ਜ਼ਰੂਰ ਚਾਹਨਾ ਕਿਉਂਕਿ ਤੁਸੀਂ ਉਹਨਾਂ ਦੀ ਫਿਲਮ ਦੇ ਵਿੱਚ ਬਾਈ ਸਿੱਧੂ ਮੂਸੇ ਵਾਲੇ ਦੀ ਮੈਂ ਗੱਲ ਕਰ ਰਿਹਾ ਇੱਕ ਬਹੁਤ ਵੱਡਾ ਨਾਮ ਹੋਇਆ ਜੀ ਉਹ ਮੁੰਡਾ ਕਿ ਜਿਹੜਾ ਇੱਕ ਟਿੱਬਿਆਂ ਦੇ ਪਿੰਡਾਂ ਚੋਂ ਉਸ ਉਸ ਜ਼ਮੀਨ ਚੋਂ ਨਿਕਲਿਆ ਜਿੱਥੇ ਟਿੱਬੇ ਟਿੱਬੇ ਹੁੰਦੇ ਸੀ ਜਿੱਥੇ ਪੱਧਰੀ ਜ਼ਮੀਨ ਨਹੀਂ ਸੀ ਕਦੇ ਦੇਖੀ ਉਹ ਉਹ ਪਿੰਡਾਂ ਚੋਂ ਉੱਠਣ ਵਾਲਾ ਇੱਕ ਨੌਜਵਾਨ ਕਿਵੇਂ ਬਿਲਬੋਰਡ ਤੱਕ ਜਾਂਦਾ ਹੈ ਕਿਵੇਂ ਉਸ ਦੀ ਸ਼ਾਪ ਪੂਰੀ ਦੁਨੀਆ ਚ ਲੱਗਦੀ ਹੈ ਕਿਵੇਂ ਉਸ ਨੂੰ ਵੱਡੇ ਵੱਡੇ ਦਿਗਜ ਪੰਜਾਬ ਦੇ ਨਹੀਂ ਅੰਗਰੇਜ਼ ਕਲਾਕਾਰ ਡ੍ਰੇਕ ਹੋ ਗਿਆ ਜਾਂ ਵੱਡੇ ਵੱਡੇ ਜਿਹੜੇ ਨਾਮੀ ਕਲਾਕਾਰ ਨੇ ਉਹ ਉਹਨੂੰ ਫੋਲੋ ਕਰਦੇ ਨੇ ਬਿਲਕੁਲ ਉਹਦੇ ਗਾਣੇ ਸੁਣਦੇ ਨੇ ਤੁਸੀਂ ਉਸ ਕਲਾਕਾਰ ਦੇ ਨਾਲ ਐਸ ਅ ਫੀਮੇਲ ਲੀਡ ਕੰਮ ਕਰਿਆ ਮਤਲਬ ਇਹ ਗੱਲ ਦੇਖਣ ਦੇ ਸੌਣ ਦੇ ਵਿੱਚ ਕਿੰਨੀ ਵੱਡੀ ਗੱਲ ਹੈ ਤਾਂ ਜਿਆਦਾ ਵੱਡੀ ਹੈ ਔਰ ਮੈਨੂੰ ਇਸ ਗੱਲ ਦਾ ਅਹਿਸਾਸ ਐਂਡ ਮੈਂ ਖੁਸ਼ ਤਾਂ ਬਹੁਤ چھوٹਾ ਜਿਹਾ ਵਰਡ ਆ ਮੈਂ ਬlesed ਆ ਮੈਂ ਆਨਰਡ ਆ ਕਿ ਮੈਂ ਉਹਨਾਂ ਨਾਲ স্ক্রিন ਸ਼ੇਅਰ ਕੀਤੀ ਮਤਲਬ ਮੈਂ ਜਿੰਨਾ ਮਤਲਬ ਕਈ ਵਾਰੀ ਕਹਿਣ ਦੀ ਗੱਲ ਹੀ ਹੋ ਜਾਂਦੀ ਆ ਕਿ ਮੇਰੇ ਕੋਲ ਵਰਡਸ ਨਹੀਂ ਆ ਮੇਰੇ ਕੋਲ ਸੱਚੀ ਵਰਡਸ ਨਹੀਂ ਆ ਕਿ ਮੈਂ ਕਿਵੇਂ ਫੀਲ ਕਰਦੀ ਆ ਇਸ ਬਾਰੇ ਔਰ ਉਹ ਇਕਲੌਤਾ ਆਰਟਿਸਟ ਸੀਗਾ ਇੰਡਸਟਰੀ ਦਾ ਜੀਨੇ ਮੈਨੂੰ ਛੋਟੀ ਭੈਣ ਕਹਿ ਕੇ ਬੁਲਾਇਆ ਹੈ ਕੀ ਬਾਤ ਹੈ ਕਿਉਂਕਿ ਜਦੋਂ ਮੈਂ ਬੂਸਾ ਜੱਟ ਚ ਕੰਮ ਕੀਤਾ ਉਦੋਂ ਮੈਂ ਬਹੁਤ ਨਿਊ ਸੀਗੀ ਥੋੜੀ ਪਹਿਲੀ ਫਿਲਮ ਸੀ ਹਾਂ ਮੇਰਾ ਡੈਬਿਊ ਸੀਗਾ ਵੀਰੇ ਦਾ ਵੀ ਡੈਬਿਊ ਸੀਗਾ ਤੇ ਮੈਂ ਆਬਵੀਅਸਲੀ ਹੁਣ ਉਸ ਉਸ ਟਾਈਮ ਤੇ ਵੀਰੇ ਦਾ ਕਰੀਅਰ ਪੀਕ ਤੇ ਸੀ ਬਿਲਕੁਲ ਤੇ ਮੈਂ ਬਿਲਕੁਲ ਨਵੀਂ ਸੀਗੀ ਹੁਣ ਮੈਂ ਆਬਵੀਅਸਲੀ ਬਹੁਤ ਐਕਸਾਈਟਿਡ ਸੀਗੀ ਕਿ ਮੈਂ ਨਨ ਅਦਰ ਦੈਨ ਸਿੱਧੂ ਮੂਸੇਵਾਲੇ ਨਾਲ ਕੰਮ ਕਰਨ ਲੱਗੀ ਹਾਂ ਜਦੋਂ ਮੈਂ ਜਦੋਂ ਸ਼ਾਰਟ ਲੇਨ ਦਾ ਟਾਈਮ ਆਇਆ ਹਨਾ ਅਸੀਂ ਸਭ ਤੋਂ ਪਹਿਲੀ ਵਾਰੀ ਸਾਸਰੀਗਲ ਸਾਸਰੀਗਲ ਹੋਈ ਤੇ ਮੈਂ ਬਹੁਤ ਜ਼ਿਆਦਾ ਨਰਵਸ ਹੋ ਗਈ ਸੀ ਕਿ ਉਹਨਾਂ ਨੂੰ ਸਾਹਮਣੇ ਦੇਖ ਕੇ ਇੱਕ ਤਾਂ ਸੁਖਣਾ ਸੁਖਣਾ ਲੋਨ ਦਾ ਸਰੀਰ ਐਂਡ ਡਾਲ ਡੂਲ ਕੀ ਕਾਫੀ ਛੇ ਪਟਾ ਸਰੀਰ ਸੇਹ ਤੇ ਢੀ ਉਹ ਤੋਂ ਪੱਗ ਬੰਨਦਾ ਬਾਈ ਤੂੰ ਸਿੱਧੂ ਮੂਸੇ ਵਾਲਾ ਤੇ ਮੈਂ ਬਹੁਤ ਜ਼ਿਆਦਾ ਨਰਵਸ ਹੋ ਗਈ ਸੀ ਉਹਨਾਂ ਨੂੰ ਦੇਖ ਕੇ ਵੀ ਮੈਂ ਤਾਂ ਕਰ ਨਹੀਂ ਪਾਉਂਗੀ ਹੂੰ ਤੇ ਉਹ ਨੋਟਿਸ ਕੀਤਾ ਵੀਰੇ ਨੇ ਵੀ ਨਹੀਂ ਕੁੜੀ ਨਰਵਸ ਹੋ ਗਈ ਹੈ ਸ਼ੀਜ਼ ਨਾਟ ਫੀਲਿੰਗ ਗੁੱਡ ਉਹਨਾਂ ਨੇ ਚੇਅਰ ਮੰਗਵਾਈ ਕੈਮਰਾ ਰੋਲ ਹੋ ਗਿਆ ਸੀ ਉਹਨਾਂ ਨੇ ਸਟਾਪ ਕੀਤਾ ਚੇਅਰ ਮੰਗਵਾਈ ਸਪੌਟ ਤੋਂ ਉਹਨਾਂ ਨੇ ਕਿਹਾ ਵੀ ਇੱਥੇ ਬੈਠੋ ਫਿਰ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਦਿਖ ਰਿਹਾ ਤੁਸੀਂ ਨਾ ਵਸੋ ਕੋਈ ਗੱਲ ਨਹੀਂ ਤੁਸੀਂ ਵੀ ਇਨਸਾਨ ਹੋ ਮੈਂ ਵੀ ਇਨਸਾਨ ਹੀ ਆ ਰਾਜਵਰ ਸਾਹਿਬ ਦੀ ਮੈਂ ਬਹੁਤ ਇੱਜ਼ਤ ਕਰਦਾ ਤੁਸੀਂ ਜਿੰਨਾ ਟਾਈਮ ਲੈਣਾ ਲੋ ਮੇਰੀ ਛੋਟੀ ਭੈਣ ਆ ਤੂੰ ਤੇ ਜਦੋਂ ਤੁਸੀਂ ਕੰਫਰਟੇਬਲ ਹੋਵੋਗੇ ਆਪਾਂ ਉਦੋਂ ਸ਼ਾਟ ਲੈਂਦੇ ਆਂ ਕੀ ਬਾਤ ਹੈ ਹੁਣ ਮੈਂ ਤਾਂ ਉੱਥੇ ਨੋਬਡੀ ਸੀਗੀ ਆਪਣੀਆਂ ਨਜ਼ਰਾਂ 'ਚ ਮੈਂ ਕੌਣ ਆ ਸਿੱਧੂ ਮੂਸੇਵਾਲੇ ਦੇ ਅੱਗੇ ਤੇ ਉਹਨਾਂ ਤੋਂ ਇਹ ਸੁੰਨਾ ਮੈਨੂੰ ਆਈ ਸੀ ਕਿ ਯਾਰ ਕੀ ਇਨਸਾਨ ਵਾਟ ਅ ਪਰਸਨ ਬਿਲਕੁਲੀ ਨਿਊ ਕਮਰ ਨੂੰ ਉਹ ਇਹ ਚੀਜ਼ ਕਹਿ ਰਹੀ ਆ ਵੀ ਜਦੋਂ ਤੂੰ ਕਹੇਂਗੀ ਆਪਾਂ ਉਦੋਂ ਸ਼ਾਟ ਦੇਵਾਂਗੇ ਜਦੋਂ ਤੂੰ ਕੰਫਰਟੇਬਲ ਹਾਂ ਅਗਲੇ ਨੂੰ ਇੱਕ ਕੰਫਰਟੇਬਲ ਫੀਲ ਕਰਣਾ ਵੀ ਟੈਨਸ਼ਨ ਨਾ ਲੈ ਸਭ ਕੁਝ ਠੀਕ ਆ ਬਿਲਕੁਲ ਕਿਉਂਕਿ ਉਸ ਸੈੱਟ ਤੇ ਵੀਰਾ ਸਟਾਰ ਸੀਗਾ ਮੈਨੂੰ ਕੌਣ ਪੁੱਛ ਰਿਹਾ ਸੀ ਉਸ ਸੈੱਟ ਤੇ ਹੂੰ ਉਹਨਾਂ ਦੇ ਮੁਕਾਬਲੇ ਹੂੰ ਬਟ ਉਹਨਾਂ ਤੋਂ ਇਹ ਸੁੰਨਾ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਐਨ ਆ ਵਾਸ ਲਾਈਕ ਵਾਟ ਅ ਪਰਸਨ ਫਿਰ ਉਹ ਤਾਂ ਇੱਕ ਇੱਕ ਵਾਰ ਇੱਕ ਛੱਟ ਕੇ ਜੀ ਸਾਰਾ ਸਟ੍ਰੈਸ ਗਿਆ ਉਹ ਹਾਂ ਫਿਰ ਉਹਨਾਂ ਨਾਲ ਉੱਥੋਂ ਹੀ ਉਸੇ ਮੂਮੈਂਟ ਤੋਂ ਐਸਾ ਰਿਸ਼ਤਾ ਬਣਿਆ ਕਿ ਉਹ ਖੂਬਸੂਰਤ ਰਿਸ਼ਤਾ ਬਹੁਤ ਮਤਲਬ ਉਹਨਾਂ ਦੇ ਆਖਰੀ ਟਾਈਮ ਤੱਕ ਉਦਾ ਹੀ ਰਿਹਾ ਅੰਕਲ ਆਂਟੀ ਦੇ ਵੀ ਬਹੁਤ ক্লোਜ਼ ਸੀਗੀ ਮੈਂ ਹੂੰ ਹੁਣ ਹੋਰ ਗੱਲਬਾਤ ਹੁੰਦੀ ਹੈ ਅੰਕਲ ਉਹੜਾ ਨਾਲ ਆਂਟੀ ਉਹੜਾ ਨਾਲ ਅਫ ਹਿੰਮਤ ਜੀ ਨਹੀਂ ਪੈਂਦੀ ਵੀਰੇ ਗੱਲ ਕਰਨ ਦੀ ਮੈਨੂੰ ਐ ਲੱਗਦਾ ਮੈਂ ਗੱਲ ਕਰੂੰਗੀ ਤਾਂ ਉਹਨਾਂ ਨੂੰ ਕੀ ਕਹੂੰਗੀ ਹਮ ਜਦੋਂ ਵੀਰਾ ਛੱਡ ਕੇ ਗਿਆ ਉਹਦੋਂ ਗਏ ਸੀਗੇ ਉਸ ਤੋਂ ਬਾਅਦ ਦੋ ਕੁ ਵਾਰੀ ਗਏ ਆ ਤੇ ਉਦੋਂ ਮੈਨੂੰ ਆਇ ਲੱਗਿਆ ਮਤਲਬ ਉਹਨਾਂ ਵੱਲ ਦੇਖ ਨਹੀਂ ਸੀ ਹੁੰਦਾ ਫਿਰ ਹੁਣ ਮੈਨੂੰ ਆਇ ਲੱਗਦਾ ਵੀ ਜੇ ਮੈਂ ਗੱਲ ਕਰੂੰਗੀ ਤਾਂ ਮੈਂ ਕੀ ਕਹੂੰਗੀ ਹਿੰਮਤ ਜੀ ਨਹੀਂ ਬੰਦੀ ਗੱਲ ਕਰਨੀ ਉਹਨਾਂ ਦਾ ਦੁੱਖ ਉਹਨਾਂ ਦਾ ਹੀ ਐ ਇਕਲੌਤਾ ਬੱਚਾ ਸੀਗਾ ਉਹਨਾਂ ਦਾ ਐਜ਼ ਐਨ ਆਰਟਿਸਟ ਜੇ ਆਪਾਂ ਦੇਖੀਏ ਤਾਂ ਉਹ ਅਲੱਗ ਚੀਜ਼ ਆ ਬਟ ਉਹਨਾਂ ਦਾ ਇੱਕ ਹੀ ਬੱਚਾ ਸੀ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਮੈਂ ਗੱਲ ਕਰੂੰਗੀ ਤਾਂ ਉਹਨਾਂ ਨੂੰ ਕੀ ਕਹੂੰਗੀ ਮੈਨੂੰ ਨਹੀਂ ਲੱਗਦਾ ਐਸੀ ਕੋਈ ਵੀ ਵਰਡਸ ਆ ਜੋ ਉਹਨਾਂ ਨੂੰ ਹੌਸਲਾ ਦੇ ਸਕਣ ਉਹ ਦੋਨੋਂ ਹੀ ਇੱਕ ਦੂਜੇ ਦਾ ਹੌਸਲਾ ਨੇ ਬਿਲਕੁਲ ਬਿਲਕੁਲ ਕੋਸ਼ਿਸ਼ ਕੀਤੀ ਮੈਂ ਇੱਕ ਦੋ ਵਾਰੀ ਪਰ ਫਿਰ ਉਹ ਮੈਂ ਖੁਦ ਹੀ ਰੋ ਪੈਂਦੀ ਸੀ ਹੁਣ ਆਂਟੀ ਇੰਨਾ ਮਤਲਬ ਇੰਨਾ ਹੀ ਉਹ ਪਤਾ ਨਹੀਂ ਉਹ ਤਿੰਨੇ ਰੋਆ ਹੀ ਪਤਾ ਨਹੀਂ ਵੀਰੇ ਕਿੱਦਾਂ ਦੀਆਂ ਸੀਗੀਆਂ ਦੋਨੋਂ ਹੀ ਅੰਕਲ ਆਂਟੀ ਵੀ ਤੇ ਵੀਰਾਂ ਵੀ ਜਦੋਂ ਅਸੀਂ ਵੀਰੇ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰੇ ਗਏ ਆ ਹਾਂ ਹਣ ਮਮਾ ਮੇਰੇ ਮਮਾ ਬਹੁਤ ਜਿਆਦਾ ਸੈਂਸਿਟਿਵ ਨੇ ਉਹ ਹੁਣ ਉੱਥੇ ਬਹਿ ਕੇ ਨਾ ਆਂਟੀ ਦੀ ਹਾਲਤ ਦੇਖ ਕੇ ਮਮਾ ਰੋਣ ਲੱਗ ਗਏ ਸੀਗੇ ਤੇ ਆਂਟੀ ਮਮਾ ਨੂੰ ਹੌਸਲਾ ਦੇ ਰਹੀ ਸੀਗੇ ਇਸ ਪੋਜੀਸ਼ਨ 'ਚ ਵੀ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਤਾਰ ਹੌਸਲਾ ਰੱਖ ਬੇਟਾ ਜਿਗਰਾ ਦੇਖੋ ਤੁਸੀਂ ਉਸ ਮਾ ਦਾ ਕਿੱਦਾਂ ਮਤਲਬ ਕਿੱਦਾਂ ਦੇ ਇਨਸਾਨ ਹੋ ਗਏ ਉਲਟਾ ਉਹ ਮਮਾ ਨੂੰ ਸੰਭਾਲ ਰਹੀ ਸੀ ਕਿ ਕੋਈ ਨਹੀਂ ਬੇਟਾ ਹੌਸਲਾ ਰੱਖੋ ਮੈਨੂੰ ਦੇਖ ਕੋਈ ਨਹੀਂ ਬਦ ਹੌਸਲਾ ਰੱਖ ਮੈਨੂੰ ਦੇਖ ਉੱਥੇ ਮੈਨੂੰ ਤਾਂ ਇਹ ਲੱਗਿਆ ਵੀ ਤਾਂ ਹੀ ਵੀਰ ਆਇਆ ਹੋ ਜਾ ਸੀ। ਹਮਮ। ਦੈਟਸ ਵਾਈ। ਉਹ ਮਾਤਾ ਜੀ ਆਪਣੇ ਕਾਫੀ ਵੀਡੀਓਜ਼ ਦੇ ਵਿੱਚ ਦੱਸਦੇ ਵੀ ਸੀ ਜ਼ਿਕਰ ਕੀਤਾ ਇੱਕ ਵਾਰ ਵੈਸੇ ਤਾਂ ਬਹੁਤ ਕੱਟ ਕੈਮਰੇ ਗਏ ਹੁੰਦੇ ਨੇ। ਹਮਮ। ਪਰ ਉਹਨਾਂ ਨੇ ਇੱਕ ਦੋ ਵਾਰ ਜ਼ਿਕਰ ਕੀਤਾ ਕਿ ਸਾਰੀਆਂ ਚੀਜ਼ਾਂ ਸਿੱਧੂ ਉਹਨਾਂ ਨੂੰ ਪਹਿਲਾਂ ਦੱਸ ਗਿਆ ਸੀ। ਵੀ ਇਹ ਹੋਣਗੀਆਂ ਤੇ ਉਹ ਕੁਝ ਨਾ ਕੁਝ ਸਮਝਾਉਣ ਲੱਗਿਆ ਸੀ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਸਿਚੁਏਸ਼ਨਸ ਤੋਂ ਨਿਕਲਣਾ ਮੈਨੂੰ ਲੱਗਦਾ ਜਦੋਂ ਵੈਸੇ ਨਿਊਜ਼ ਵੀਜ਼ ਚ ਸੁਣਿਆ ਮੈਨੂੰ ਆਈ ਡੋਟ ਨੋ ਇਫ ਇਟਸ ਟਰੂ অর ਨਾਟ ਬਟ ਜੇ ਵਾਕਈ ਥ੍ਰੈਟਸ ਵਗੈਰਾ ਆਉਂਦੇ ਰਹੇ ਆ ਵੀਰੇ ਨੂੰ आई थिंक ਉਹਨਾਂ ਨੂੰ ਇੰਟੂਇਸ਼ਨ ਹੋਊਗੀ ਹੋਗੀ ਵੀ ਮੈਂ ਪ੍ਰਿਪੇਅਰ ਕਰ ਜਾ ਪਹਿਲਾਂ ਇਹਨਾਂ ਨੂੰ ਹਮ ਇਫ ਇਟਸ ਟ्रू आई डोंट नो इफ ਇਟਸ ਟ्रू ਅੱਛਾ ਵੈਸੇ ਇੰਡਸਟਰੀ ਇੱਕ ਦੂਜੇ ਤੋਂ ਲੱਗਦੀ ਹੈ ਇਹ ਇਸ ਟੋਪਿਕ ਦੇ ਨਾਲ ਨਹੀਂ ਪਰ ਰਿਲੇਟ ਕਰਨਾ ਪਰ ਵੈਸੇ ਜੀ ਕਹਾ ਕਲਾਕਾਰ ਕਲਾਕਾਰ ਨਾਲ ਲੱਗਦਾ ਉਦ ਖਾਰ ਹੁੰਦੀ ਆ ਉਹਦੇ ਵਿੱਚ ਕਿਉਂਕਿ ਬਰਾੜ ਸਾਹਿਬ ਜਗਾਉਂਦੇ ਸੀਗੇ ਉਦੋਂ ਨਹੀਂ ਮੈਂ ਕਦੇ ਸੁਣਿਆ ਵੀ ਕਦੇ ਕੋਈ ਐਸਾ ਕੋਈ ਹੋਵੇ ਵਾਕਿਆ ਮੈਨੂੰ ਲੱਗਦਾ ਹਰ ਇੱਕ ਕਲਾਕਾਰ ਹਰ ਇੱਕ ਕਲਾਕਾਰ ਦੇ ਗਾਣੇ ਵੀ ਸੁਣਦਾ ਸੀ ਤੇ ਉਹਨਾਂ ਦੇ ਫੰਕਸ਼ਨਾਂ ਦੇ ਵੀ ਜਾਂਦਾ ਸੀ ਸਗੋਂ ਹਰ ਇੱਕ ਬੰਦਾ ਆਪ ਬੁਲਾਉਂਦਾ ਸੀ ਮੈਂ ਹੁਣ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਇੱਕ ਮੇਲ ਐਂਡ ਫੀਮੇਲ ਦਾ ਤਾਂ ਆਪਸ ਵਿੱਚ ਕੋਈ ਕੰਪੀਟੀਸ਼ਨ ਹੈ ਹੀ ਨਹੀਂ ਠੀਕ ਹੈ ਮੁੰਡਿਆਂ ਦਾ ਆਪਸ ਵਿੱਚ ਮੈਨੂੰ ਪਤਾ ਨਹੀਂ ਬਟ ਮੈਂ ਹਲੇ ਤੱਕ ਮੈਂ ਸਾਰਿਆਂ ਨਾਲ ਕੰਮ ਕੀਤਾ ਹੈ ਸਰਗੁਰਪਾਲ ਨਾਲ ਮੈਂ ਭੂਮਿਕਾ ਸ਼ਰਮਾ ਨਾਲ ਕੰਮ ਕੀਤਾ ਹੈ ਜੀ ਔਰ ਮੰਨਤ ਨੂਰ ਨਾਲ ਗਾਣਾ ਕਰ ਰਹੀ ਹਾਂ ਇਸ ਨਾਮ ਕਮਿੰਗ ਪ੍ਰੋਜੈਕਟ ਤੇ ਮੈਨੂੰ ਹਲੇ ਤੱਕ ਇਦਾਂ ਦਾ ਕੁਝ ਫੇਸ ਨਹੀਂ ਕਰਨਾ ਪਿਆ ਕਿਉਂਕਿ ਤੁਸੀਂ ਜੇ ਕੰਮ ਕਰ ਰਹੇ ਹੋ ਤਾਂ ਸਭ ਦੀ ਆਪਣੀ ਆਪਣੀ ਕਿਸਮਤ ਹੈ ਹੁਣ ਕਿਸੇ ਦੀ ਕਿਸਮਤ ਦਾ ਮੈਂ ਨਹੀਂ ਲੈ ਜਾਣਾ ਮੇਰੀ ਕਿਸਮਤ ਦਾ ਕਿਸੇ ਹੋਰ ਨੇ ਨਹੀਂ ਲੈ ਜਾਣਾ ਸਿੰਪਲ ਜੀ ਚੀਜ਼ ਹੈ ਅੰਡਰਸਟੈਂਡ ਕਰਨੀ ਹਮ ਸੋ ਖਾਰ ਦਾ ਕੋਈ ਫਾਇਦਾ ਨਹੀਂ ਹੈ ਮਿਲਨ ਦਾ ਹਮ ਸਗੋਂ ਉਲਟਾ ਤੁਸੀਂ ਜਿੰਨਾ ਇੱਕ ਦੂਜੇ ਨੂੰ ਸਪੋਰਟ ਕਰੋਗੇ ਪੰਜਾਬੀ ਇੰਡਸਟਰੀ ਉਹਨਾਂ ਹੀ ਉੱਪਰ ਜਾਏਗੀ ਗਰੋ ਕਰੂਗੀ ਬਿਲਕੁਲ ਇੱਕ ਛੋਟਾ ਪਰਿਵਾਰ ਹੈ ਹਾਂਜੀ ਪਰਿਵਾਰ ਦੇ ਵਿੱਚ ਨੌਕਚੋਕ ਹੁੰਦੀ ਹੈ ਬਿਲਕੁਲ ਪਰ ਉਹ ਆਪਾਂ ਖੁੱਲ੍ਹ ਕੇ ਜੇ ਸਾਰਿਆਂ ਸਾਹਮਣੇ ਦੱਸ ਦੀਏ ਉਹਦੇ ਵਿੱਚ ਆਪ ਆਪਣੀ ਢਿੱਡ ਲੰਗਾ ਕਰਦੇ ਹਾਂ ਡੈਫੀਨਿਟਲੀ ਹੈਨਾ ਆਪਾਂ ਨੂੰ ਇਹ ਪਰਿਵਾਰ ਨੂੰ ਵਧਾਉਣਾ ਚਾਹੀਦਾ ਨਾ ਕਿ ਘਟਾਉਣਾ ਚਾਹੀਦਾ ਮਾਣ ਘਟਾਉਣਾ ਚਾਹੀਦਾ ਅੱਛਾ ਫੇ ਬਰਾੜ ਸਾਹਿਬ ਦੀ ਗੱਲ ਮੇਰਾ ਸਵਾਲਾਂ ਦਾ ਸਵਾਲ ਆ ਗਿਆ ਬੱਚਾ ਜਦ ਛੋਟਾ ਹੁੰਦਾ ਹੈ ਸ਼ਰਾਰਤੀ ਹੁੰਦਾ ਹੈ ਉਹ ਸ਼ਰਾਰਤ ਜ਼ਰੂਰੀ ਨਹੀਂ ਕਿ ਬੱਚੇ ਦੇ ਵਿੱਚ ਵੀ ਹੋਵੇ ਉਹ ਸ਼ਰਾਰਤ ਇੱਕ ਪਿਓ ਦੇ ਵਿੱਚ ਵੀ ਹੁੰਦੀ ਹੈ ਇੱਕ ਮਾਂ ਦੇ ਵਿੱਚ ਵੀ ਹੁੰਦੀ ਯਾਨੀ ਕਈ ਵਾਰ ਕੇ ਬਜ਼ੁਰਗ ਵੀ ਕਈ ਵਾਰ ਛੋਟੀ ਮੋਟੀ ਆ ਜਦ ਆਪਣੇ ਬੱਚਿਆਂ ਦੇ ਨਾਲ ਹੁੰਦੇ ਨੇ ਆਪਣੇ ਪੋਤੇ ਪੋਤੀਆਂ ਦੇ ਨਾਲ ਹੁੰਦੇ ਨੇ ਦੋਦੇ ਦੋਤੀਆਂ ਨਾਲ ਹੁੰਦੇ ਨੇ ਉਹ ਵੀ ਸ਼ਰਾਰਤ ਕਰਦੇ ਨੇ ਬੱਚੇ ਬਣ ਜਾਂਦੇ ਨੇ ਬਿਲਕੁਲ ਕੋਈ ਬਰਾੜ ਸਾਹਿਬ ਦਾ ਐਸਾ ਕੈਸਾ ਜ਼ਰੂਰ ਸ਼ੇਅਰ ਕਰੋ ਵੀ ਅਸਲ ਬਰਾੜ ਸਾਹ ਦਾ ਨੇਚਰ ਕਿਵੇਂ ਦਾ ਸੀ ਕਿਉਂਕਿ ਆਪਾਂ ਆਫ ਦਿ ਰੈਕੋਰਡ ਗੱਲ ਕਰ ਰਹੇ ਸੀ ਵੀ ਜਿਵੇਂ ਆਪਾਂ ਹੱਥ ਹੁੱਥ ਯੂਜ਼ ਕਰਦੇ ਆ ਹਲਾਉਂਦੇ ਰਹਿੰਦੇ ਆ ਵੀ ਬਰਾੜ ਸਾਹ ਤਾਂ ਸਿੱਧਾ ਬੈਠ ਕੇ ਬਸ ਇੰਟਰਵਿਊ ਦੇ ਨਾਲੇ ਬੰਦੇ ਸੀ ਜਦੋਂ ਐਕਚੁਅਲੀ ਜਦੋਂ ਘਰੇ ਹਨਾ ਨਾਰਮਲੀ ਗੱਲ ਕਰਦੇ ਆ ਤਾਂ ਪਾਪਾ ਦੀ ਆਵਾਜ਼ ਨਾਰਮਲ ਵਾ ਸੀ ਜਦੋਂ ਵੀ ਪਾਪਾ ਦਾ ਫੋਨ ਵੱਜਦਾ ਸੀ ਉਦੋਂ ਪਾਪਾ ਦੀ ਆਵਾਜ਼ ਬਦਲ ਜਾਂਦੀ ਸੀ ਅੱਛਾ ਮੈਂ ਤੇ ਮੇਰਾ ਬ੍ਰਦਰ ਬੜਾ ਹਾਸ ਨਹੀਂ ਹੁੰਦੇ ਸੀ ਕਿ ਹਾਂ ਹੁਣੇ ਪਾਪਾ ਦੀ ਆਰਟਿਸਟ ਵਾ ਆ ਜਾਏ ਸੋ ਨਾਰਮਲੀ ਬੋਲ ਰਿਹਾ ਤਾ ਇਦਾਂ ਜਦੋਂ ਫੋਨ ਕੋਈ ਆਉਂਦਾ ਜਾਂ ਕਿਸੇ ਨੇ ਐਸ ਰਾਜ ਬਰਾੜ ਗੱਲ ਕਰਦੇ ਸੀ ਤਾਂ ਆਪਣੀ ਵੀ ਪਤਾ ਨਹੀਂ ਕਿਦਾਂ ਆਪਣੀ ਆਵਾਜ਼ ਨਾ ਬੇਸ ਭਰ ਲੈਂਦੇ ਸੀਗੇ ਅੱਛਾ ਤੇ ਉਹ ਬਣੀ ਹਾਂ ਬੜਾ ਉਸਮਾਰਟ ਆਵਾਜ਼ ਆਉਂਦੀ ਸੀਗੀ ਫਿਰ ਅੱਛਾ ਤੇ ਇਹ ਇੱਕ ਪਾਪਾ ਦਾ ਛੋਟਾ ਜਿਹਾ ਟ੍ਰਿਕ ਸੀਗਾ ਪਤਾ ਨਹੀਂ ਕਿਵੇਂ ਕਰਦੇ ਸੀ ਹਾਂ ਤੇ ਉਹ ਆਵਾਜ਼ ਫਿਰ ਓਦਾਂ ਬੜੀ ਇੰਪੈਕਟਫੁਲ ਲੱਗਦੀ ਸੀਗੀ ਤੁਸੀਂ ਟਰਾਈ ਕੀਤਾ ਹੈ ਨਹੀਂ ਨਹੀਂ ਕਰ ਰਹੇ ਸੀ ਕਿਉਂਕਿ ਮੈਂ ਦਰਸ਼ਕਾਂ ਨੂੰ ਦਾਦਾ ਜਦ ਮੈਂ ਫੋਨ ਕੀਤਾ ਬਿੰਦੂਆ ਮੈਨੂੰ ਚੱਕਿਆ ਮੈਨੂੰ ਲੱਗਿਆ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ ਤਾਂ ਮੈਂ ਸਸ਼ੀਕਾਲ ਪੈਣੇ ਕਿਹਾ ਕਹਿੰਦੇ ਮੈਂ ਸਸ਼ੀਕਾਲ ਮੈਂ ਉਹਨਾਂ ਦੇ ਮਦਰ ਗੱਲ ਫਿਰ ਮੈਨੂੰ ਲੱਗਿਆ ਵੀ ਅੱਛਾ ਕਈ ਇਹ ਹੋ ਜਾਂਦਾ ਕਈ ਵਾਰ ਨਾ ਕਈ ਕਲਾਕਾਰ ਸ਼ਾਇਦ ਰਿਲੇਟ ਕਰਨ ਮੈਂ ਕਲਾਕਾਰ ਦਾ ਨਾਮ ਨਹੀਂ ਲੈਣਾ ਪਰ ਹੋਇਆ ਕਲਾਕਾਰ ਉਹ ਖੁਦ ਸੀ ਖੁਦ ਗੱਲ ਕਰ ਰਿਹਾ ਹਾਂ ਹਾਂਜੀ ਭਾਜੀ ਹੁਣੇ ਹਜੇ ਬਿਜ਼ੀ ਨੇ ਪਰ ਮੈਂ ਉਹਨਾਂ ਦਾ ਬ੍ਰਦਰ ਗੱਲ ਕਰ ਰਿਹਾ ਤੇ ਤੁਸੀਂ ਮੈਂ ਥੋੜੀ ਦੇਰ ਦੱਸਣਾ ਇਹ ਹੁੰਦਾ ਹੈ ਇੰਡਸਟਰੀ ਚੱਲ ਰਹੀ ਹੈ ਮੈਂ ਵੀ ਕੀਤਾ ਹੁਣ ਜਿਹੜਾ ਬਿਜ਼ਨਸ ਜਿਹੜਾ ਬਿਜ਼ਨਸ ਵਾਲਾ ਨੰਬਰ ਹੈ ਨਾ ਤਾਂ ਹੁਣ ਕਰੇ ਉਹ ਬਿਜ਼ਨਸ ਵਾਲਾ ਨੰਬਰ ਤਾਂ ਹੀ ਆ ਵੀ ਕੋਈ ਵੀ ਚੱਕ ਲਵੇ ਕੰਮ ਦਾ ਹੀ ਫੋਨ ਆਊਗਾ ਠੀਕ ਹੈ ਤੇ ਉਹ ਹੁਣ ਕਈ ਵਾਰੀ ਮਾਈ ਬ੍ਰਦਰ ਇਜ਼ ਨਾਟ ਅਰਾਊਂਡ ਜਾਂ ਕਈ ਵਾਰੀ ਮੰਮਾ ਘਰੇ ਨਹੀਂ ਹੁੰਦੇ ਮੈਨੂੰ ਆਪ ਚੱਕਣਾ ਪੈਂਦਾ ਹੁਣ ਕਈ ਵਾਰੀ ਕਈ ਕਾਲਸ ਇਦਾਂ ਆਉਂਦੀਆਂ ਮੈਂ ਚੱਕ ਕੇ ਕਹਿ ਹੀ ਨਹੀਂ ਸਕਦੀ ਵੀ ਹਾਂ ਵੀ ਮੈਂ ਸविताਜ ਹੀ ਬੋਲ ਰਹੀ ਹਾਂ ਹੂੰ ਹੂੰ ਅਗਲੇ ਨੂੰ ਇਮਪ੍ਰੈਸ਼ਨ ਪੈ ਜਾਊਗਾ ਵੀ ਸਾਡੇ ਕੋਲ ਤਾਂ ਦਾ ਪਰਸਨਲ ਨੰਬਰ ਹੈ ਹਾਂ ਪਤਾ ਨਹੀਂ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਸੈਂਸਿਟਿਵ ਆ ਕੇ ਨਹੀਂ ਸੋ ਹਾਂ ਬੜੀ ਵਾਰੀ ਮੈਂ ਉਹਨਾਂ ਦੀ ਅਸਿਸਟੈਂਟ ਬੋਲ ਰਹੀ ਹਾਂ ਮਨੋ ਦੀ ਮਾਰਕੀਟਿੰਗ ਟੀਮ ਚੋਂ ਬੋਲ ਰਹੀ ਆ ਕਹਿ ਕੇ ਬਹੁਤ ਵਾਰੀ ਗੱਲ ਕੀਤੀ ਹੈ ਅੱਛਾ ਹੁੰਦਾ ਰਿਹਾ ਹੁਣ ਆਈ ਡੋਨਟ نو ਕਿ ਦਿਨ ਮੇਰੀ ਗੱਲ ਹੋਈ ਹੈ ਕਿ ਦਿਨ ਨਹੀਂ ਅੱਛਾ ਮੈਂ ਪਤਾ ਨਹੀਂ ਤੁਹਾਡੀ ਇੰਟਰਵਿਊ ਵੇਖ ਰਿਹਾ ਸੀਗਾ ਤੁਸੀਂ ਕਈ ਵਾਰ ਗਲਤ ਨੰਬਰ ਵੀ ਪੜਾਉਂਦੇ ਦੱਸਦੇ ਰਹੇ ਹੋ ਮੈਂ ਸੁਣਿਆ ਕੋਈ ਹੋਰ ਹੀ ਕਾਸੀ ਨੰਬਰ ਲੱਭਦਾ। ਬਹੁਤ ਸਾਰੇ ਕਾਲਜ ਟਾਈਮ 'ਚ ਜਦੋਂ ਕੋਈ ਕਹਿੰਦਾ ਸੀ ਕਿ ਆਈ ਲਾਈਕ ਯੂ ਜਾਂ ਆਈ ਹੈਵ ਫੀਲਿੰਗਸ ਫॉर ਯੂ ਤਕਰੀਬਨ ਹੀ ਅੱਛਾ ਅਪਰੋਚ ਸੀ ਤੇ ਫਿਰ ਮਰ ਕੀ ਤੁਸੀਂ ਗੱਲ ਨੰਬਰ ਹੀ ਦੇ ਦਿੰਦੇ। ਹਾਂ ਬਹੁਤ ਵਧੀਆ। ਕਈ ਵਾਰੀ ਤਾਂ ਮੈਂ ਆਪਣੇ ਟੀਚਰਸ ਦਾ ਨੰਬਰ ਲੈ ਕੇ ਅੱਛਾ ਜੇ ਮੈਂ ਕਿਸੇ ਟੀਚਰ ਨੂੰ ਫੋਨ ਕਰਕੇ ਅਗਲਾਪੇ ਕਹਿ ਦਊਗਾ। ਹਮ ਮੈਂ ਹੋ ਜਾ ਕੁਝ ਬਹੁਤ ਕੀਤਾ ਲੱਗਦਾ ਨਹੀਂ ਕਿ ਕੀਤਾ ਹੋਊਗਾ। ਅੱਛਾ ਕੋਈ ਐਸੀ ਯਾਦ ਤਾਂ ਪੈਣੇ ਵੀ ਜਿਹੜੀ ਤੁਸੀਂ ਆਪਣੇ ਵਿੱਚੋਂ ਸੁਧਾਰਨੀ ਚਾਹੁੰਦੇ ਹੋ। ਵੀ ਮੈਂ ਚਾਹੁੰਦੀ ਆ ਮੈਨੂੰ ਬਾਕੀ ਸਾਰੀ ਚੀਜ਼ਾਂ ਆਈ ਲਵ ਮਾਈ ਸੈਲਫ ਮੈਨੂੰ ਮੈਂ ਬਹੁਤ ਪਸੰਦ ਆ ਮੇਰੀ ਕੱਤ ਬਹੁਤ ਪੜੀ ਸੀ ਮੈਂ ਉਹ ਕੱਢ ਤੀ ਥੋੜੀ ਕੱਤ ਜਿਵੇਂ ਕਹਾ ਸविता ਜੀ ਤਾਂ ਕਿਹੜੀ ਹੋਊਗੀ ਵੀ ਮੈਂ ਚਾਹੁੰਦੀ ਆ ਜਿਹੜਾ ਵੀ ਮੈਂ ਨਹੀਂ ਰੱਖਣੀ ਨਹੀਂ ਚਾਹੁੰਦੀ ਇਹ ਵਧੀਆ ਨਹੀਂ ਚੀਜ਼ ਹੁਣ ਇਹ ਕਹਿੰਦੀ ਵੀ ਮੈਂ ਚੰਗੀ ਨਹੀਂ ਲੱਗਦੀ ਕਿ ਨਹੀਂ ਨਹੀਂ ਆਮ ਪਰਫੈਕਟ ਆ ਮੈਨੂੰ ਜੇ ਕੋਈ ਹਾਂ ਇੱਕ ਅਦਾਸ ਹੈ ਮੈਨੂੰ ਜੇ ਕੋਈ ਇਨਫੀਰੀਅਰ ਫੀਲ ਕਰਾਉਣਾ ਚਾਵੇ ਨਾ ਤਾਂ ਉਹ ਬਹੁਤ इजीली ਕਰਾ ਸਕਦਾ ਹੈ ਇਨਫੀਰੀਅਰ ਮਤਲਬ ਪੰਜਾਬੀ ਚ ਦੱਸੋ ਇਨਫੀਰੀਅਰ ਸੌਰੀ ਇਨਫੀਰੀਅਰ ਮਤਲਬ ਮੈਨੂੰ ਕੋਈ ਛੋਟਾ ਮਹਿਸੂਸ ਕਰਾਉਣਾ ਚਾਵੇ ਨਾ ਅੱਛਾ ਤੇ ਮੈਂ ਬੜੀ ਸੈਂਸਿਟਿਵ ਐ ਇਸ ਮਾਮਲੇ ਚ ਤਾਂ ਬਹੁਤ इजीली ਕਰਾ ਸਕਦਾ ਹੈ ਔਰ ਇਹ ਬਹੁਤ ਬੁਰੀ ਗੱਲ ਆ ਅੱਛਾ ਵੈਸੇ ਮੈਂ ਬਹੁਤ ਸਟਰੋਂਗ ਆ ਮਤਲਬ ਜਿੱਥੇ ਆਪਣਾ ਪੁਆਇੰਟ ਰੱਖਣਾ ਹੋਵੇ ਰੱਖ ਸਕਦੀ ਆ ਹੂੰ ਪਰ ਜੇ ਕੋਈ ਇਹ ਸੋਚ ਕੇ ਆਵੇ ਕਿ ਨਹੀਂ ਹੁੰਦਾ ਮੈਨੂੰ ਵੀ ਹੂੰ ਹੂੰ ਥੱਲੇ ਲਾਉਣਾ ਇਹਨੂੰ ਛੋਟਾ ਦਿਖਾਉਣਾ ਇਹਦੀਆਂ ਆਪਦੀਆਂ ਨਜ਼ਰਾਂ ਚ ਤਾਂ ਆਈ ਥਿੰਕ ਉਹ ਬਹੁਤ इजीली ਦਿਖਾ ਸਕਦਾ ਹੈ ਮੈਂ ਇਟਸ ਨਾਟ देयर ਫਾਲਟ ਇਟਸ ਬਿਕੋਜ਼ ਆਈ ਅਲਾਉ ਇਟ ਮੈਂ ਅਲਾਉ ਕਰਦੀ ਹਾਂ ਸੋ ਇਹ ਮੇਰੀ ਗਲਤੀ ਆ ਅਗਲੇ ਦੀ ਗਲਤੀ ਨਹੀਂ ਹੂੰ ਦਿਸ ਇਜ਼ ਜੋ ਇੱਕ ਚੀਜ਼ ਮੈਂ ਚੇਂਜ ਕਰਨਾ ਚਾਹੁੰਦੀ ਆ ਆਪਣੀ ਬਾਕੀ ਸਾਰੀ ਚੀਜ਼ਾਂ ਵਧੀਆ ਬਾਕੀ ਮੈਨੂੰ ਹਾਂ ਮੈਨੂੰ ਲੱਗਦਾ ਕਿ ਮੈਂ ਸਹੀ ਜਾ ਰਹੀ ਹਾਂ ਸਲੋ ਜਾ ਰਹੀ ਆ ਪਰ ਸਹੀ ਜਾ ਰਹੀ ਹੈ ਤੁਹਾਡੇ ਮਦਰ ਨੂੰ ਕਿਹੜੀ ਚੀਜ਼ ਨਹੀਂ ਪਸੰਦ ਮੇਰੇ ਚ ਹਾਂ ਉਹ ਕਹਿੰਦੇ ਰੋਟੀ ਆਪ ਬਣਾਈ ਤਾਂ ਹਰ ਇੱਕ ਨੂੰ ਸਵਾਦ ਲੱਗਦੀ ਆ ਤਾਂ ਦੂਸਰੇ ਨੂੰ ਪੁੱਛਣਾ ਵੀ ਕੀ ਬਣਾਇਆ ਮੰਮਾ ਨੂੰ ਮੇਰੇ ਚ ਮੈਨੂੰ ਜਿੱਥੋਂ ਤੱਕ ਲਾਦਾ ਇੱਕ ਮਿਲਾਦੀ ਹੋ ਕਿ ਕਿ ਮੈਂ ਆਪਣੀ ਅਪੀਅਰੈਂਸ ਚ ਕਮੀਆਂ ਬਹੁਤ ਕੱਢਦੀ ਆ ਨਗੋਚੀਆਂ ਕੱਢਦੇ ਆ ਆਪਣੇ ਆਪ ਚ ਹਾਂ ਮੇ ਜਿੱਦਾਂ ਦੀ ਮੈਂ ਜਿੱਦਾਂ ਦੀ ਮੈਂ ਦਿਖਦੀ ਆ ਆਪਣੀ ਅਪੀਅਰੈਂਸ ਚ ਕਮੀਆਂ ਬਹੁਤ ਕੱਢਦੀ ਆ ਫਿਰ ਮੈਨੂੰ ਮੰਮਾ ਕਹਿੰਦੇ ਹੁੰਦੇ ਆ ਤੂੰ ਦੇਖ ਰਹੀ ਆ ਨਾ ਸ਼ੀਸ਼ਾ ਤੂੰ ਹੀ ਦੇਖ ਰਹੀ ਆ ਕਿਸੇ ਨੇ ਨਹੀਂ ਦੇਖਣਾ ਇਹ ਤਾਂ ਸੋ ਕਈ ਵਾਰੀ ਜਦੋਂ ਕੋਈ ਫੋਟੋ ਵੀ ਆ ਮੈਨੂੰ ਨਹੀਂ ਪਸੰਦ ਆਉਂਦੀ ਹਾਂ ਇਹ ਕਿੰਨੀ ਸੋਹਣੀ ਦਾ ਫੋਟੋ ਹੈ ਮम्मा ਕਹਣਗੇ ਬਟ ਗੁੱਡ ਸਾਈਡ ਬੈਡ ਸਾਈਡਸ ਆਪਦੀ ਹੁੰਦੀ ਆ ਮੈਨੂੰ ਮੈਂ ਆਪਣੇ ਆਪ 'ਚ ਕਮੀਆਂ ਬਹੁਤ ਕਾਣਦੀ ਆ ਤੁਸੀਂ ਉਹ ਇੱਕ ਉਸ ਪਲੇਟਫਾਰਮ ਦੇ ਵਿੱਚ ਵੀ ਗਏ ਹੋ ਤੁਸੀਂ ਫਾਈਨਲਿਸਟ ਰਹੇ ਹੋ ਜੀ ਤੁਸੀਂ ਉਹ ਚੀਜ਼ਾਂ ਵੀ ਵੇਖਿਆ ਨੇ ਕਿਉਂਕਿ ਅੱਜ ਕੱਲ ਇੰਡਸਟਰੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਨੇ ਕਈ ਲੋਕ ਤਾਂ ਇਹ ਮੰਨਦੇ ਨੇ ਭੈਣੇ ਕਿ ਵੀ ਗਾਣਿਆਂ ਦੇ ਵਿੱਚ ਜੇ ਆਪਾਂ ਕੁੜੀਆਂ ਨੂੰ ਲੈ ਕੇ ਆਵਾਂਗੇ ਤਾਂ ਗਾਣਾ ਹਿੱਟ ਹੋ ਜਾਊਗਾ ਕੁੜੀਆਂ ਨੂੰ ਆਪਾਂ ਛੋਟੇ ਕੱਪੜੇ ਪਵਾ ਦਨੇ ਆ ਗਾਣਾ ਹਿੱਟ ਹੋ ਜਾਊਗਾ ਵੀ ਕਿਉਂਕਿ ਨਾ ਚਾਹੁੰਦੇ ਹੋਏ ਵੀ ਉਹਨਾਂ ਦਾ ਮੰਨਣਾ ਇਹ ਹੁੰਦਾ ਇਹ ਇੰਡਸਟਰੀ ਦਾ ਲੋਕਾਂ ਦਾ ਮੰਨਣਾ ਇਹ ਹੁੰਦਾ ਵੀ ਜਿੰਨੀ ਕੁੜੀਆਂ ਸਾਹਮਣੇ ਆਉਣਗੀਆਂ ਕਿ ਜਿੰਨੀਆਂ ਗੱਟੀਆਂ ਆ ਜਾਂ ਕਿੰਨੀਆਂ ਜਾਂ ਕੁੜੀਆਂ ਨੂੰ ਆਪਾਂ ਜ਼ਿਆਦਾ ਸ਼ੋਅ ਕਰਾਂਗੇ ਤਾਂ ਗਾਣਾ ਹਿੱਟ ਹੋ ਜਾਊਗਾ ਹੂੰ ਕਈ ਵਾਰ ਇਸ ਚੀਜ਼ ਨੂੰ ਲੈ ਕੇ ਕਈ ਕੁੜੀਆਂ ਦੇ ਨਾਲ ਮਾਡਲਸ ਦੇ ਨਾਲ ਵੀ ਇਹ ਚੀਜ਼ ਹੁੰਦਾ ਹੈ ਵੀ ਤੁਸੀਂ ਆਹ ਕੱਪੜੇ ਪਾਉਣੇ ਨੇ ਮਾਡਲ ਐਗਰੀ ਨਹੀਂ ਕਰਦੀ ਤਾਂ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਆਪਾਂ ਦੂਸਰੇ ਨੂੰ ਆਫਰ ਕਰ ਦਿੰਦੇ ਹਾਂ ਇਹ ਹੁੰਦਾ ਹੁਣ ਜਿਹੜੀ ਤੁਸੀਂ ਲਾਸਟ ਲਾਈਨ ਕਹੀ ਆ ਵੀ ਮਾਡਲ ਐਗਰੀ ਨਹੀਂ ਕਰਦੀ ਮੇਰਾ ਮਿਸ ਇੰਡੀਆ ਇੱਕ ਫਾਈਨਲਿਸਟ ਤੱਕ ਸੀਮਿਤ ਰਹਿ ਜਾਣਾ ਇਹ ਬਹੁਤ ਵੱਡੀ ਰੀਜ਼ਨ ਸੀ ਇਸੇ ਚੀਜ਼ ਦਾ ਡਰਸ ਕਰਕੇ ਡਰਸ ਕਰਕੇ ਬਹੁਤ ਵੱਡੀ ਮੈਨੂੰ ਲੱਗਦਾ ਰੀਜ਼ਨ ਸੀਗੀ ਮੈਨੂੰ ਲੱਗਦਾ ਮੈਨੂੰ ਕਿਸੇ ਨੇ ਉੱਥੋਂ ਅਫੀਸ਼ ਕਿਸੇ ਅਫੀਸ਼ਲ ਨੇ ਕੁਝ ਨਹੀਂ ਕਿਹਾ ਹਮ ਮੈਂ ਤੇ ਮਮ ਨੇ ਗੱਲਾਂ ਕਰਦੇ ਕਰਦੇ ਸਿੱਟਾ ਕੱਢਿਆ ਸੀਗਾ ਕਿ ਮੇਬੀ ਹੁਣ ਹਰ ਕੰਟੈਸਟੈਂਟ ਦਾ ਨਾ ਇੱਕ ਅਫੀਸ਼ਲ ਫੋਟੋ ਸ਼ੂਟ ਹੁੰਦਾ ਉਹਦੋਂ ਤੇ ਮੈਨੂੰ ਜਿਹੜਾ ਫਰਸਟ ਆਊਟਫਿਟ ਦਿੱਤਾ ਸੀ ਬਹੁਤ ਸ਼ਾਰਟ ਸੀਗਾ ਹਮ ਤੇ ਮੈਂ ਕਿਤੇ ਕਹਿਤਾ ਕਿ ਮੈਮ ਵੀ ਨਹੀਂ ਵੀ ਕਲਚਰ ਦੇ ਖਿਲਾਫ ਵੀ ਆ ਤੇ ਮੈਂ ਕਿਹਾ ਮੈਮ ਮੈਂ ਕੰਫਰਟੇਬਲ ਨਹੀਂ ਹੋਊਂਗੀ ਹਮ ਤੇ ਮੈਂ ਨਹੀਂ ਪਾ ਸਕਦੀ ਤੁਸੀਂ ਕੋਈ ਹੋਰ ਡਰੈਸ ਦੇ ਦਿਓ ਮੈਨੂੰ ਹਮ ਸੋ ਉਹ ਵੀ ਮੈਨੂੰ ਲੱਗਦਾ ਹੈ ਕਿ ਜੇ ਜੋ ਤੁਸੀਂ ਪਵਾਉਣਾ ਚਾਹੁੰਦੇ ਹੋ ਕਿਉਂਕਿ ਹੁਣ ਜੇ ਆਪਾਂ ਹਾਇਰ ਪੈਜੈਂਟਸ ਤੇ ਜਾਵਾਂਗੇ ਮਿਸ ਵਰਲਡ ਐਂਡ ਮਿਸ ਯੂਨੀਵਰਸ ਦੇ ਵਿੱਚ সুইਮਸੂਟ ਕੰਪੀਟੀਸ਼ਨ সুইਮਸੂਟ 라ਉਂਡ ਇੱਕ ਅਲੱਗ ਹੁੰਦਾ ਹ ਹ ਤੇ ਉਹ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਵੀ ਫਿਰ ਤਾਂ ਇਹ সুইਮਸੂਟ 라ਉਂਡ ਵੀ ਕੰਫਰਟੇਬਲ ਨਹੀਂ ਹੋਊਗੀ ਫਿਰ ਤਾਂ ਫਾਇਦਾ ਹੀ ਨਹੀਂ ਨੂੰ ਅੱਗੇ ਲੈ ਕੇ ਜਾਂਦਾ ਸੋ ਮੈਂ ਤੇ ਮॉम ਵੀ ਗੱਲ ਕਰਦੇ ਕਰਦੇ ਕੱਢਿਆ ਸੀਗਾ ਕਿ ਮੇਬੀ ਸ਼ਾਇਦ ਇੱਕ ਇਹ ਵੀ ਰੀਜ਼ਨ ਰਿਆ ਹੋਵੇ ਬਟ ਠੀਕ ਹੈ ਆਈ ਕੇਪਟ ਮਾਈ ਪ੍ਰਾਈਡ ਉਹਨਾਂ ਦੇ ਕਾਸਟੂਮਸ ਉਹਨਾਂ ਨੂੰ ਮੁਬਾਰਕ। ਕੀ ਹੈ? ਬਹੁਤ ਚੰਗੀ ਗੱਲ ਹੈ। ਹਾਂ। ਅ ਇਦਾਂ ਨਹੀਂ ਆ ਮੈਂ ਡ्रेसेस ਪਾ ਲੈਣੀਆਂ। ਮੈਂ ਵੈਸਟਰਨ ਕਪੜੇ ਪਾਉਣੀ ਆ ਬਿਲਕੁਲ ਪਰ ਜੇ ਕੁਝ ਜ਼ਿਆਦਾ ਹੀ ਹੁਣ ਓਵਰ ਹੀ ਹੋ ਜਾਊਗਾ ਤਾਂ ਉਹ ਮੈਂ ਨਹੀਂ ਪਾਸਾਦੀ। ਹਮ ਮੈਂ ਸ਼orts ਬਿਲਕੁਲ ਨਹੀਂ ਪਾਸਾਦੀ। ਹਮ ਮੈਂ ਡ्रेसेस ਪਾ ਲੈਣੀਆਂ ਨੀਜ਼ ਤੱਕ। ਹਮ ਮੈਂ ਬਹੁਤ ਜ਼ਿਆਦਾ ਸਲੀਵਲੈਸ ਜਾਂ ਡੀਪ ਨੈਕਸ ਨਹੀਂ ਪਾ ਸਕਦੀ। ਮੈਂ ਨਹੀਂ ਕੰਫਰਟੇਬਲ। ਹਾਲਾਂਕਿ ਮੈਂ ਸ਼ੁਰੂ ਵਿੱਚ ਮੋਹਾਲੀ ਚੰਡੀਗੜ੍ਹ ਵਗਗੇ ਸ਼ਹਿਰ 'ਚ ਹੀ ਰਹੀ ਹਾਂ। ਇਟ'ਸ ਅ ਵੈਰੀ ਡਿਵੈਲਪਡ ਸਿਟੀ। ਪਰ ਮੈਂ ਨਹੀਂ ਪਾ ਸਕਦੀ ਆਪਣੀ ਆਪਣੀ ਚੋਇਸ ਹਾਂ ਮੈਂ ਨਹੀਂ ਪਾਸ ਮੇਰੇ ਤੋਂ ਨਹੀਂ ਪੈਂਦੇ ਤੁਸੀਂ ਸਭ ਤੋਂ ਵੱਧ ਕੰਫਰਟੇਬਲ ਕਿਹੜੀ ਸੂਟਾਂ 'ਚ ਆਈ ਲਵ ਸੂਟ ਅੱਛਾ ਬਹੁਤ ਸੂਟ ਪਾਉਣੀਆਂ ਮੈਂ ਮੇਰੇ ਦੋ ਹੀ ਹੁਣ ਤਾਂ ਮੈਂ ਚਲੋ ਇੰਟਰਵਿਊ ਦੇਣਾ ਆਉਣਾ ਸੀ ਮੈਂ ਇਸ ਲਈ ਥੋੜਾ ਜਿਹਾ ਟੀ-ਸ਼ਰਟ ਜੀਨਸ ਪਾਇਆ ਹੀ ਬਟ ਮੇਰੇ ਦੋ ਹੀ ਰੂਪ ਨੇ ਜਾਂ ਤਾਂ ਵਧੀਆ ਡਰੈਸਡ ਅਪ ਇਨ ਅ ਸੂਟ ਜਾਂ ਫਿਰ ਪਜਾਮਾ ਟੀ-ਸ਼ਰਟ ਅੱਛਾ ਜਦ ਵੀ ਕਿਤੇ ਸਵਿਤਾਜ ਨੂੰ ਮਿਲ ਗਏ ਤਾਂ ਇਹ ਇਹ ਰੂਪਾਂ 'ਚ ਮਿਲਦਾ ਹੈ ਇਹ ਰੂਪਾਂ 'ਚ ਮਿਲਦਾ ਹੈ ਕਦੇ ਕਿਸੇ ਸੂਟ ਨੂੰ ਲੈ ਕੇ ਲੜੇ ਹੋ ਘਰੇ ਲੜੇ ਇਨ ਦਾ ਸੈਂਸ ਕੀ ਮਤਲਬ ਵੀ ਜਿਵੇਂ ਮੰਨ ਲਓ ਕੋਈ ਫੰਕਸ਼ਨ ਆ ਉਹ ਸੂਟ ਤਿਆਰ ਨਹੀਂ ਮੈਂ ਤਾਂ ਮੰਮੀ ਆਹੀ ਪਾਉਣਾ ਸੀ ਇਹ ਤਿਆਰ ਨਹੀਂ ਹੈਗਾ ਉਹ ਕਿਰਾਇਆ ਟੇਲਰ ਤੋਂ ਅੜ ਕੇ ਕਿਰਾਇਆ ਆਰ ਵਾਰੀ ਕਿਰਾਇਆ ਸੂਟ ਤਾਂ ਤੁਸੀਂ ਹੁਣ ਪਤਾ ਨਹੀਂ ਮੈਂ ਹੀ ਆ ਵੈਸੇ ਮੈਨੂੰ ਲੱਗਦਾ ਸਾਰੀਆਂ ਕੁੜੀਆਂ ਨੂੰ ਇਦਾਂ ਹੀ ਆ ਕਿ ਸੂਟ ਜਿੰਨੇ ਹੋਣਗੇ ਉਹਨਾਂ ਕੱਟ ਹੋ ਨਹੀਂ ਕੱਟਉ ਨੇ ਜਿੰਨੇ ਹੋਣਗੇ ਉਹ ਨਹੀਂ ਕੱਟਉ ਇਹ ਅਸਲ ਚ ਹੁੰਦਾ ਹੈ ਮੈਸ ਟ੍ਰੂ ਮੁੰਡਿਆਂ ਦੀ ਅਲਮਾਰੀ ਵੇਖ ਲਓ ਉਹੀ ਇੱਕ ਟੀ-ਸ਼ਰਟ ਸ਼ਰਟ ਇੱਕ ਦੋ ਪੈਂਟਾਂ ਤੇ ਦੋ ਮੇਰੇ ਖਿਆਲ ਨਾਲ ਕਿਤੇ ਮਸਾਂ ਕਿਸੇ ਬੰਦੇ ਕੋ ਗਰੀਬ ਕੋਲੇ ਬੂਟ ਹੋਣਗੇ ਕੁੜੀਆਂ ਦੀ ਅਲਮਾਰੀ ਦੋ ਭਰੀਆਂ ਹੋਣਗੀਆਂ ਤੇ ਤਾਂ ਵੀ ਉਹ ਰੋਣਗੇ ਕਿ ਵਿਆਹ ਦੇ ਵਾਸਤੇ ਮੇਰੇ ਕੋਲ ਪੜੇ ਨਹੀਂ ਇਹ ਹੁੰਦਾ ਹੈ ਨਾ ਇਟਸ ਟ੍ਰੂ ਹਾਂ ਮੈਂ ਵੈਸੇ ਰੀਲਸ ਦੇ ਵਿੱਚ ਇੱਕ ਛੋਟੀ ਜੀ ਬੇਟੀ ਨੂੰ ਛੋਟੀ ਜੀ ਬੱਚੀ ਨੂੰ ਦੇਖਿਆ ਹੈ ਗੱਲ ਕਰਦੇ ਹੋਏ ਕਿ ਵੀ ਆਈ ਡੋਨਟ ਹੈਵ ਐਨੀਥਿੰਗ ਟੂ ਵੇਅਰ ਤੇ ਫਿਰ ਉਹਦਾ ਫਾਦਰ ਵੀਡੀਓ ਬਣਾ ਰਿਹਾ ਹੁੰਦਾ ਕਿ ਅੱਛਾ ਵੀ ਤੁਹਾਨੂੰ ਨਿੱਕੀਆਂ ਨਿੱਕੀਆਂ ਨੂੰ ਹੀ ਮੰਮੀਆਂ ਸਿਖਾਉਣ ਲੱਗ ਜਾਂਦੀਆਂ ਵੀ ਇਦਾਂ ਕਹਿਣਾ ਸੋ ਆਈ ਥਿੰਕ ਕਿ ਹਰ ਕੁੜੀ ਦੀ ਸਟੋਰੀ ਹੈ ਕੀ ਬਾਤ ਹੈ ਕੀ ਬਾਤ ਅੱਛਾ ਪਾਣੀ ਬਿਲਕੁਲ ਆਖਰੀ ਸਵਾਲ ਹੋਊਗਾ ਜੀ ਬਰਾੜ ਸਾਹਿਬ ਦਾ ਉਹ ਚਿਹਰਾ ਮੈਂ ਜਾਣਨਾ ਚਾਹੁੰਨਾ ਵੀ ਘਰ ਦੇ ਵਿੱਚ ਉਹ ਕਿਸ ਤਰੀਕੇ ਦਾ ਕਿਰਦਾਰ ਸੀ ਕਿਉਂਕਿ ਲੋਕਾਂ ਵਾਸਤੇ ਉਹ ਰਾਜ ਬਰਾੜ ਸੀ ਪਰ ਘਰ ਦੇ ਵਿੱਚ ਇੱਕ ਤੁਹਾਡਾ ਪਿਓ ਸੀ ਬਿਲਕੁਲ ਇੱਕ ਵਾਈਫ ਦਾ ਹਸਬੰਡ ਸੀ ਹਨ ਵਿਊ ਘਰ ਦੇ ਵਿੱਚ ਕਿਵੇਂ ਸੀ ਉਹਨਾਂ ਦੇ ਵਿੱਚ ਬਚਪਨਾ ਸੀ ਜਾਂ ਉਹ ਸ਼ਰਾਰਤੀ ਸੀਗੇ ਜਾਂ ਥੋੜੇ ਜੇ ਸਟ੍ਰਿਕਟ ਸੀਗੇ ਜਿਵੇਂ ਆਰਮੀ ਵਾਲੇ ਹੁੰਦੇ ਆ ਵੀ ਅਸੂਲਾਂ ਦੇ ਪੱਖੇ ਵੀ ਉਹ ਕਿਵੇਂ ਦਾ ਕਿਰਦਾਰ ਕਿਵੇਂ ਦਾ ਸੀ ਸਭ ਸਭ ਕੁਝ ਦਾ ਮਿਕਸ ਸੀਗੇ ਕਿਉਂਕਿ ਸ਼ੁਰੂ ਤੋਂ ਹੀ ਮੋਹਾਲੀ 'ਚ ਰਹੇ ਆ ਤੇ ਪਾਪਾ ਨੂੰ ਇਦਾਂ ਸੀਗਾ ਕਿ ਸ਼ਹਿਰ ਦੇ ਵਿੱਚ ਰਹਿਣ ਦੇ ਬਾਵਜੂਦ ਮੇਰੇ ਬੱਚਿਆਂ ਦੀ ਪੰਜਾਬੀ 'ਚ ਫਰਕ ਨਹੀਂ ਪੈਣਾ ਚਾਹੀਦਾ ਵੀ ਇਹਨਾਂ ਨੂੰ ਜੇ ਪੰਜਾਬੀ ਬੋਲਣ ਜਦੋਂ ਵੀ ਬੋਲਣ ਤਾਂ ਟਿਪੀਕਲ ਸਹੀ ਪੰਜਾਬੀ ਬੋਲਣ। ਕੀ ਬਾਤ ਹੈ। ਸੋ ਉਸ ਚੀਜ਼ ਦਾ ਧਿਆਨ ਪਾਪਾ ਨੇ ਬਹੁਤ ਰੱਖਿਆ ਜਿੱਥੇ ਸ਼ਰਾਰਤਾਂ ਕਰਨੀਆਂ ਉੱਥੇ ਆਉਂਦੇ ਜਾਂਦੇ ਸਿਰ ਤੇ ਟੱਪਲੀ ਵੀ ਮਾਰ ਦਿੰਦੇ ਸੀਗੇ ਸ਼ਰਾਰਤਾਂ ਵੀ ਬਹੁਤ ਕੀਤੀਆਂ ਨੇ। ਜਦੋਂ ਕੁਝ ਨਵਾਂ ਲਿਖਦੇ ਸੀ ਜਾਂ ਰਿਆਸ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਆਈ ਹੈਵ ਐਨ ਐਪਟੀਟਿਊਡ ਫॉर 뮤직 ਤੇ ਮੈਨੂੰ ਕੋਲ ਬਿਠਾ ਲੈਂਦੇ ਸੀਗੇ ਕਿ ਜੇ ਆਹ ਆਲਾਪ ਲਾਇਆ ਤਾਂ ਮੈਨੂੰ ਇਦਾਂ ਸੇਮ ਆਲਾਪ ਲਾ ਕੇ ਦਿਖਾ ਪਲਾ ਲਾ ਸਕਦੀ ਹਾਂ। ਉਹਨਾਂ ਨੇ ਬਹੁਤ ਮੇਰੇ ਗਲੇ ਨੂੰ ਪਾਲਿਸ਼ ਕੀਤਾ। ਐਂਡ ਐਜ਼ ਅ ਹਸਬੰਡ ਹੁਣ ਕਿਵੇਂ ਸੀਗੇ ਉਹ ਮੰਮਾ ਦੱਸ ਸਕਦੇ ਆ ਜਦੋਂ ਮੰਮਾ ਦੇ ਇੰਟਰਵਿਊ ਲਾਉਂਗੇ ਜ਼ਰੂਰ ਪੁੱਛਾਂ ਜ਼ਰੂਰ ਮੈਂ ਹਮੇਸ਼ਾ ਮੰਮਾ ਨੂੰ ਸਪੋਰਟ ਕਰਦੇ ਹੋਏ ਇਮੋਸ਼ਨਲੀ ਨਾਲ ਖੜੇ ਹੋਈ ਦੇਖਿਆ ਡਿਟੇਲਸ ਮੰਮਾ ਹੀ ਦੇ ਸਕਦੇ ਆ ਅੱਛਾ ਪੈਣੇ ਆਖਰ ਦੇ ਵਿੱਚ ਹੁਣ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਆ ਲੋਕਾਂ ਨੇ ਬੜਾ ਲੰਬਾ ਸਮਾਂ ਕੱਢ ਕੇ ਆਪਾਂ ਨੂੰ ਸੁਣਿਆ ਪਹਿਲੀ ਗੱਲ ਤਾਂ ਕਹਿੰਦੇ ਅੱਜ ਕੱਲ ਤਾਂ ਕੋਈ ਕਿਸੇ ਨੂੰ ਸੁਣ ਕੇ ਰਾਜ਼ੀ ਨਹੀਂ ਸੁਣਨਾ ਪਸੰਦ ਨਹੀਂ ਕਰਦਾ ਹਨ ਜੇ ਸੁਣਿਆ ਤਾਂ ਲੋਕਾਂ ਵਾਸਤੇ ਤੁਸੀਂ ਜਿਹੜੇ ਤੁਹਾਡੇ ਫੈਨਸ ਨੇ ਰਾਜਬੜਾ ਸਾਹਿਬ ਦੇ ਫੈਨਸ ਨੇ ਉਹ ਤੁਹਾਡੇ ਵਿੱਚ ਰਾਜਵਰਨ ਸਾਹਿਬ ਨੂੰ ਦੇਖਦੇ ਨੇ ਬਿਲਕੁਲ ਉਹਨਾਂ ਵਾਸਤੇ ਕੁਝ ਦੋ ਸ਼ਬਦ ਕਿਸੇ ਕਹਿਣਾ ਚਾਹੁੰਦੇ ਹਾਂ ਉਹਨਾਂ ਵਾਸਤੇ ਤੁਹਾਡੀ ਗੱਲ ਹੀ ਕੰਟੀਨਿਊ ਕਰਦੇ ਕਹਿਣਾ ਚਾਹੂੰਗੀ ਕਿ ਜਿੱਦਾਂ ਵੀਰੇ ਨੇ ਕਿਹਾ ਕਿ ਤੁਸੀਂ ਪਾਪਾ ਨੂੰ ਮੇਰੇ ਵਿੱਚੋਂ ਦੇਖਦੇ ਹੋ ਔਰ ਮੈਂ ਹਮੇਸ਼ਾ ਉਹ ਹੀ ਕੋਸ਼ਿਸ਼ ਕਰਦੀ ਆਈ ਹਾਂ ਅੱਗੇ ਵੀ ਕੋਸ਼ਿਸ਼ ਕਰਦੀ ਰਹੂੰਗੀ ਕਿ ਤੁਹਾਨੂੰ ਕਿਸੇ ਨੂੰ ਕਦੇ ਵੀ ਨਿਰਾਸ਼ ਨਾ ਕਰਾਂ ਮੈਂ ਮੈਨੂੰ ਪਤਾ ਮੈਨੂੰ ਬਹੁਤ ਮੈਸੇਜਸ ਆਉਂਦੇ ਆ ਕਿ ਤੁਸੀਂ ਗਾਣੇ ਜਲਦੀ ਕਿਉਂ ਨਹੀਂ ਕਰਦੇ ਬਟ ਉਹ ਵੀ ਹੁਣ ਪਾਪਾ ਦੀ ਇਮੇਜ ਦਾ ਧਿਆਨ ਆਪਣੀ ਪ੍ਰੀਫਰੈਂਸ ਦਾ ਧਿਆਨ ਵੀ ਮੈਨੂੰ ਰੱਖਣਾ ਪੈਂਦਾ ਐ ਐਂਡ ਆਵ ਹਾਲਵੇਸ ਬੀਨ ਵੈਰੀ ਵੈਰੀ ਕੇਅਰਫੁਲ ਅਬਾਊਟ ਇਟ ਤੇ ਬਸ ਮੇਰਾ ਪਹਿਲਾ ਗਾਣਾ ਸੀਗਾ ਰਾ ਪੁੱਛਦਾ ਬਿਲਕੁਲ ਹੀ ਨਵੀ ਸੀਗੀ ਉਦੋਂ ਮੈਂ ਉਹ ਨੂੰ ਤੁਸੀਂ 1 ਮਿਲੀਅਨ ਵਿਊਜ਼ ਪਲੱਸ ਕਰਤਾ ਸੀਗਾ ਸੋ ਇੱਕ ਨਵੇਂ ਆਰਟਿਸਟ ਨੂੰ ਇੰਨੇ ਪਿਆਰ ਨਾਲ ਖੁੱਲੀਆਂ ਬਾਹਾਂ ਨਾਲ ਸਵੀਕਾਰ ਕੀਤਾ ਉਸ ਤੋਂ ਬਾਅਦ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਕਦੇ ਨਿਰਾਸ਼ ਨਹੀਂ ਕੀਤਾ ਅੱਗੇ ਵੀ ਇਦਾਂ ਹੀ ਤੁਸੀਂ ਪਿਆਰ ਕਰਦੇ ਰਹੋ ਤੇ ਆਈ ਵਿਲ ਆਲਵੇਸ ਪ੍ਰੋਮਿਸ ਕਰਦੀ ਆ ਕਿ ਮੈਂ ਆਪਣਾ ਬੈਸਟ ਹੀ ਦੂੰਗੀ 올 ਦਿ ਟਾਈਮ ਥੈਂਕ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਸੁਣਿਆ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਸਾਡੇ ਸਟੂਡੀਓ ਛੋਟੇ ਜਿਹੇ ਘਰ ਦੇ ਵਿੱਚ ਆਏ ਤੇ ਆਪਾਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇ ਬਹੁਤ ਬਹੁਤ ਧੰਨਵਾਦ ਸੋ ਮੈਂ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣਾ ਉਮੀਦ ਕਰਦਾ ਤੁਹਾਨੂੰ ਜੜੀ ਇਹ ਗੱਲਬਾਤ ਅੱਜ ਦੀ ਪਸੰਦ ਆਈ ਹੋਵੇ ਬਹੁਤ ਲੰਬਾ ਸਮਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਆ ਸਾਨੂੰ ਛੋਟੇ ਜਿਹੇ ਨਾਲ ਚੀਜ਼ਾਂ ਸੁਣ ਲਿਆ ਇੰਨਾ ਕੀ ਧੰਨਵਾਦ ਤੇ ਮੈਂ ਇਹ ਚਾਹੁੰਦਾ ਜਾਂਦੇ ਜਾਂਦੇ ਤੁਸੀਂ ਆਪਣੇ ਕਮੈਂਟਾਂ ਦੇ ਰਾਹੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ। ਕੁਝ ਐਸੀ ਚੀਜ਼ ਸਾਡੇ ਤੋਂ ਨਾ ਜਾਣੇ ਅਣਜਾਣੇ ਦੇ ਵਿੱਚ ਬੋਲੀ ਗਈ ਹੋਵੇ ਮੈਂ ਮਾਫੀ ਚਾਹੁੰਨਾ। ਪਰ ਇਹ ਪੋਡਕਾਸਟ ਹੈ ਅਸੀਂ ਕਿਸੇ ਨੂੰ ਪਰਸਨਲੀ ਟਾਰਗੇਟ ਕਰਕੇ ਐ ਕੁਝ ਐਸੀ ਚੀਜ਼ਾਂ ਬੋਲਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਤੇ ਨਾ ਕਦੇ ਕਰਾਂਗੇ ਪਰ ਇਹ ਉਮੀਦ ਕਰਾਂਗੇ ਤੁਸੀਂ ਸਾਨੂੰ ਸੁਣਦੇ ਹੋ, ਪਿਆਰ ਕਰਦੇ ਹੋ ਤੇ ਇਸੇ ਤਰੀਕੇ ਨਾਲ ਪਿਆਰ ਬਰਕਰਾਰ ਰੱਖੋਗੇ। ਉਮੀਦ ਕਰਦਾ। ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਅਸੀਂ ਆ ਹੋਰ ਵੀਡੀਓਜ਼, ਹੋਰ ਫਨਕਾਰਾਂ, ਕਲਾਕਾਰਾਂ ਦੇ ਨਾਲ ਤੁਹਾਨੂੰ ਸਮੇਂ-ਸਮੇਂ ਸਿਰ ਮਿਲਾਉਂਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਲੰਦੇ ਦੀ ਇਜਾ Terima kasih telah menonton!